जपो प्यार नाल एक ओंकार सतनाम करता पुरख निर्भाव निर्वैर अकाल गुर प्रसाद एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद वाहे गुरु वाहे गुरु वाहे गुरु वाहे गुरु वाहे गुरु वाहे गुरु जी का खालसा वाहे गुरु जी की फतेह। वड़े भागां वाले हो जो अमृत वेले तो हरी जस गायन सरवन कर रहे हो, आओ जो लड़ी वार विचार पावन बाणी जपजी साहिब जी दी आज पहली पौड़ी तो विचार आरंभ करनी है। कल ते परसों दो दीवाना विच मूल मंत्र ते आदि श्लोक जप आद सच जुगाद सच है भी सच दी विचार हुई सी। आओ अज पहली पौड़ी तो विचार आरंभ करिए। गुरुदेव दे चरणा में अरदास करिए। हे धन गुरु नानक बाणी अगाध बोध है इस अगमी बाणी दी सोझी आप ही सीस ते हथ रख के कृपा करो बख्शिश करो। आप ही है सोझी एक बाणी दा ज्ञान प्रकाश सबना दे हिरदे विच रहमत करके बख्शिश करो। सोचै सोच न होवई जे सोची लखवार चुपै चुप न होवई जे लाए रहा लिबतार भुखियां भुख न उतरी जे बन्ना पुरिया पार सह सियाण बालक होए ता एक ना चले नाल केव सचियारा होई है केव कूड़े तुटे पाल हुकम रजाई चलना नानक लिखिया नाल हुकम रजाई चलना नानक लिखिया नाल। सोचै सोच ना होवई
ਜੇ ਸੋਚੀ ਲੱਖ ਵਾਰ। ਇੱਥੋਂ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਇਹ ਪਹਿਲੀ ਪੌੜੀ ਹੈ। ਜਿਸ ਤਰ੍ਹਾਂ ਅੱਗੇ ਵੀ ਬੇਨਤੀ ਕੀਤੀ ਹੈ, ਇਸ ਪਾਵਨ ਬਾਣੀ ਮੂਲ ਮੰਤਰ ਤੋਂ ਆਰੰਭ ਹੁੰਦੀ ਹੈ। ਪਹਿਲੇ ਹੈ ਮੂਲ ਮੰਤਰ ਗੁਰਪ੍ਰਸਾਦ ਤੱਕ, ਫਿਰ ਜਪ ਬਾਣੀ, ਟਾਈਟਲ ਹੈ ਜਪ, ਜੋ ਇੰਡੈਕਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਉਸ ਵਿੱਚ ਇੱਥੇ ਲਿਖਿਆ ਹੈ ਜਪ ਨਿਸ਼ਾਨ, ਲੇਕਿਨ ਇਸ ਬਾਣੀ ਨੂੰ ਅਸੀਂ ਪਿਆਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ ਸਤਿਕਾਰ ਵਜੋਂ, ਪਰ ਗੁਰਦੇਵ ਨੇ ਇਸ ਦਾ ਟਾਈਟਲ ਦਿੱਤਾ ਜਪ। ਕਿਹਨੂੰ ਜਪ? ਕਿ ਗੁਰੂ ਦੀ ਬਖਸ਼ਿਸ਼ ਲੈਣੀ ਹੈ। ਮੂਲ ਮੰਤਰ 'ਚ ਅਸੀਂ ਸਮਝਿਆ ਕਿ ਉਸ ਇੱਕ ਨੂੰ ਪ੍ਰਾਪਤ ਕਰਨ ਦਾ, ਉਸ ਇੱਕ ਦੇ ਵਿੱਚ ਲੀਨ ਹੋਣ ਦਾ ਮਾਰਗ ਜੋ ਹੈ ਉਹ ਗੁਰੂ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਹੁਣ ਗੁਰਦੇਵ ਕੀ ਕਿਰਪਾ ਕਾਰਨ ਕਹਿੰਦੇ ਜਪ, ਉਸ ਨੂੰ ਆਪਣੇ ਅੰਦਰ ਵਸਾ ਲੈ। ਕਿਸ ਨੂੰ? ਜੋ ਆਦਿ ਤੋਂ ਸੱਚ ਹੈ, ਆਦਿ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੋ ਸ੍ਰਿਸ਼ਟੀ ਨਹੀਂ ਸੀ ਬਣੀ ਉਦੋਂ ਵੀ ਸੱਚ ਸੀ, ਅੱਜ ਵੀ ਉਹੀ ਸੱਚ ਹੈ, ਯੁਗਾਂ ਦੇ ਆਰੰਭ ਵਿੱਚ ਵੀ ਉਹੀ ਸੱਚ ਸੀ, ਅਤੇ ਜਦੋਂ ਇਹ ਸ੍ਰਿਸ਼ਟੀ ਚੁੱਕ ਜਾਏਗੀ, ਇਹ ਸਾਰਾ ਸੰਸਾਰ, ਇਹ ਸਾਰਾ ਬ੍ਰਹਿਮੰਡ ਉਸ ਵਿੱਚ ਲੀਨ ਹੋ ਜਾਏਗਾ, ਉਦੋਂ ਵੀ ਉਹੀ ਰਹੇਗਾ। ਰਹੀਏਗਾ ਵਹੀ ਇੱਕ ਸੱਚ ਖੁਦਾ ਹੈ। ਅਤੇ ਹੁਣ ਗੁਰਦੇਵ ਕਹਿ ਰਹੇ ਨੇ ਉਸਨੂੰ ਪ੍ਰਾਪਤੀ ਦੇ ਸਾਧਨ, ਹੁਣ ਸਾਰੀ ਜਪਜੀ ਸਾਹਿਬ ਉਸ ਦੀ ਪ੍ਰਾਪਤੀ ਦਾ ਸਾਧਨ ਦੱਸਦਾ ਹੈ। ਇੱਕ ਮੂਲ ਕੁਐਸਚਨ ਹੈ ਸਾਡੇ ਸਾਰਿਆਂ ਦੇ ਹਿਰਦੇ ਦਾ, ਜਿਸ ਨੂੰ ਗੁਰਦੇਵ ਨੇ ਪਹਿਲੀ ਪੌੜੀ ਵਿੱਚ ਰੱਖਿਆ ਹੈ। ਔਰ ਵਿਦਵਾਨ ਜਨ ਮਹਾਂਪੁਰਸ਼ ਦੱਸਦੇ ਨੇ ਕਿ ਸਾਰਾ ਜਪਜੀ ਸਾਹਿਬ ਉਸ ਇੱਕ ਸਵਾਲ ਦਾ ਜਵਾਬ ਹੈ। ਇੱਥੋਂ ਤੱਕ ਕਿ ਜਪਜੀ ਸਾਹਿਬ ਦੀ ਹੀ ਵਿਆਖਿਆ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਔਰ ਉਸੇ ਇੱਕ ਸਵਾਲ ਦੇ ਅਰਾਊਂਡ ਸੰਪੂਰਨ ਬਾਣੀ ਹੈ। ਸਵਾਲ ਹੈ, ਪੜ੍ਹੋ ਪਿਆਰ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਰ। ਕਿਵੇਂ ਅਸੀਂ, ਸਾਡਾ ਅੰਤਿਸ਼ਕਰਨ ਸੱਚ ਦਾ ਘਰ ਹੋ ਜਾਏ। ਸਚਿਆਰ ਮੀਨਸ ਸੱਚ ਦਾ ਘਰ, ਹਾਊਸ ਆਫ ਟਰੁੱਥ। ਇਤਨਾ ਨਿਰਮਲ ਹੋ ਜਾਏ ਸਾਡਾ ਅੰਤਿਸ਼ਕਰਨ ਕਿ ਪਰਮਾਤਮਾ ਜੋ ਸਾਡੇ ਅੰਦਰ ਹੀ ਵਸਦਾ ਹੈ ਉਸਦੇ ਸਾਨੂੰ ਦੀਦਾਰ ਹੋ ਜਾਣ। ਕਿਵ ਸਚਿਆਰਾ ਹੋਈ ਹੈ, ਅਤੇ ਉਸਦੇ ਔਰ ਸਾਡੇ ਵਿਚਕਾਰ ਵਿੱਥ ਕੀ ਹੈ? ਸਾਡਾ ਅਹੰਕਾਰ, ਅਹੰਗ ਬੁੱਧ, ਮੀ, ਆਈਐਮਨੈਸ, ਮੀ ਫਸਟ ਐਟੀਟਿਊਡ, ਇਹ ਵਿੱਥ ਹੈ ਜੋ ਸਾਨੂੰ ਉਸ ਪਰਮੇਸ਼ਵਰ ਦੇ ਦੀਦਾਰ ਨਹੀਂ ਹੋਣ ਦਿੰਦੀ। ਗੁਰਦੇਵ ਉਸ ਸਵਾਲ ਸਾਡੇ ਅੱਗੇ ਦੁਹਰਾ ਰਹੇ ਨੇ, ਸਾਡਾ ਹੀ ਸਵਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ। ਕੂੜ ਕਹਿੰਦੇ ਨੇ ਝੂਠ ਨੂੰ, ਫਾਲਸਹੁੱਡ। ਪਾਲ ਮੀਨਸ ਇੱਕ ਪਰਦਾ, ਇੱਕ ਕਰਟਨ। ਕਿਵੇਂ ਇਹ ਅਹੰਕਾਰ ਦਾ ਪਰਦਾ, ਇਹ ਦੀਵਾਰ ਗਿਰ ਜਾਏ, ਟੁੱਟੇ ਭਾਵ ਟੁੱਟ ਜਾਏ, ਗਿਰ ਜਾਏ। ਪਾਲ ਮੀਨਸ ਉਹ ਪਰਦਾ, ਉਹ ਦੀਵਾਰ, ਉਹ ਕੰਧ ਜੋ ਸਾਡੇ ਅਹੰਕਾਰ ਦੀ ਖੜੀ ਹੈ ਵਿਚਕਾਰ, ਸਾਨੂੰ ਅਤੇ ਸਾਡੇ ਪ੍ਰਭੂ ਨੂੰ ਮਿਲਣ ਨਹੀਂ ਦਿੰਦੀ। ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ, ਇਹ ਕੁਐਸਚਨ ਹੈ। ਅਤੇ ਗੁਰਦੇਵ ਪਹਿਲੇ ਉਹ ਸਾਰੇ ਸਾਧਨਾਂ ਨੂੰ ਦੁਹਰਾਇਆ ਹੈ ਜੋ ਅੱਜ ਤੱਕ ਸੰਸਾਰ ਨੇ ਅਪਣਾਏ ਨੇ। ਕੋਈ ਤੀਰਥਾਂ 'ਤੇ ਜਾਂਦਾ ਹੈ, ਕਹਿੰਦਾ ਪਰਮਾਤਮਾ ਲੱਭ ਜਾਏਗਾ। ਕੋਈ ਜੰਗਲਾਂ ਵਿੱਚ ਜਾ ਕੇ ਮੌਨ ਸਮਾਧੀ ਲਾ ਕੇ ਬੈਠ ਗਿਆ ਵੀ ਸ਼ਾਇਦ ਪਰਮਾਤਮਾ ਜੰਗਲ 'ਚ ਮਿਲ ਜਾਏਗਾ, ਸਮਾਧੀ 'ਚ ਮਿਲ ਜਾਏਗਾ। ਕੋਈ ਭੁੱਖਾ ਰਹਿ ਕੇ ਵਰਤ ਸਾਧਨ ਕਰਕੇ ਉਸ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ ਹੈ, ਸ਼ਾਇਦ ਭੁੱਖਿਆਂ ਪਰਮਾਤਮਾ ਪ੍ਰਾਪਤ ਹੋ ਜਾਏ। ਅਤੇ ਕੋਈ ਆਪਣੀਆਂ ਹੋਰ ਚਲਾਕੀਆਂ, ਸਿਆਣਪਾਂ ਵਰਤ ਰਿਹਾ ਕਿ ਇੰਝ ਨਹੀਂ, ਇੰਝ ਕਰੀਏ ਤਾਂ ਪਰਮਾਤਮਾ ਮਿਲ ਜਾਏਗਾ। ਉਹ ਸਾਰੇ ਸਾਧਨਾਂ ਦਾ ਜ਼ਿਕਰ ਪਹਿਲੀ ਪੌੜੀ ਵਿੱਚ ਗੁਰਦੇਵ ਕਰਦੇ ਨੇ, ਬਖਸ਼ਿਸ਼ ਕਰ ਰਹੇ ਨੇ। ਗੁਰਦੇਵ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕਈ ਵਿਦਵਾਨਾਂ ਨੇ ਇਸ ਦਾ ਅਰਥ ਸਾਡੀ ਸੰਸਾਰਕ ਸੋਚ ਨਾਲ ਵੀ ਕੀਤਾ ਹੈ ਕਿ ਸੋਚਿਆ ਸੋਚਿਆ ਨਹੀਂ, ਠੀਕ ਹੈ ਆਪਣੀ ਥਾਂ 'ਤੇ ਸ਼ਾਇਦ ਹੋ ਸਕਦਾ ਹੈ ਠੀਕ ਹੋਣ, ਪਰ ਜੋ ਗੁਰਬਾਣੀ ਦੇ ਆਧਾਰ 'ਤੇ ਅਰਥ ਬਣਦੇ ਨੇ
ਉਹ ਅਰਥ ਨੇ ਸੋਚਾ ਸੋਚ ਨਾ ਹੋਵੀ। ਇਹ ਜੋ ਸੋਚ ਸ਼ਬਦ ਲਿਆ ਗੁਰਦੇਵ ਨੇ, ਇਹ ਸ਼ੌਚ ਤੋਂ ਸ਼ਬਦ ਹੈ, ਸਰੀਰਕ ਪਵਿੱਤਰਤਾ। ਸਰੀਰਕ ਪਵਿੱਤਰਤਾ ਭਾਵ ਤੀਰਥ ਇਸ਼ਨਾਨਾਂ ਦੁਆਰਾ ਕੇਵਲ ਪਵਿੱਤਰ ਨਦੀਆਂ 'ਤੇ ਇਸ਼ਨਾਨ ਕਰਕੇ ਕੋਈ ਕਵੇ ਮੈਂ ਪਰਮਾਤਮਾ ਨੂੰ ਪਾ ਲਵਾਂਗਾ, ਗੁਰਦੇਵ ਕਹਿੰਦੇ ਨਹੀਂ ਹੋ ਸਕਦਾ। ਸੁਖਮਨੀ ਸਾਹਿਬ ਵਿੱਚ ਵੀ ਪੰਕਤੀ ਆਉਂਦੀ ਹੈ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾ। ਸਵਾਲ ਤੇ ਅੰਤਿਸ਼ ਕਰਨ, ਪਰਮਾਤਮਾ ਕਿੱਥੇ ਪ੍ਰਗਟ ਹੋਣਾ ਹੈ? ਕਿਉਂਕਿ ਪਰਮਾਤਮਾ ਕੋ ਆਕਾਰ ਤਾਂ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਚ, ਤ੍ਰੈ ਗੁਣ ਤੇ ਪ੍ਰਭਿੰਨ, ਉਹ ਕੋ ਫੋਰਮ ਨਹੀਂ ਹੈ। ਅਤੇ ਫਿਰ ਕਿੱਥੇ ਪ੍ਰਗਟ ਹੋਣਾ? ਸਾਡੇ ਅੰਤਿਸ਼ਕਰਨ ਵਿੱਚ ਹੀ ਪ੍ਰਗਟ ਹੋਏਗਾ ਪਰਮਾਤਮਾ, ਸਾਡੇ ਅੰਤਿਸ਼ਕਰਨ 'ਚ ਉਹਦਾ ਨਿਵਾਸ ਹੈ। ਅਤੇ ਇਸ ਲਈ ਪਾਤਸ਼ਾਹ ਕਹਿੰਦੇ ਨੇ ਇਹ ਬਾਹਰ ਦੀ ਪਵਿੱਤਰਤਾ ਜਿਹੜੀ ਹੈ ਤੈਨੂੰ ਉਸ ਦੇ ਕਰੀਬ ਨਹੀਂ ਲਿਜਾ ਸਕਦੀ। ਬਾਹਰ ਦੀ ਪਵਿੱਤਰਤਾ ਸਰੀਰ ਨੂੰ ਸਵਸਥ ਰੱਖਣ ਲਈ ਜ਼ਰੂਰੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਇਸ਼ਨਾਨ ਜ਼ਰੂਰੀ ਹੈ। ਲੇਕਿਨ ਕੇਵਲ ਇਸ਼ਨਾਨ ਹੀ ਕੋਈ ਕਰੀ ਜਾਏ ਤਾਂ ਕਿਵੇਂ ਮੈਂ ਪਰਮਾਤਮਾ ਨੂੰ ਪਾ ਲਾਂਗਾ? ਪੋਸੀਬਲ ਨਹੀਂ ਹੈ। ਗੁਰਦੇਵ ਕਹਿੰਦੇ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਇਹ ਮਨ ਕਿਵੇਂ ਉਤ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਇਹ ਤਾਂ ਜਨਮ ਦਰ ਜਨਮ, ਜਨਮ ਦਰ ਜਨਮ ਇਹ ਮਨ 'ਤੇ ਮੈਲ ਚੜ੍ਹੀ ਜਾ ਰਹੀ ਹੈ, ਕਿਵੇਂ ਧੁਲੇਗਾ, ਕਿਵੇਂ ਪਰਮਾਤਮਾ ਦੇ ਦੀਦਾਰ ਹੋਣ? ਉਸ ਪ੍ਰਤੀ ਗੁਰਦੇਵ ਨੇ ਬਖਸ਼ਿਸ਼ ਕੀਤਾ ਹੈ, ਸੋਚਾ ਸੋਚ ਨਾ ਹੋ ਗਈ, ਜੇ ਸੋਚੀ ਲੱਖ ਵਾਰ, ਲੱਖਾਂ ਇਸ਼ਨਾਨ ਕਰ ਲੈ, ਪਰਮੇਸ਼ੁਰ ਦੇ ਦੀਦਾਰ ਇਸ਼ਨਾਨ ਦੁਆਰਾ ਨਹੀਂ ਹੋਣਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਵਿੱਚ ਪਾਤਸ਼ਾਹ ਦਾ ਪਾਵਨ ਬਚਨ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਓ। ਪਹਿਲੇ ਅੰਤਿਸ਼ਕਰਨ ਦਾ ਭਾਂਡਾ ਧੋ ਲੈ। ਇੱਕ ਮਹਾਤਮਾ ਮਹਾਂਪੁਰਸ਼ ਇੱਕ ਬਹੁਤ ਸੁੰਦਰ ਕਥਾ ਸੁਣਾਉਂਦੇ ਨੇ। ਕਹਿੰਦੇ ਨੇ ਇੱਕ ਮਹਾਤਮਾ ਪਾਸ ਕੋ ਜਗਿਆਸੂ ਆਇਆ, ਕਹਿਣ ਲੱਗਾ ਮਹਾਂਪੁਰਸ਼ੋ ਸਾਨੂੰ ਕੋ ਉਪਦੇਸ਼ ਦਿਓ, ਗਿਆਨ ਦਿਓ। ਮਹਾਂਪੁਰਸ਼ਾਂ ਨੇ ਕਿਹਾ ਪਹਿਲੇ ਆਪਣਾ ਜੀਵਨ 'ਤੇ ਸਵਾਰ ਲੈ, ਐਡੀ ਵੱਡੀ ਦਾਤ ਤੂੰ ਲੈਣ ਆਇਆ ਹੈ, ਪਰ ਤੇਰਾ ਵਿਵਹਾਰ ਕੈਸਾ ਹੈ? ਮਾੜਾ ਖਾਨਾ ਹੈ, ਮਾੜਾ ਪਾਸੇ ਜਾਣਾ ਹੈ, ਮਾੜੇ ਵਿਵਹਾਰ ਹੈ ਤੇਰਾ, ਮਾੜੀ ਸੋਚ ਹੈ ਤੇਰੀ, ਕੁਛ ਇਸ ਨੂੰ ਸਵਾਰ ਤਾਂ ਸਹੀ, ਕੁਛ ਤਾਂ ਤਿਆਰੀ ਕਰ। ਉਹ ਕਹਿਣ ਲੱਗਾ ਮਹਾਂਪੁਰਸ਼ ਹੋ ਜਾਏਗਾ ਸਭ, ਤੁਸੀਂ ਦਾਤ 'ਤੇ ਦਿਓ। ਮਹਾਂਪੁਰਸ਼ ਕਹਿਣ ਲੱਗੇ ਦਿਆਂਗੇ, ਸਮਾਂ ਆਏਗਾ। ਇੱਕ ਸੇਵਾਦਾਰ ਨੂੰ ਭੇਜਿਆ ਉਹਦੇ ਘਰ, ਜਿਵੇਂ ਅੱਗੇ ਮਹਾਤਮਾ ਲੋਕ ਸਿੱਧਾ ਕਰਨ ਜਾਂਦੇ ਸਨ, ਇੱਕ ਵਕਤ ਲੰਗਰ ਛਕਣਾ ਹੈ, ਗ੍ਰਸਤੀਆਂ ਦੇ ਘਰੋਂ ਜਾ ਕੇ ਕੋਈ ਇੱਕ ਪ੍ਰਸ਼ਾਦਾ, ਕੋਈ ਦੋ ਪ੍ਰਸ਼ਾਦਾ ਲੈ ਆਏ, ਅਤੇ ਸਾਰੇ ਆਸ਼ਰਮ ਵਿੱਚੋਂ ਇੱਕ ਇੱਕ ਪ੍ਰਸ਼ਾਦਾ, ਦੋ ਦੋ ਪ੍ਰਸ਼ਾਦੇ ਵੰਡ ਦਿੱਤੇ ਜਾਂਦੇ ਸਨ, ਇਹਨੂੰ ਸਿੱਧਾ ਕਰਨਾ ਕਹਿਣ। ਇੱਕ ਸੇਵਾਦਾਰ ਨੂੰ ਭੇਜਿਆ ਉਸ ਗ੍ਰਸਤੀ ਦੇ ਘਰ, ਉਸ ਸੇਠ ਦੇ ਘਰ, ਇਸ਼ਾਰਾ ਦਿੱਤਾ, ਉਹ ਜਿਸ ਭਾਂਡੇ ਵਿੱਚ ਸਿੱਧਾ ਲੈਣ ਗਿਆ, ਆਟਾ ਲੈਣ ਗਿਆ, ਪ੍ਰਸ਼ਾਦੇ ਲੈਣ ਗਿਆ, ਉਹ ਭਾਂਡਾ ਵਿੱਚ ਗੋਹਾ ਮਲ ਦਿੱਤਾ। ਹੁਣ ਜਦੋਂ ਉਹਨੇ ਭਾਂਡਾ ਅੱਗੇ ਕੀਤਾ ਕਿ ਮੈਂ ਮਹਾਤਮਾ ਦੇ ਆਸ਼ਰਮ ਤੋਂ ਆਇਆ ਹਾਂ ਸਿੱਧਾ ਲੈਣ ਵਾਸਤੇ, ਆਵਾਜ਼ਾਂ ਦਿੱਤਾ ਸਤਨਾਮ ਦਾ, ਅਤੇ ਗ੍ਰਸਥੀ ਆਇਆ ਬਾਹਰ, ਅਤੇ ਉਹ ਕਹਿਣ ਲੱਗਾ ਬਰਤਨ ਤਾਂ ਸਾਫ਼ ਨਹੀਂ ਹੈ, ਠਹਿਰ ਤੈਨੂੰ ਮੈਂ ਬਰਤਨ ਹੋਰ ਦੇ ਦੇਣਾ। ਪਿਆਰ ਨਾਲ ਆਖੋ ਸਤਨਾਮ, ਬਰਤਨ ਹੋਰ ਦੇ ਦੇਣਾ। ਕਹਿਣ ਲੱਗਾ ਤਾਂ ਅਸੀਂ ਜੀ ਪਾ ਦੇ। ਉਹ ਕਹਿਣ ਲੱਗਾ ਇੱਥੇ ਗੰਦਾ ਹੈ, ਇੱਥੇ ਮੈਲਾ ਹੈ, ਜਾਂ ਤੈਨੂੰ ਧੋ ਲੈ। ਕਹਿੰਦਾ ਨਹੀਂ ਤੂੰ ਇੰਜੇ ਹੀ ਪਾ ਦੇ। ਉਹ ਜਿੱਦ 'ਤੇ ਰੜ ਗਿਆ ਕਿ ਇਹਦੇ 'ਚ ਪਾ ਦੇ, ਤੋ ਕਦੇ ਪਾਵਾਂਗਾ ਤਾਂ ਸਭ ਕੁਝ ਗੰਦਾ ਹੋ ਜਾਏਗਾ, ਦਾਲਾ ਪਾਉਣਾ ਹੈ, ਆਟਾ ਪਾਉਣਾ ਹੈ, ਪ੍ਰਸ਼ਾਦਾ ਪਾਉਣਾ ਹੈ, ਮਾਲ ਭੈਂਡਾ ਤਾਂ ਗੰਦਾ। ਸੇਵਾਦਾਰ ਵਾਪਸ ਮੁੜ ਆਇਆ। ਕੁਝ ਦਿਨ ਬਾਅਦ ਉਹ ਸੇਠ ਫਿਰ ਗਿਆ, ਮਹਾਂਪੁਰਸ਼ੋ ਬੇਨਤੀ ਹੈ, ਗਿਆਨ ਉਪਦੇਸ਼ ਦਿਓ। ਕਹਿਣ ਲੱਗੇ ਤੇਰੇ ਘਰ ਸੇਵਾਦਾਰ ਗਿਆ ਸੀ, ਉਹਨੂੰ ਤਾਂ ਤੂੰ ਸਿੱਧਾ ਵੀ ਨਹੀਂ ਦਿੱਤਾ। ਕਹਿੰਦਾ ਜੀ ਕੀ ਕਰਦਾ ਉਹ ਗੁੱਸੇ ਨਾਲ ਮੁੜ ਆਇਆ, ਮੈਂ ਤਾਂ ਉਹਨੂੰ ਕਿਹਾ ਸੀ ਭਾਂਡਾ ਮੇਰੇ ਕੋਲ ਲੈ ਜਾ ਜਾਂ ਧੋ ਲੈ ਇਹਨੂੰ। ਕਹਿਣ ਲੱਗੇ ਦੇਖ ਮੈਲਾ ਭਾਂਡਾ ਸੀ, ਅਤੇ ਤੂੰ ਦੋ ਪ੍ਰਸ਼ਾਦੇ ਉਹਦੇ 'ਚ ਨਹੀਂ ਪਾਏ, ਤੂੰ ਥੋੜ੍ਹਾ ਜਿਹਾ ਆਟਾ ਨਹੀਂ ਪਾਇਆ, ਅਤੇ ਐਡੀ ਵੱਡੀ ਦਾਤ ਤੂੰ ਲੈਣ ਆਇਆ ਹੈ, ਅਤੇ ਅੰਤਿਸ਼ਕਰਨ ਤੇਰਾ ਮੈਲਾ ਹੈ, ਤੇਰੀਆਂ ਵਿਚਾਰਾਂ ਮਾੜੀਆਂ ਨੇ, ਤੇਰੀ ਸੋਚ ਮਾੜੀ ਹੈ, ਤੇਰੇ ਕਰਮ ਮਾੜੇ ਨੇ, ਤੈਨੂੰ ਕੀ ਉਪਦੇਸ਼ ਦਈਏ, ਕੀ ਗਿਆਨ ਦਈਏ, ਪਹਿਲੇ ਅੰਤਿਸ਼ਕਰਨ ਤਾਂ ਸਾਫ਼ ਕਰ ਲੈ। ਭਾਂਡਾ ਧੋਏ
ਬੈਸ ਧੂਪ ਦੇਵੋ ਤੋ ਦੂਧੇ ਕੋ ਜਾਵੋ, ਦੂਧ ਕਰਮ ਫੁਰਤ ਸੁਰਤ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਪਹਿਲੇ ਅੰਤਿਸ਼ਕਰਨ ਦਾ ਭਾਂਡਾ ਸਾਫ ਕਰ। ਦੁੱਧ ਕੀ ਹੈ? ਇੱਥੇ ਦੁੱਧ ਹੈ ਗੁਰੂ ਦੀ ਬਖਸ਼ਿਸ਼। ਦੁੱਧ ਕਰਮ, ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ। ਜੇ ਗੁਰੂ ਦੁਆਰੇ ਆਇਆ ਹੈ, ਗੁਰੂ ਕੋਲ ਆਇਆ ਤਾਂ ਆਪਣਾ ਅਹੰਕਾਰ ਬਾਹਰ ਛੋੜ ਦੇ। ਜੋੜੇ ਲਾ ਇਹਨਾਂ ਮਹਾਂਪੁਰਸ਼ ਕਹਿੰਦੇ ਨੇ, ਉੱਥੇ ਆਪਣਾ ਅਹੰਕਾਰ ਵੀ ਛੋੜਾ। ਇੱਥੇ ਇੱਕ ਨਿਰਬੋਧ ਬਾਲਕ, ਇੱਕ ਅਣਜਾਣ ਬਾਲਕ, ਇੱਕ ਭਿਖਾਰੀ ਹੋ ਕੇ ਆ। ਇਸ ਦਰ 'ਤੇ ਜਿਹੜਾ ਭਿਖਾਰੀ ਹੋ ਕੇ ਆਇਆ ਉਹ ਬਾਦਸ਼ਾਹ ਹੋ ਗਿਆ, ਜਿਹੜਾ ਹੰਕਾਰ ਲੈ ਕੇ ਆ ਉਹ ਮਿਟ ਗਿਆ। ਜਿੱਥੇ ਜੋੜੇ ਲਾਏ ਨੇ, ਜੋੜੇ ਲਾਉਣ ਤੋਂ ਭਾਵ ਕੀ ਹੈ ਕਿ ਸਾਡਾ ਹੁਣ ਸੰਸਾਰ ਤੋਂ ਰਿਸ਼ਤਾ ਖਤਮ ਹੈ। ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਣ ਪ੍ਰਭੂ ਕੀ ਆਈ ਰਾਖ, ਪ੍ਰਭੂ ਪਾਵੇਂ ਮਾਰ, ਕੋਈ ਭਲਾ ਕਹੋ ਪਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਸਰੈਂਡਰ, ਐਬਸੋਲਿਊਟ ਸਰੈਂਡਰ। ਜੋੜੇ ਲਾਹਨ ਤੋਂ ਭਾਵ ਹੈ ਸੰਸਾਰ ਨਾਲ ਮੇਰਾ ਰਿਸ਼ਤਾ ਖਤਮ। ਬਾਹਰ ਮੈਂ ਕੁਛ ਵੀ ਹਾਂ, ਡਾਕਟਰ ਹਾਂ, ਇੰਜੀਨੀਅਰ ਹਾਂ, ਬਿਊਰੋਕਰੈਟ ਹਾਂ, MLA ਹਾਂ, MP ਹਾਂ, ਪ੍ਰਾਈਮ ਮਿਨਿਸਟਰ ਹਾਂ, ਜੋ ਵੀ ਹਾਂ, ਇਸ ਚਾਰ ਦੀਵਾਰੀ ਤੋਂ ਬਾਹਰ ਹਾਂ। ਇੱਥੇ ਮੈਂ ਇੱਕ ਭਿਖਾਰੀ ਹਾਂ, ਇੱਕ ਬੱਚਾ ਵਾਂ, ਇੱਕ ਅਣਜਾਣ ਸੇਵਕ ਹਾਂ। ਜਿਹੜਾ ਇਸ ਭਾਵਨਾ ਨੂੰ ਲੈ ਕੇ ਆਇਆ ਉਹ ਪ੍ਰਾਪਤੀ ਕਰ ਲਏਗਾ, ਅਤੇ ਜਿਹੜਾ ਹੰਕਾਰ ਲੈ ਕੇ ਆਇਆ ਕਿ ਮੈਂ ਤਾਂ ਪ੍ਰਾਈਮ ਮਿਨਿਸਟਰ, ਮੈਨੂੰ ਤਾਂ ਅੱਗੇ ਬਹਿਣ ਦੀ ਜਗ੍ਹਾ ਮਿਲੇ, ਮੈਂ ਤਾਂ MP ਹਾਂ, ਪਿਆਰੀ ਸਾਧ ਸੰਗਤ ਇਸ ਦਰ 'ਤੇ ਕਿਹੜਾ ਖੱਟੀ ਖੜ ਜਾਂਦਾ ਹੈ ਜਿਹੜਾ ਉਹ ਜੋੜਿਆਂ 'ਚ ਬਹਿ ਕੇ ਸਤਨਾਮ ਸ੍ਰੀ ਵਾਹਿਗੁਰੂ ਜਪ। ਇਹ ਦਰ ਬੜਾ ਉੱਚਾ ਹੈ, ਜੋੜੇ ਲਾਏ ਨਹੀਂ ਹੰਕਾਰ ਤਿਆਗ। ਮੈਨੂੰ ਅੱਗੇ ਵੀ ਬੇਨਤੀ ਕੀਤੀ ਸੀ ਇੱਕ ਜਰਨਲਿਸਟ ਨੇ, ਅਮੈਰੀਕਾ 'ਚ ਸਵਾਲ ਕੀਤਾ ਕਿ ਤੁਹਾਡੇ ਧਰਮ 'ਚ ਰਿਚੁਅਲਸ ਕੀ ਨੇ? ਸਿੱਖੀ ਵਿੱਚ ਕੋਈ ਰਿਚੁਅਲ ਨਹੀਂ ਹੈ, ਸਭ ਕੁਛ ਸਪਿਰਿਚੁਅਲ। ਇਹ ਹੱਥ ਜੋੜ ਕੇ ਖੜ੍ਹੇ ਹੋਣਾ, ਇਹ ਝੁਕਣਾ, ਵਿਚਾਰੋ ਥੋੜ੍ਹਾ ਜਿਹਾ, ਕਿਉਂਕਿ ਜਿਹੜੀ ਚੀਜ਼ ਅਸੀਂ ਇੱਕ ਮਕੈਨੀਕਲ ਢੰਗ ਨਾਲ ਕਰਦੇ ਹਾਂ ਫਿਰ ਉਸਦਾ ਮੀਨਿੰਗ ਭੁੱਲ ਜਾਂਦਾ। ਹੁਣ ਅਸੀਂ ਅਰਦਾਸ ਤਾਂ ਕਰਦੇ ਹਾਂ ਰੋਜ਼, ਪੜ੍ਹੋ ਖਾਂ, ਨਾਨਕ ਨਾਮ ਤੇਰੇ ਭਾਣੇ ਸਰਬੱਤ ਕਾ ਭਲਾ, ਇਹ ਸਾਡੀ ਅਰਦਾਸ ਹੈ ਨਾ, ਸੱਚੇ ਦਿਲੋਂ ਕੀਤੀ। ਦਿਲ 'ਤੇ ਹੱਥ ਰੱਖ ਕੇ ਸੋਚੋ, ਕਿਆ ਇਹ ਅਰਦਾਸ ਸੱਚੇ ਦਿਲੋਂ ਕੀਤੀ? ਜੇ ਵਾਕਈ ਸੱਚੇ ਦਿਲੋਂ ਕੀਤੀ ਹੈ ਤਾਂ ਫਿਰ ਸਾਡੇ ਕਿਸੇ ਮਿੱਤਰ ਨੂੰ, ਕਿਸੇ ਸੱਜਣ ਨੂੰ, ਕਿਸੇ ਪਿਆਰ ਵਾਲੇ ਨੂੰ, ਜਾਂ ਕਿਸੇ ਨਾਲ ਸਾਡੀ ਨਾਰਾਜ਼ਗੀ ਸਹੀ, ਉਹਨੂੰ ਜਦੋਂ ਕੋਈ ਵੱਡੀ ਪਦਵੀ ਮਿਲਦੀ ਹੈ, ਜਦੋਂ ਕੋਈ ਵੱਡਾ ਘਰ ਮਿਲਦਾ ਹੈ, ਉਹਦੇ ਬੱਚੇ ਨੂੰ ਕੋਈ ਵੱਡੀ ਨੌਕਰੀ ਮਿਲਦੀ ਹੈ, ਕਿਸੇ ਅੱਛੇ ਸਕੂਲ ਕਾਲਜ ਐਡਮਿਸ਼ਨ ਮਿਲਦੀ ਹੈ, ਕੋਈ ਨੰਬਰ ਅੱਛੇ ਲਿਆਉਂਦਾ ਹੈ, ਕਦੀ ਆ ਕੇ ਸ਼ੁਕਰਾਨਾ ਕੀਤਾ, ਵਾਹਿਗੁਰੂ ਤੇਰਾ ਸ਼ੁਕਰ ਹੈ? ਦਿਲ 'ਤੇ ਹੱਥ ਮਾਰੋ, ਆਪਣੇ ਘਰ ਪੁੱਤਰ ਜੰਮਿਆ ਹੈ, ਆਪਣੇ ਘਰ ਕੋਈ ਤਰੱਕੀ ਹੋਈ ਹੈ, ਕੋਈ ਖੁਸ਼ੀ ਹੋਈ ਹੈ, ਅਰਦਾਸ ਵੀ ਕਰਾਈ ਹੈ, ਅਖੰਡ ਪਾਠ ਵੀ ਰਖਾਇਆ ਹੈ, ਕੜਾਹ ਪ੍ਰਸ਼ਾਦੀ ਦੇਗ ਵੀ ਕਰਾਈ ਹੈ, ਬੰਗਲਾ ਸਾਹਿਬ ਵੀ ਕਰਾਈ ਹੈ, ਇੱਥੇ ਵੀ ਕਰਾਈ ਹੈ, ਪਰ ਕਦੀ ਕਿਸੇ ਹੋਰ ਨੂੰ ਕੁਝ ਪ੍ਰਾਪਤ ਹੋਇਆ ਤਾਂ ਫਿਰ ਆ ਕੇ ਅਰਦਾਸ ਕੀਤੀ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ? ਦਿਲਾਂ 'ਤੇ ਹੱਥ ਰੱਖੋ, ਅਤੇ ਅਰਦਾਸ ਤਾਂ ਤੁਸੀਂ ਕੀਤੀ ਸੀ, ਤੁਸੀਂ ਕਿਹਾ ਸੀ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਸਰਬੱਤ ਦਾ ਭਲਾ ਹੋਵੇ, ਉਹ ਇੱਕ ਦਾ ਹੋ ਗਿਆ, ਤੈਨੂੰ ਪਤਾ ਲੱਗ ਗਿਆ, ਤੂੰ ਸ਼ੁਕਰਾਨਾ ਕਿਉਂ ਨਹੀਂ ਕੀਤਾ ਕਿ ਵਾਹਿਗੁਰੂ ਤੂੰ ਮੇਰੀ ਸੁਣ ਲਈ, ਮੈਂ ਅਰਦਾਸ ਕੀਤੀ ਸੀ ਸਰਬੱਤ ਦੇ ਭਲੇ ਦੀ, ਇੱਕ ਦਾ ਭਲਾ ਕੀਤਾ, ਹੁਣ ਇੰਝ ਕਰ ਬਾਕੀ ਸਭ ਦਾ ਵੀ ਕਰ ਦੇ, ਅਤੇ ਬਾਕੀ ਸਭ ਵੀ ਤੁਸੀਂ ਨਹੀਂ ਆ ਜਾਂਦੇ। ਐਕਚੁਅਲੀ ਸਭ ਕੁਛ ਸਾਨੂੰ ਤਾਂ ਗੁਰਦੇਵ ਨੇ, ਸਾਨੂੰ ਬਜ਼ੁਰਗਾਂ ਨੇ, ਮਹਾਤਮਾਵਾਂ ਨੇ, ਮਹਾਂਪੁਰਸ਼ਾਂ ਨੇ ਇਹ ਜੋ ਅਰਦਾਸ ਦੀ ਬੰਦਿਸ਼ ਬੰਨੀ, ਬੜੀ ਉੱਚ ਅਵਸਥਾ ਸੀ, ਪਰ ਅਸੀਂ ਕਨੈਕਟ ਨਹੀਂ ਕਰ ਪਾ ਰਹੇ। ਅਰਦਾਸ ਅਸੀਂ ਕਰਦੇ ਹਾਂ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਨੇ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਦੀ ਕਮਾਈ ਕਾ ਧਿਆਨ ਚਿਤ ਕਰਕੇ ਬੋਲੋ ਜੀ ਵਾਹ। ਪਹਿਲੀ ਗੱਲ ਤਾਂ ਕਿੰਨੀ ਵਾਰੀ ਅਸੀਂ ਵਾਹਿਗੁਰੂ ਨਾਲ ਬੋਲਦੇ, ਬਾਰ ਬਾਰ ਫਤਿਹ ਬੁਲਾਈ ਜਾਂਦੀ ਪਰ ਬਹੁਤ ਘੱਟ। ਜੇ ਦੋ ਵਾਰੀ ਫਤਿਹ ਉੱਤੇ ਥੱਲੇ ਬੁਲਾਈ ਜਾਣ, ਤੀਜੀ ਵਾਰੀ ਕਿਸੇ ਦੇ ਹੱਥ ਨਹੀਂ ਜੁੜਦੇ। ਕਿਉਂ? ਤੀਜੀ ਵਾਰੀ ਫਤਿਹ 'ਚ ਵਾਹਿਗੁਰੂ ਨਹੀਂ ਆਇਆ? ਇੱਥੇ ਸਾਰਾ ਦਿਨ ਫਤਿਹ ਬੁਲਾਉਣੀ ਪਏ ਤਾਂ ਬੁਲਾਇਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਵੱਡੀ ਦਾਤ ਹੈ,
ਬਹੁਤ ਵੱਡੀ ਦਾਤ ਹੈ ਫਤਿਹ ਆਪਣੇ ਆਪ ਵਿੱਚ ਪੂਰਨ ਅਰਦਾਸ ਜੇ, ਪੂਰਨ ਭਗਤੀ ਜੇ, ਪੂਰਨ ਸਤਿਕਾਰ ਜੇ, ਪੂਰਨ ਸ਼ਰਧਾ ਜੇ, ਗੁਰੂ ਦੀ ਫਤਿਹ। ਅਰਦਾਸ ਅਸੀਂ ਕਰਨੇ ਜਿਨ੍ਹਾਂ ਨੇ ਦੇਖ ਕੇ ਅਣਡਿੱਟ ਕੀਤਾ। ਕੇਵਲ ਅਰਦਾਸ ਰਹਿ ਜਾਏਗੀ ਕਿ ਅਸੀਂ ਇਸ ਅਰਦਾਸ ਵਿੱਚ ਜੁੜਾਂਗੇ? ਕਿਆ ਅਸੀਂ ਵੀ ਦੇਖ ਕੇ ਅਣਡਿੱਟ ਕੀਤਾ? ਪਹਿਲੇ ਤਾਂ ਸਮਝੋ, ਦੇਖ ਕੇ ਅਣਡਿੱਟ ਕਰਨਾ ਕਹਿੰਦੇ ਕਿਹਨੂੰ ਨੇ? ਕਿਸੇ ਦੀ ਕਮੀ ਨੂੰ ਦੇਖ ਕੇ ਨਜ਼ਰਅੰਦਾਜ਼ ਕਰ ਦੇਣਾ, ਕਿਸੇ ਦੀ ਜ਼ਿਆਦਤੀ ਨੂੰ ਆਪਣੇ ਅੰਦਰੋਂ ਭੁਲਾ ਦੇਣਾ, ਨਜ਼ਰਅੰਦਾਜ਼ ਕਰ ਦੇਣਾ। ਜਸਟ ਫੋਰ ਗਿਵ ਐਂਡ ਫੋਰ ਗੈਟ, ਇਹ ਹੈ ਦੇਖ ਕੇ ਅਣਡਿੱਠ ਕਰਨਾ। ਇਹ ਕੇਵਲ ਅਰਦਾਸ ਨਾ ਰਹਿ ਜਾਏ, ਸਾਡੇ ਜੀਵਨ ਦਾ ਢੰਗ ਹੋ ਜਾਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਇੱਕ ਗੱਲ ਧਿਆਨ ਰੱਖਣਾ, ਜਿੱਥੇ ਫੋਰਗਿਵਨੈਸ ਆ ਗਈ, ਜਿੱਥੇ ਦੇਖ ਕੇ ਅਣਡਿੱਠ ਕਰਨਾ ਆ ਗਿਆ, ਉੱਥੇ ਗੁਰੂ ਨਾਨਕ ਆ ਗਿਆ। ਬਾਣੀ ਦਾ ਅਟਲ ਫੁਰਮਾਨ ਹੈ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ। ਜਿੱਥੇ ਫੋਰਗਿਵਨੈਸ ਆ ਗਈ, ਜਿੱਥੇ ਇਹ ਭਾਵਨਾ ਆ ਗਈ, ਚੱਲ ਕੋਈ ਗੱਲ ਨਹੀਂ, ਇਹ ਉਹਦਾ ਕਰਮ ਹੈ, ਕੋਈ ਗੱਲ ਨਹੀਂ, ਵਾਹਿਗੁਰੂ ਉਹਨੂੰ ਸੁਮਤੀ ਦੇ, ਉੱਥੇ ਗੁਰੂ ਨਾਨਕ ਪ੍ਰਵੇਸ਼ ਕਰ ਗਏ। ਜੋੜੇ ਲਾਹਣ ਤੋਂ ਭਾਵ ਹੈ ਛੋੜ ਦਿੱਤਾ, ਸੰਸਾਰ ਨਾਲ ਰਿਸ਼ਤਾ ਖਤਮ। ਪਰ ਸਿੱਧੇ ਦੇਖਣੇ, ਇੱਥੇ ਆ ਕੇ ਸਾਡੇ ਮੋਬਾਈਲ ਵੀ ਵੱਜਦੇ ਨੇ। ਦੇਖੋ, ਸਿੱਖ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਕਹਿੰਦੇ ਹਾਂ ਨਾ, ਕਹਿੰਦੇ ਨੇ ਬਾਦਸ਼ਾਹਾਂ ਦਾ ਬਾਦਸ਼ਾਹ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ। ਸੰਸਾਰਿਕ ਸ਼ਹਿਨਸ਼ਾਹ, ਕੋਈ ਸੰਸਾਰਿਕ MP, ਕੋਈ ਮਿਨਿਸਟਰ, ਕੋਈ ਪ੍ਰਾਈਮ ਮਿਨਿਸਟਰ ਦੇ ਘਰ ਜਾਂਦੇ ਹਾਂ ਅਤੇ ਫੋਨ ਅਗਲੇ ਬਾਹਰ ਹੀ ਰਖਾ ਲੈਂਦੇ ਨੇ, ਅਤੇ ਜਾਂ ਫਿਰ ਸਵਿੱਚ ਆਫ ਅਸੀਂ ਆਪੇ ਹੀ ਕਰ ਦਿੰਦੇ ਹਾਂ। ਅਤੇ ਇਸ ਸ਼ਹਿਨਸ਼ਾਹ ਦੇ ਘਰ ਆਉਂਦੇ ਹਾਂ, ਫਿਰ ਸਾਡਾ ਸੰਸਾਰ ਸਾਡੇ ਨਾਲ ਕਿਉਂ ਆ ਜਾਂਦਾ? ਫਿਰ ਕਿਉਂ ਚੁੱਕੀ ਫਿਰਨੇ ਹਾਂ ਸੰਸਾਰ ਨੂੰ, ਕੀ ਹੋ ਜਾਏਗਾ? ਜੋੜੇ ਲਾਏ, ਰਿਸ਼ਤਾ ਖਤਮ, ਉੱਥੇ ਹੀ ਸਭ ਕੁਝ ਸਮਾਪਤ। ਇੱਥੇ ਤਾਂ ਬਸ ਇੱਕ ਹੋਵੇ, ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਚੱਲੇ ਹਾਂ, ਅਬ ਹਮ ਚਲੀ ਠਾਕੁਰ ਪੈ। ਫਿਰ ਅਸੀਂ ਮੱਥਾ ਟੇਕਨੇ ਹਾਂ, ਕਦੀ ਬਿਰਤੀ ਬਣਾਓ। ਇਹ ਦੋ ਹੱਥ ਜੋੜਨ ਤੋਂ ਭਾਵ ਕੀ ਹੁੰਦਾ? ਮੈਂ ਗਰੀਬ ਹਾਂ, ਮੈਂ ਕਮਜ਼ੋਰ ਹਾਂ, ਸਤਿਕਾਰ ਵਜੋਂ ਵਾਹਿਗੁਰੂ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਤੇਰੀ ਸ਼ਰਨ ਆਇਆ। ਦੋ ਹੱਥ ਜੋੜੇ, ਇਹ ਅਤ ਨਿਮਰਤਾ ਦੀ ਨਿਸ਼ਾਨੀ ਹੈ, ਦੋ ਹੱਥ ਜੋੜਨੇ। ਇਹ ਅਤ ਨਿਮਰਤਾ ਦੀ ਨਿਸ਼ਾਨੀ ਹੈ, ਦੋ ਹੱਥ ਜੋੜਨੇ। ਜੇ ਦਿਖਾਵਾ ਨਹੀਂ ਤਾਂ ਅਤ ਨਿਮਰਤਾ ਹੈ। ਅਤੇ ਦੂਜਾ ਸਟੈਪ ਸਾਡਾ ਕੀ ਹੁੰਦਾ? ਸਭ ਤੋਂ ਪਹਿਲੇ ਅਸੀਂ ਗੋਡੇ ਟੇਕਨੇ ਹਾਂ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੋਡੇ ਟੇਕਣ ਤੋਂ ਕੀ ਭਾਵ ਹੈ? ਪੰਜਾਬੀ ਦੀ ਆਮ ਕਹਾਵਤ ਹੈ ਨਾ, ਉਹਨੇ ਗੋਡੇ ਟੇਕ ਦਿੱਤੇ। ਗੋਡੇ ਟੇਕਣ ਤੋਂ ਭਾਵ ਹੈ ਹਾਰ ਮੰਨ ਲਈ। ਔਰ ਜਿਹੜੇ ਵਿਅਕਤੀ ਨੇ ਆਪਣੇ ਗੁਰੂ ਅੱਗੇ ਹਾਰ ਮੰਨ ਲਈ, ਆਪਣੀਆਂ ਸਿਆਣਪਾਂ ਚਤੁਰਾਈਆਂ ਬਾਹਰ ਛੱਡ ਦਿੱਤੀਆਂ, ਉਹਨੂੰ ਫਿਰ ਸੰਸਾਰ ਅੱਗੇ ਨਹੀਂ ਹਰਨਾ ਪੈਂਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੋਡੇ ਟੇਕ ਦਿੱਤੇ, ਸਰੈਂਡਰ, ਹਾਰ ਮੰਨ। ਉਹਦੇ ਬਾਅਦ ਹੱਥ ਵੀ ਟੇਕ ਦਿੱਤੇ, ਵਾਹਿਗੁਰੂ ਸਾਡਾ ਸਰੀਰਕ ਬਲ ਵੀ ਤੇਰੇ ਅੱਗੇ ਸਮਰਪਿਤ। ਅਤੇ ਉਸ ਤੋਂ ਬਾਅਦ ਅਖੀਰ 'ਤੇ ਅਸੀਂ ਟੇਕਦੇ ਨੇ ਮੱਥਾ। ਇਹ ਬੁੱਧੀ, ਇਹ ਬੜੀਆਂ ਚਲਾਕੀਆਂ ਕਰਦੀ। ਵਾਹਿਗੁਰੂ ਹਮ ਅਗਿਆਨ ਅਲਪ ਮਤ ਥੋਰੀ, ਸਾਡੀ ਬੁੱਧੀ ਬਹੁਤ ਛੋਟੀ ਹੈ ਵਾਹਿਗੁਰੂ, ਇਹ ਤੇਰੇ ਅੱਗੇ ਸਮਰਪਿਤ ਹੈ। ਹੁਣ ਇੱਕ ਕੰਮ ਕਰ, ਤੂੰ ਆਪਣਾ ਵਿਵੇਕ ਬੁੱਧ, ਆਪਣਾ ਬਲ ਸਾਨੂੰ ਬਖਸ਼ਿਸ਼ ਕਰ। ਅਤੇ ਜਦੋਂ ਗੁਰੂ ਆਪਣਾ ਬਲ, ਆਪਣਾ ਵਿਵੇਕ ਦਿੰਦਾ, ਅਸੀਂ ਮੰਗਦੇ ਹਾਂ ਅਰਦਾਸ ਵਿਵੇਕ ਦਾਨ। ਵਿਵੇਕ ਤੋਂ ਭਾਵ ਕੀ ਹੁੰਦਾ? ਬੁੱਧੀ, ਵਿਜ਼ਡਮ, ਗਿਆਨ ਦਾਨ ਦਿਓ। ਅਤੇ ਜਦੋਂ ਸਤਿਗੁਰੂ ਆਪਣਾ ਵਿਵੇਕ, ਆਪਣਾ ਬਲ ਬਖਸ਼ਿਸ਼ ਕਰਦਾ, ਫਿਰ ਦੁਨੀਆਂ ਵਿੱਚ ਕੋਈ ਕੰਮ ਮੁਸ਼ਕਿਲ ਨਹੀਂ ਹੁੰਦਾ। ਕੱਲ ਹੀ ਬੇਨਤੀ ਕੀਤੀ ਸੀ ਨਾ, ਜਦੋਂ ਘਰੋਂ ਨਿਕਲਣ ਲੱਗੋ, 5 ਵਾਰੀ ਮੂਲ ਮੰਤਰ ਦਾ ਪਾਠ ਕਰਕੇ ਗੱਜ ਕੇ ਜਕਾਰਾ ਬੁਲਾਇਆ ਕਰੋ, ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਅਸੰਭਵ ਕੰਮ, ਮੁਸ਼ਕਿਲ ਕੰਮ ਹੀ ਆਸਾਨ ਹੋ ਜਾਏ। ਜਦੋਂ ਗੁਰੂ ਆਪਣਾ ਬਲ ਵਿੱਚ ਰੱਖ ਦਿੰਦਾ, ਫਿਰ ਸਭ ਕੁਛ ਹੋ ਜਾਂਦਾ। ਭਾਈ ਵਿਧੀ ਚੰਦ ਕੀ ਅਵਸਥਾ ਸੀ, ਕਿਤਨਾ ਕੁ ਸਰੀਰ ਸੀ, ਉਹ ਨਾਗਨੀ ਬਰਛੀ ਦਿੱਤੀ ਗੁਰੂ ਕਲਗੀਧਰ ਪਾਤਸ਼ਾਹ ਨੇ, ਸੀਸ 'ਤੇ ਹੱਥ ਰੱਖ ਦਿੱਤਾ, ਜਾ ਗੁਰਸਿੱਖਾ। ਇਹ ਬਲ ਗੁਰੂ ਦਾ ਵਰਤ ਰਿਹਾ ਸੀ। ਭਾਈ ਮਤੀ ਦਾਸ ਦੇ ਸੀਸ 'ਤੇ ਆਰਾ ਚੱਲ ਰਿਹਾ ਹੈ, ਅਤੇ ਕਹਿ ਰਹੇ ਨੇ ਬੜਾ ਆਨੰਦ ਆ ਰਿਹਾ, ਬਲ ਗੁਰੂ ਦਾ ਸੀ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਕਰਮ ਖੰਡ ਕਹਿੰਦੇ ਬਖਸ਼ਿਸ਼ ਦਾ ਖੰਡ, ਉਸ ਬਖਸ਼ਿਸ਼ ਦੀ ਅਵਸਥਾ ਵਿੱਚ
ਫਿਰ ਬਲ ਪਰਮੇਸ਼ੁਰ ਦਾ ਹੁੰਦਾ, ਤੁਹਾਡਾ ਆਪਣਾ ਬਲ ਨਹੀਂ ਹੁੰਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਦੇਵ ਕਹਿ ਰਹੇ ਨੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਲੱਖਾਂ ਇਸ਼ਨਾਨ ਕਰ ਲੈ, ਅੰਤਿਸ਼ਕਰਨ ਪਵਿੱਤਰ ਨਹੀਂ ਹੋਏਗਾ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ। ਅਤੇ ਤੂੰ ਜੰਗਲਾਂ 'ਚ ਜਾ ਕੇ ਸਮਾਧੀ ਲਾ ਕੇ ਬਹਿ ਜਾਵੇਂ ਅਤੇ ਕਵੇਂ ਪਰਮਾਤਮਾ ਪ੍ਰਾਪਤ ਹੋ ਜਾਏਗਾ। ਪਾਤਸ਼ਾਹ ਕਹਿੰਦੇ ਨਹੀਂ, ਚੁੱਪ ਕਿਹਨੇ ਕਰਨਾ ਸੀ? ਸਰੀਰ ਦੀ ਚੁੱਪ ਨਹੀਂ ਚਾਹੀਦੀ, ਮਨ ਦੀ ਚੁੱਪ ਚਾਹੀਦੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਮਨ ਤਾਂ ਦੌੜਦਾ ਫਿਰਦਾ, ਮਨ ਤਾਂ ਕਦੀ ਇਹ ਮੰਗਦਾ ਕਦੀ ਉਹ ਮੰਗਦਾ, ਮਨ ਤਾਂ ਭੱਜੀ ਫਿਰਦਾ ਕਿ ਮੇਰੀ ਸਮਾਧੀ ਸਫਲੀ ਹੋ ਗਈ, ਮੈਨੂੰ ਰਿਧੀਆਂ ਸਿੱਧੀਆਂ ਮਿਲ ਗਈਆਂ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ। ਮਨ ਤਾਂ ਦੌੜ ਰਿਹਾ, ਚੁੱਪ ਹੈ ਚੁੱਪ ਨਾ ਹੋਵੇ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਗੁਰਦੇਵ ਕਹਿੰਦੇ ਨੇ ਭੁੱਖੇ ਰਹਿ ਕੇ ਜੇ ਤੂੰ ਕਹਿੰਦੇ ਵਰਤ ਰੱਖ ਕੇ ਮੈਂ ਪਰਮਾਤਮਾ ਨੂੰ ਖੁਸ਼ ਕਰ ਲਾਂ, ਪਾ ਲਵਾਂ, ਤਾਂ ਤੇਰਾ ਅੰਤਿਸ਼ ਕਰਨ 'ਤੇ ਮੰਗ ਰਿਹਾ, ਤੇਰੀ ਮੰਗ ਹੀ ਹੈ। ਵਰਤ ਕਿਉਂ ਰੱਖਿਆ ਤੂੰ? ਤੇਰਾ ਕੋਈ ਮੰਗ ਹੈ ਕਿ ਮੈਂ ਇੰਨੇ ਦਿਨ ਭੋਜਨ ਨਹੀਂ ਕਰਾਂਗਾ, ਮੇਰਾ ਇਹ ਕੰਮ ਹੋ ਜਾਏ, ਇੰਨੇ ਦਿਨ ਭੋਜਨ ਨਹੀਂ ਕਰਾਂਗਾ, ਇਹ ਕੰਮ ਹੋ ਜਾਏ? ਤੇਰੀਆਂ ਮੰਗਾਂ ਹੀ ਬੜੀਆਂ ਨੇ। ਭੁੱਖੇ ਆ ਭੁੱਖ ਨਾ ਉਤਰੀ, ਕਹਿੰਦੇ ਭੁੱਖੇ ਦੀ ਭੁੱਖ ਨਹੀਂ ਉਤਰ ਸਕਦੀ। ਜੇ ਬੰਨਾਂ ਪੂਰੀਆਂ ਬਾਹਰ ਹੈ, ਮਨ ਦੀ ਭੁੱਖ ਐਸੀ ਹੈ, ਭਾਵੇਂ ਸਾਰੀ ਸ੍ਰਿਸ਼ਟੀ ਦੇ ਭੰਡਾਰੇ ਬੰਨ ਕੇ ਦੇ ਦਿਓ ਨਾ, ਪਾਤਸ਼ਾਹ ਕਹਿੰਦੇ ਮਨ ਦੀ ਭੁੱਖ ਨਹੀਂ, ਮਨ ਨਹੀਂ ਰੱਜਦਾ। ਪੁੱਛੋ ਖਾਂ ਕਿਸੇ ਵੱਡੇ ਦੁਨੀਆ ਦੇ ਸੇਠ ਨੂੰ, ਪੁੱਛ ਕੇ ਦੇਖੋ ਵੀ ਤੂੰ ਹੁਣ ਰੱਜ ਗਿਆ, ਤੇਰਾ ਕੰਮ ਹੋ ਗਿਆ? ਕਹਿੰਦਾ ਨਹੀਂ, ਜੇ ਹੋਰ ਚਾਹੀਦਾ। ਇੱਕ ਮਹਾਤਮਾ ਗਏ ਅਮਰੀਕਾ, ਸਾਦਾ ਵੇਸ਼ ਸੀ, ਅਤੇ ਕੋਈ ਅੰਗਰੇਜ਼ ਇੰਡੀਆ ਆਇਆ ਹੋਇਆ ਸੀ, ਉਹਨੇ ਦੇਖਿਆ ਸੀ ਵੀ ਇਹ ਤਾਂ ਇੰਡੀਆ ਵਿੱਚ ਬੜੇ ਭਿਖਾਰੀ ਵੀ ਨੇ, ਬੜੇ ਰਾਜੇ ਮਹਾਰਾਜੇ ਵੀ ਨੇ। ਉਹ ਦੇਖ ਕੇ ਕਹਿੰਦਾ ਸੀਮਸ ਟੂ ਬੀ ਏ ਬੈਗਰ ਫਰੋਮ ਇੰਡੀਆ, ਅਤੇ ਕੋਈ ਭਿਖਾਰੀ ਲੱਗ ਰਿਹਾ ਇੰਡੀਆ ਤੋਂ। ਅਤੇ ਉਹ ਮਹਾਤਮਾ ਪੜ੍ਹੇ ਲਿਖੇ ਵਿਦਵਾਨ ਸਨ, ਕਹਿਣ ਲੱਗੇ ਆਈ ਐਮ ਨੋਟ ਬੈਗਰ। ਹੁਣ ਇਹ ਡਰ ਗਿਆ, ਆਈ ਐਮ ਨੋਟ ਬੈਗਰ, ਆਈ ਐਮ ਏ ਕਿੰਗ, ਆਈ ਐਮ ਏ ਪ੍ਰਿੰਸ। ਹੁਣ ਉਹਨੇ ਇਹ ਵੀ ਸੁਣਿਆ ਸੀ ਹਿੰਦੁਸਤਾਨ 'ਚ ਬੜੇ ਬੜੇ ਰਾਜੇ ਮਹਾਰਾਜੇ ਪ੍ਰਿੰਸਲੀ ਸਟੇਟਸ ਨੇ। ਉਹ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਪ੍ਰਿੰਸ ਆਫ ਵਿਚ ਸਟੇਟ? ਮਹਾਤਮਾ ਕਹਿਣ ਲੱਗੇ ਪ੍ਰਿੰਸ ਆਫ ਯੂਨੀਵਰਸ, ਸਾਰੇ ਬ੍ਰਹਿਮੰਡ ਦਾ ਰਾਜਕੁਮਾਰ ਹਾਂ ਮੈਂ, ਪਿਤਾ ਮੇਰੋ ਵੱਡੋ ਧਨੀ ਅਗਮਾ। ਹੁਣ ਮੈਂ ਸੋਚੀ ਪੈ ਗਿਆ, ਵਾਕਈ ਕੋਈ ਪ੍ਰਿੰਸ ਹੋਣਾ, ਕੋਈ ਵਿਗੜੇ ਦਿਲ ਸ਼ਹਿਜ਼ਾਦਾ ਹੋਣਾ, ਕੋਈ ਬਾਵਲਾ ਲੱਗਦਾ। ਕਹਿਣ ਲੱਗਾ ਯੂ ਨੀਡ ਸਮਥਿੰਗ? ਅਤੇ ਮਹਾਤਮਾ ਅੱਗੋਂ ਕਹਿਣ ਲੱਗੇ ਆਈ ਡੋਂਟ ਨੀਡ ਸਮਥਿੰਗ, ਆਈ ਡੋਂਟ ਨੀਡ ਐਨੀਥਿੰਗ, ਮੈਨੂੰ ਕੁਛ ਨਹੀਂ ਚਾਹੀਦਾ, ਤੂੰ ਦੱਸ ਤੈਨੂੰ ਕੁਛ ਚਾਹੀਦਾ? ਹੁਣ ਇਹ ਸਮਝ ਗਿਆ ਅਤੇ ਕੋਈ ਫਕੀਰ ਹੈ, ਅਤੇ ਉਹਨੂੰ ਇਹ ਵੀ ਪਤਾ ਸੀ ਕਿ ਫਕੀਰਾਂ ਕੋਲੋਂ ਮੰਗ ਲਓ। ਹੱਥ ਜੋੜ ਦਿੱਤੇ, ਕਹਿੰਦਾ ਯੈਸ ਬਾਬਾ ਆਈ ਨੀਡ ਸਮਥਿੰਗ, ਵਾਟ ਯੂ ਨੀਡ? ਕਹਿੰਦਾ ਮੇਰੇ 'ਤੇ ਕਰਜ਼ਾ ਬੜਾ, ਮੇਰਾ ਕਰਜ਼ਾ ਉਤਰ ਜਾਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਮਰੀਕਾ 'ਚ ਸਾਰੇ ਕਰਜ਼ਾਈ ਨੇ, ਇਹ ਹੁਣ ਸਾਨੂੰ ਹਿੰਦੁਸਤਾਨੀਆਂ ਨੂੰ ਵੀ ਅਮਰੀਕਾ ਨੇ ਕਰਜ਼ਾਈ ਬਣਨਾ ਸਿਖਾ ਦਿੱਤਾ। ਅੱਗੇ ਬੜੀ ਮਿੱਠੀ ਨੀਂਦਰ ਆਉਂਦੀ ਸੀ ਪਿਆਰੀ ਸਾਧ ਸੰਗਤ, ਬੜੀ ਮਿੱਠੀ ਨੀਂਦਰ ਆਉਂਦੀ ਸੀ, ਖਾਸ ਕਰਕੇ ਬੱਚਿਆਂ ਨੂੰ। ਮੈਂ ਕਹਿਣਾ ਚਾਹੁੰਦਾ ਐਡੀ ਪਲਾਸਟਿਕ ਇਕੋਨਮੀ ਹੈ ਨਾ, ਇਹ ਕ੍ਰੈਡਿਟ ਕਾਰਡ ਸਵਾਈਪ ਕੀਤਾ ਤਾਂ ਲੀਵਾਈਜ਼ ਦੀ ਜੀਨ ਲੈ ਲਈ, ਇਹ ਕ੍ਰੈਡਿਟ ਕਾਰਡ ਸਵਾਈਪ ਕੀਤਾ ਤਾਂ ਰੀਬੋਕ ਦੇ ਸ਼ੂਜ਼ ਲੈ ਲਏ, ਇਹ ਕ੍ਰੈਡਿਟ ਕਾਰਡ ਸਵਾਈਪ ਕੀਤਾ ਤਾਂ ਐਪਲ ਦਾ ਆਈਪੋਡ ਲੈ ਲਿਆ। ਅੱਜ ਤਾਂ ਬੜਾ ਮਿੱਠਾ ਲੱਗ ਰਿਹਾ, ਜਦੋਂ ਵਿਆਜ ਸਫੇਦ ਰੁਪਈਏ ਮੋੜਨੇ ਪੈਣੇ ਨਾ ਫਿਰ ਪਤਾ ਲੱਗਣਾ, ਬੜਾ ਔਖਾ ਕੰਮ ਹੈ। ਗੱਡੀ ਲਵੋ ਠੀਕ ਹੈ, ਪਰ ਜਿੰਨੀ ਚਾਦਰ ਹੈ। ਗੁਰਦੇਵ ਕਹਿੰਦੇ ਜੈਸੀ ਬਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ। ਅਸੀਂ ਤਾਂ ਬਾਪੂ ਨਾਲ ਲੜਨ ਮੈਂ ਸਾਨੂੰ ਪੈਸੇ ਨਹੀਂ ਦਿੰਦੇ ਤੁਸੀਂ, ਉਹ ਵਿਚਾਰਾ ਮਜਬੂਰ ਹੋ ਕੇ ਫਿਰ ਸਿਟੀ ਬੈਂਕ ਦਾ ਐਗਰੀਮੈਂਟ ਸਾਈਨ ਕਰਦਾ, ਨਹੀਂ ਜੀ ਸਾਨੂੰ ਤਾਂ ਮਰੂਤੀ ਨਹੀਂ ਚਾਹੀਦੀ, ਸਾਨੂੰ ਤਾਂ ਹੌਂਡਾ ਚਾਹੀਦੀ। ਵਿਚਾਰਾ ਬਾਪੂ ਕੀ ਕਰੇ, ਰੋਜ਼ ਲੜ ਲੜ ਕੇ ਅਸੀਂ ਹੌਂਡਾ ਤਾਂ ਲੈ ਲਈ, ਪਰ ਜਦੋਂ ਫਿਰ ਕਿਸ਼ਤਾਂ ਭਰਨੀਆਂ ਉਹ ਕੌਣ ਭਰੇਗਾ? ਇਹ ਡਿਮਾਂਡ ਸੀ ਨੇ ਨਾ, ਟੀ ਵੀ 'ਤੇ ਐਡ ਦੇਖ ਦੇਖ ਕੇ ਸਾਡਾ ਸਿਰ ਘੁੰਮਿਆ ਪਿਆ। ਅਸੀਂ ਕਹਿੰਦੇ ਸਾਨੂੰ ਉਹ ਸਭ ਕੁਝ ਚਾਹੀਦਾ ਜੋ ਟੀ ਵੀ 'ਤੇ ਆ ਰਿਹਾ। ਇਹ ਸਭ ਵਿਪਦਾ ਕ੍ਰੀਏਟ ਕਰਨੀ ਹੈ ਪਲਾਸਟਿਕ ਇਕੋਨਮੀ। ਉਹ ਵਿਚਾਰਾ ਬੜਾ ਮਜਬੂਰ ਸੀ, ਕਰਜ਼ੇ ਬੜੇ ਸਨ, ਅਮਰੀਕਾ ਦਾ ਤਾਂ ਹਾਲ ਹੀ ਹੈ। ਇੱਕ ਬੀਬੀ ਗਈ ਡਾਕ ਦੇਖਣ, ਅਤੇ ਅੱਗੋਂ ਡਾਕ ਕੋਈ ਨਹੀਂ ਸੀ ਆਈ, ਅਤੇ ਉਹ ਬੜੀ ਹੱਸਦੀ ਹੱਸਦੀ ਬਾਹਰ ਆਈ, ਅਤੇ ਕਿਸੇ ਵਿਦਵਾਨ ਨੇ ਪਿਆਰ ਵਾਲੇ ਨੇ ਪੁੱਛਿਆ ਯੂ ਆਰ ਸੋ ਹੈਪੀ ਮੈਮ? ਕਹਿੰਦੇ ਯੈਸ ਆਈ ਐਮ ਵੈਰੀ ਹੈਪੀ, ਮੈਂ ਬੜੀ ਖੁਸ਼ ਹਾਂ। ਕਹਿੰਦੇ ਕੀ ਗੱਲ ਹੈ? ਕਹਿੰਦੇ ਅੱਜ ਕੋਈ ਡਾਕ ਨਹੀਂ ਆਈ। ਉਹ ਵਿਦਵਾਨ ਨੇ ਕਿਹਾ ਪਿਆਰ ਵਾਲੇ ਨੇ ਡਾਕ ਨਹੀਂ ਆਈ ਤਾਂ ਖੁਸ਼ੀ ਵਾਲੀ ਕਿਹੜੀ ਗੱਲ ਹੈ? ਕਹਿੰਦੇ ਨੋ ਮੇਲ ਨੋ ਬਿਲਸ,
ਨਾ ਕੋਈ ਡਾਕ ਆਈਏ ਨਾ ਕੋਈ ਬਿੱਲ ਆਇਆ ਉਹ ਕੀ 29 ਦਿਨ ਹੁੰਦੇ ਨੇ ਅਤੇ 30 ਬਿੱਲ ਹੁੰਦੇ ਨੇ ਪਿਆਰੀ ਸਾਧ ਸੰਗਤ ਮੈਂ ਵੀ ਇਸ ਤੋਂ ਬਾਹਰ ਨਹੀਂ ਹਾਂ ਤਾਂ ਹੀ ਬੇਨਤੀ ਕਰ ਰਿਹਾ ਇਹ ਬੜੀ ਔਖਾ ਪਿੰਡ ਆ ਜੇ ਉਹ ਵਿਚਾਰਾ ਦੁਖੀ ਸੀ ਬਿੱਲ ਭਰ ਭਰ ਕੇ ਕਹਿੰਦਾ ਬਾਬਾ ਲੋਟਸ ਆਫ ਬਿੱਲਸ ਮੈਨੂੰ ਛੁਟਕਾਰਾ ਦਵਾ ਦੇ ਮਹਾਤਮਾ ਨੇ ਕਿਹਾ ਹੋਰ ਕੁਝ ਕਹਿੰਦਾ ਜੇ ਕਿਰਪਾ 'ਚ ਆਇਓ ਤਾਂ ਆਈ ਵਾਂਟ ਅ ਮੈਨਸ਼ਨ ਵੱਡਾ ਘਰ ਚਾਹੀਦਾ ਕਹਿੰਦਾ ਹੋਰ ਕੁਝ ਕਹਿੰਦਾ ਹੁਣ ਵੱਡੀ ਗੱਡੀ ਚਾਹੀਦੀ ਕਹਿੰਦਾ ਹੋਰ ਕੁਝ ਕਹਿੰਦਾ ਧੀਆਂ ਪੁੱਤਰ ਹੋਣ ਪਰਿਵਾਰ ਹੋਣ ਗੁੱਡ ਫੈਮਿਲੀ ਗੁੱਡ ਐਜੂਕੇਸ਼ਨ ਕਹਿੰਦਾ ਹੋਰ ਕੁਝ ਕਹਿੰਦਾ ਬਾਬਾ ਇਫ ਯੂ ਕੈਨ ਗਿਵ ਮੀ ਦੈਨ ਗਿਵ ਮੀ ਅ ਪਰਸਨਲ ਜੈਟ ਹੁਣ ਹਵਾਈ ਜਹਾਜ਼ ਵੀ ਚਾਹੀਦਾ ਮੰਗਾਂ ਮੰਗਦਾ ਗਿਆ ਨਾ ਮਹਾਤਮਾ ਨੇ ਚੁੱਪ ਕਰਕੇ ਗਿਆ ਉਹਦੇ ਮੂੰਹ ਵੱਲ ਦੇਖਿਆ ਕਹਿੰਦਾ ਹੁਣ ਦੱਸ ਤੂੰ ਕਹਿੰਦਾ ਸੈ ਸੀਮਸ ਟੂ ਬੀ ਬੈਗਰ ਨਾਓ ਯੂ ਟੈਲ ਮੀ ਹੂ ਇਜ਼ ਬੈਗਰ ਹੁਣ ਭਿਖਾਰੀ ਕੌਣ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਚਾਹ ਗਈ ਚਿੰਤਾ ਮਿੱਟੀ ਮਨਵਾ ਬੇਪਰਵਾਹ ਜਿਸ ਕੋ ਕੁਛ ਨਾ ਚਾਹੀਏ ਵੋਹੀ ਸ਼ਹਿਨ ਸ਼ਾਹ ਇਸ ਲਈ ਕੱਲ੍ਹ ਵਿਚਾਰ ਕੀਤੀ ਸੀ ਨਾ ਦਇਆ ਦੀ ਦੂਜਾ ਉਪਦੇਸ਼ ਗੁਰੂ ਨਾਨਕ ਦਾ ਸੰਤੋਖ ਧਾਰਨ ਕਰ ਜਿਹਦੇ ਅੰਦਰ ਸੰਤੋਖ ਆ ਗਿਆ ਸ੍ਰਿਸ਼ਟੀ ਦਾ ਬਾਦਸ਼ਾਹ ਆ ਗਿਆ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਜੇ ਭੁੱਖ ਹੈ ਸੰਤੋਖ ਨਹੀਂ ਆਇਆ ਤਾਂ ਭਾਵੇਂ ਪੁਰੀਆਂ ਭਾਵ ਸਾਰੀ ਸ੍ਰਿਸ਼ਟੀ ਦੇ ਭਾਰ ਭੰਡਾਰੇ ਬੰਨ ਕੇ ਵੀ ਦੇ ਦਈਏ ਤਾਂ ਵੀ ਤੇਰਾ ਮਨ ਨਹੀਂ ਰੱਜੇਗਾ ਭੁੱਖੇ ਰਹਿਣ ਨਾਲ ਪਰਮਾਤਮਾ ਨਹੀਂ ਮਿਲਦਾ ਭੁੱਖੇ ਰਹਿਣ ਨਾਲ ਰੋਟੀਆਂ ਯਾਦ ਆਉਂਦੀਆਂ ਪਿਆਰ ਨਾਲ ਆਖੋ ਸਤਨਾਮ ਸਾਡੇ ਵਾਲੀ ਦੇਖਾ ਦੇਖੀ ਫਿਲਮਾਂ ਦੇਖ ਦੇਖ ਕੇ ਨਾ ਸਿੱਖਾਂ ਵਿੱਚ ਬੜਾ ਰਿਵਾਜ਼ ਹੋ ਗਿਆ ਫਿਲਮ ਆਈ ਸੀ DDLJ ਨਾਮ ਹੀ ਲੈ ਦਿਆਂ ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ ਉੱਥੇ ਕਿਸੇ ਉਹਨਾਂ ਨੇ ਕਰਵਾ ਚੌਥ ਦਾ ਵਰਤ ਦਿਖਾ ਦਿੱਤਾ ਬਸ ਹੁਣ ਸਾਡੀਆਂ ਭੈਣਾਂ ਨੂੰ ਵੀ ਚਾਹ ਚੜ੍ਹ ਗਿਆ ਕਰਵਾ ਚੌਥ ਦੇ ਵਰਤ ਰੱਖਣ ਦਾ ਲੱਗਦੀਆਂ ਸਵੇਰੇ 4 ਵਜੇ ਅਤੇ ਸਾਰਾ ਦਿਨ ਫਿਰ ਕੀ ਹੁੰਦਾ ਰੋਟੀ ਯਾਦ ਆਉਂਦੀ ਹੈ ਜੇ ਪਤੀ ਘਰ ਆਉਣਾ ਲੇਟ ਹੋ ਗਿਆ ਤਾਂ ਉਹਦੇ ਨਾਲ ਲੜਨ ਲੱਗ ਜਾਂਦੀਆਂ ਨੇ ਕੀ ਹੈ ਭੁੱਖੇ ਨੂੰ ਰੋਟੀ ਯਾਦ ਆਉਂਦੀ ਪਿਆਰੀ ਸਾਨੂੰ ਰੱਬ ਨਹੀਂ ਯਾਦ ਆਉਂਦਾ ਤਾਂ ਹੀ ਲੰਗਰ ਦੀ ਰੀਤੀ ਚਲਾਈ ਗੁਰਦੇਵ ਨੇ ਕਹਿੰਦੇ ਨੇ ਪਹਿਲੇ ਪੰਗਤ ਫਿਰ ਸੰਗਤ ਰੱਜ ਕੇ ਆ ਅਤੇ ਇੱਥੇ ਜਿਹੜਾ ਕੜਾਹ ਪ੍ਰਸ਼ਾਦ ਹੈ ਜਿੱਥੇ ਦਾਤ ਹੈ ਗੁਰੂ ਦੀ ਬਖਸ਼ਿਸ਼ ਹੈ ਉਸ ਤੋਂ ਸਭ ਤੋਂ ਉੱਤਮ ਸੰਸਾਰਕ ਪਦਾਰਥ ਵੀ ਭੋਜਨ ਵਾਸਤੇ ਜੇ ਇਹ ਕੜਾਹ ਪ੍ਰਸ਼ਾਦ ਬਣਾਉਣ ਦੀ ਮੈਂ ਅੱਗੇ ਵੀ ਬੇਨਤੀ ਕੀਤੀ ਇੱਕ ਰੀਤ ਹੈ ਇੱਕ ਸਿਸਟਮ ਹੈ ਇੱਕ ਮਰਿਆਦਾ ਹੈ ਕਿਵੇਂ ਪ੍ਰਸ਼ਾਦ ਤਿਆਰ ਕਰਨਾ ਹੈ ਕਿਵੇਂ ਪ੍ਰਸ਼ਾਦ ਨੂੰ ਭੋਗ ਲਵਾਉਣਾ ਹੈ ਕਿਵੇਂ ਪ੍ਰਸ਼ਾਦ ਵਰਤਾਉਣਾ ਅਤੇ ਕਿਵੇਂ ਪ੍ਰਸ਼ਾਦ ਪ੍ਰਾਪਤ ਕਰਨਾ ਹੈ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਪਤਾ ਹੈ ਗੁਰਦੇਵ ਨੂੰ ਦੂਰੋਂ ਆਉਂਦਾ ਕੋਈ ਨੇੜੇ ਆਉਂਦਾ ਸਭ ਤੋਂ ਉੱਤਮ ਫੁੱਲ ਡਾਇਟ ਹੈ ਆਲ ਵਿਟਾਮਿਨਸ ਆਲ ਕੈਲੋਰੀਜ ਆਲ ਆਇਰਨ ਆਲ ਯੂ ਨੋ ਨਿਊਟ੍ਰੀਟਿਵਸ ਆਰ ਅਵੇਲੇਬਲ ਇਨ ਕੜਾਹ ਪ੍ਰਸ਼ਾਦ ਸੰਸਾਰਕ ਪਦਾਰਥ ਵੀ ਨੇ ਅਤੇ ਆਤਮਕ ਪਦਾਰਥ ਵੀ ਨੇ ਇਹ ਬਖਸ਼ਿਸ਼ ਹੈ ਗੁਰੂ ਦੀ ਬੜੇ ਅਦਬ ਨਾਲ ਲਵੋ ਬੜੇ ਬੜੇ ਰੋਗ ਕੱਟ ਦਿੰਦਾ ਜੇ ਕੜਾਹ ਪ੍ਰਸ਼ਾਦ ਬੜੇ ਬੜੇ ਰੋਗ ਕੱਟ ਦਿੰਦਾ ਜੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਜਿੰਨੀਆਂ ਮਰਜ਼ੀ ਚਤੁਰਾਈਆਂ ਕਰ ਲੈ ਪਰਮਾਤਮਾ ਨਹੀਂ ਮਿਲਦਾ ਚਤੁਰਾਈਆਂ ਨਾਲ ਹੀ ਮਿਲਦਾ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਅਤੇ ਫਿਰ ਗੁਰਦੇਵ ਕਹਿੰਦੇ ਸਵਾਲ ਹੈ ਸਾਡਾ ਕਿਵ ਸਚਿਆ ਪੜੋ ਪਿਆਰ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾ ਉਸਦੇ ਹੁਕਮ ਵਿੱਚ ਆ ਜਾ ਉਸਦੀ ਰਜਾ ਵਿੱਚ ਆ ਜਾ ਸਰੰਡਰ ਅਨ ਟੂ ਹਿਮ ਉਸਦੇ ਹੁਕਮ ਅੱਗੇ ਉਸਦੀ ਰਜਾ ਅੱਗੇ ਚੁੱਕ ਜਾ ਉਸਦੀ ਖੁਸ਼ੀ ਲੈ ਰਜਾ ਭਾਵ ਖੁਸ਼ੀ ਉਸਦੀ ਵਿਲ ਐਂਡ ਵਿਸ਼ ਸਰੰਡਰ ਅਨ ਟੂ ਹਿਸ ਕਮੈਂਡ ਐਂਡ ਵਿਲ ਐਂਡ ਵਿਸ਼ ਉਹਦੇ ਹੁਕਮ ਅੱਗੇ ਸਿਰ ਚੁਕਾ ਦੇ ਉਹਦੀ ਰਜਾ ਅੱਗੇ ਸਿਰ ਚੁਕਾ ਦੇ ਅਤੇ ਹੁਕਮ ਅਤੇ ਰਜਾ ਕਿੱਥੇ ਹੈ ਪਾਤਸ਼ਾਹ ਕਹਿੰਦੇ ਨਾਨਕ ਲਿਖਿਆ ਨਾਲ ਤੇਰੇ ਅੰਤਿਸ਼ਕਰਨ 'ਚ ਹੀ ਅੰਕਤ ਹੈ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾੜੇ ਤੋਂ ਮਾੜਾ ਵਿਅਕਤੀ ਉਸਦੇ ਅੰਦਰੋਂ ਵੀ ਆਵਾਜ਼ ਆਉਂਦੀ ਹੈ ਜਦੋਂ ਕੁਝ ਗਲਤ ਕਰਨ ਲੱਗਦਾ ਹੈ ਅੰਦਰੋਂ ਹੀ ਆਵਾਜ਼ ਆਉਂਦੀ ਹੈ ਕਿ ਤੂੰ ਗਲਤ ਕਰਨ ਜਾ ਰਿਹਾ ਸਾਡੇ ਸੇਵਾ ਪੰਥੀਆਂ ਵਿੱਚ ਇੱਕ ਮਹਾਂਪੁਰਸ਼ ਹੋਏ ਨੇ ਭਾਈ ਰੰਗ ਜੀ ਭਾਈ ਕਨਈਆ ਜੀ ਦੀ ਟਕਸਾਲ ਚੱਲੀ ਇਹਨੂੰ ਸੇਵਾ ਪੰਥੀ ਟਕਸਾਲ ਕਹਿੰਦੇ ਨੇ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਪਹਿਲੀ ਕਿਰਪਾ ਭਾਈ ਕਨਈਆ ਜੀ 'ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੀ ਜਾ ਭਾਈ ਕਨਈਆ ਤੈਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਸੇਵਾ ਦਾ ਕਿਨਕਾ ਦਿੱਤਾ ਕਿਨਕਾ ਜਾ ਇਸ ਨੂੰ ਵੰਡ ਬੜੋ ਪਿਆਰ ਨਾਲ ਕਿਨਕਾ ਏਕ
ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ। ਜਾਂ ਤੈਨੂੰ ਗੁਰੂ ਨਾਨਕ ਦੇ ਘਰੋਂ ਸੇਵਾ ਦਾ ਕਿਨਕਾ ਦਿੱਤਾ। ਇਤਨੀ ਖੁਸ਼ੀ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਭਾਈ ਕਨਈਆ 'ਤੇ ਕਿ ਜਦੋਂ ਭਾਈ ਕਨਈਆ ਬੜੇ ਅਮੀਰ ਘਰਾਣੇ ਵਿੱਚੋਂ ਸਨ, ਭਾਈ ਕਨਈਆ ਭਾਈ ਨੱਥੂ ਰਾਮ ਜੀ ਬੜੇ ਇੱਕ ਸਟੇਟ ਮੈਨੇਜਰ ਸਨ, ਉਸ ਵਕਤ ਦੇ ਬੜੇ ਵੱਡੇ ਵਪਾਰੀ ਠੇਕੇ ਸਰਕਾਰੀ ਠੇਕੇਦਾਰ ਸਨ। ਅਤੇ ਭਾਈ ਕਨਈਆ ਜੀ ਸਭ ਕੁਝ ਤਿਆਗ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਗਏ। ਬੜੀ ਮਨੋਹਰ ਗਾਥਾ ਹੈ, ਵੀ ਫਿਰ ਕਿਸੇ ਵੇਲੇ ਕਰਾਂਗੇ। ਪਰ ਭਾਈ ਕਨਈਆ ਜੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਤਾਂ ਪਾਤਸ਼ਾਹ ਨੇ ਘੋੜਿਆਂ ਦੀ ਸੇਵਾ ਬਖਸ਼ਿਸ਼ ਕੀਤੀ ਘੋੜਿਆਂ ਦੀ। ਅਤੇ ਚਾਅ ਇੰਨਾ ਸੀ ਭਾਈ ਕਨਈਆ ਜੀ ਨੂੰ ਸੇਵਾ ਦਾ ਕਿ ਹੱਥੀਂ ਘਾਹ ਜੰਗਲ 'ਚੋਂ ਪੁੱਟ ਕੇ ਲਿਆਉਣਾ, ਧੋ ਕੇ ਘਾਹ ਘੋੜਿਆਂ ਨੂੰ ਚਖਾਉਣਾ, ਧੋ ਕੇ ਅਤੇ ਘੋੜਿਆਂ ਦੀ ਮਾਲਿਸ਼ ਕਰਨੀ, ਮੁੱਠੀ ਚਾਹ ਪੀ ਕਰਨੀ, ਇਤਨਾ ਪਿਆਰ, ਸਵੇਰੇ ਸ਼ਾਮ ਸਤਸੰਗ ਕਰਨਾ, ਲੰਗਰ ਵਾਸਤੇ ਲੱਕੜਾਂ ਲੈਣੀਆਂ ਅਤੇ ਸਾਰਾ ਦਿਨ ਘੋੜਿਆਂ ਦੀ ਸੇਵਾ ਕਰਨੀ ਅਤੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਇਤਿਹਾਸ ਹੀ ਚਾਹੁੰਦਾ ਕਿਤਨਾ ਕਿਤਨਾ ਚਿਰ ਗੁਰਦੇਵ ਭਾਈ ਕਨਈਆ ਦੀ ਸੇਵਾ ਵੱਲ ਦੇਖਦੇ ਸਨ ਅਤੇ ਖੁਸ਼ ਹੁੰਦੇ ਸਨ। ਇੱਕ ਦਿਨ ਬੁਲਾ ਕੇ ਬਖਸ਼ਿਸ਼ ਕੀਤੀ, ਜਾ ਭਾਈ ਕਨਈਆ ਤੈਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਸੇਵਾ ਦਾ ਕਿਨਕਾ ਦਿੱਤਾ, ਹੁਣ ਵੰਡ ਇਸ ਨੂੰ, ਗੁਰਬਾਣੀ ਦਾ ਪ੍ਰਚਾਰ ਕਰ, ਟੁੱਟੀ ਮਨੁੱਖਤਾ ਨੂੰ ਬਲਦੇ ਸੰਸਾਰ ਨੂੰ ਗੁਰੂ ਉਪਦੇਸ਼ ਨਾਲ ਜੋੜ ਕੇ ਉਹਨਾਂ ਦੇ ਹਿਰਦਿਆਂ ਨੂੰ ਠੰਡ ਪਾਓ। ਉਸ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਜੋ ਮਲਮ ਪੱਟੀ ਦੇ ਕੇ ਇੱਕ ਰੈੱਡ ਕਰਾਸ, ਜਿਹੜੀ ਅੱਜ ਸੰਸਾਰਕ ਰੈੱਡ ਕਰਾਸ ਹੈ, ਇਹ 120-125 ਸਾਲ ਪੁਰਾਣੀ ਹੈ, ਪਰ ਜਿਹੜੀ ਗੁਰਦੇਵ ਗੁਰੂ ਕਲਗੀਧਰ ਪਾਤਸ਼ਾਹ ਨੇ ਰੈੱਡ ਕਰਾਸ ਚਲਾਈ ਹੈ, ਜਿਹਨੂੰ ਸੇਵਾ ਪੰਥੀ ਮਿਸ਼ਨ ਕਹਿੰਦੇ ਨੇ, ਉਹ ਗੁਰਦੇਵ ਨੇ 300 ਕੁਝ ਸਾਲ ਪਹਿਲੇ, ਅੱਜ ਤੋਂ 307 ਸਾਲ ਪਹਿਲੇ ਇਹ ਸੇਵਾ ਪੰਥੀ ਮਿਸ਼ਨ ਆਰੰਭ ਕੀਤਾ। ਸ੍ਰੀ ਸੂਰਜ ਪ੍ਰਕਾਸ਼ ਵਿੱਚ ਦਰਜ ਹੈ, ਇਹ ਵੀ ਆਪਣੋ ਪੰਥ ਪ੍ਰਕਾਸ਼ ਹੈ, ਬਹੁ ਲੋਗਨ ਕੀ ਕੁਮਤੀ ਵਿਨਾਸ਼। ਸੇਵਾ ਦਾ ਇੱਕ ਭੰਡਾਰ, ਇੱਕ ਮਿਸ਼ਨ ਦਿੱਤਾ ਭਾਈ ਕਨਈਆ ਨੂੰ। ਉਸ ਮਿਸ਼ਨ ਵਿੱਚ ਭਾਈ ਅੱਡਨ ਸਾਹਿਬ ਤੀਜੇ ਸਥਾਨ 'ਤੇ ਬਹੁਤ ਵੱਡੇ ਬ੍ਰਹਮ ਗਿਆਨੀ ਮਹਾਂਪੁਰਖ ਹੋਏ, ਉਹਨਾਂ ਦੇ ਅਨੇਕਾਂ ਇਤਿਹਾਸਕ ਪ੍ਰਸੰਗ ਨੇ। ਉਹਨਾਂ ਦੀ ਸੇਵਾ ਵਿੱਚ ਭਾਈ ਰੰਗ ਜੀ ਹੁੰਦੇ ਸਨ ਅਤੇ ਉਹਨਾਂ ਦੇ ਜਿੰਮੇ ਲੱਗੀ ਕਰਤਾਰਪੁਰ ਦੀ ਧਰਮਸ਼ਾਲ ਬਣਾਉਣੀ। ਅਤੇ ਇੱਕ ਚੋਰ ਸੀ, ਚੋਰ ਵਾੜਾ ਆ ਧਰਮਸ਼ਾਲ ਵਿੱਚ, ਧਰਮਸ਼ਾਲ ਵਿੱਚ ਆ ਗਿਆ ਵੀ ਕਿਤੇ ਹੋਰ ਤਾਂ ਕੋਈ ਧਨ ਲੱਭਾ ਨਹੀਂ, ਸ਼ਾਇਦ ਇੱਥੇ ਸੰਗਤ ਬੜੀ ਆਉਂਦੀ ਹੈ, ਬੜਾ ਧਨ ਦੇ ਗਈ ਹੋਏਗੀ। ਅਤੇ ਉੱਥੇ ਜੋ ਭੰਡਾਰੇ ਪਏ ਸਨ, ਅਨਾਜ ਸੀ, ਅੱਗੇ ਭਲਾ ਵਕਤ ਸੀ, ਲੋਕ ਅਨਾਜ ਵੀ ਚੋਰੀ ਕਰਕੇ ਲੈ ਜਾਂਦੇ ਸੀ। ਉਹਨੇ ਸਭ ਕੁਝ ਜੋ ਕੁਝ ਲੱਭਿਆ ਉਹਨੇ ਪੰਡ ਬੰਨ ਲਈ, ਅਤੇ ਹੁਣ ਪੰਡ ਬੜੀ ਚੁੱਕੀ ਨਾ ਜਾਏ। ਅਤੇ ਭਾਈ ਰੰਗ ਜੀ ਆਪਣੇ ਰੰਗ ਵਿੱਚ ਆਨੰਦ ਵਿੱਚ ਲੇਟੇ ਹੋਏ ਸਨ, ਇਹਨੂੰ ਇਹ ਸ਼ੱਕ ਸੀ ਕਿ ਇਹ ਸੁੱਤੇ ਪਏ ਨੇ, ਅਤੇ ਉਹਨੂੰ ਇਹ ਨਹੀਂ ਪਤਾ ਕਿ ਸਾਧੂ ਜਾਗਦਾ ਵੀ ਸੁੱਤਾ ਵੀ ਜਾਗਦਾ ਹੈ, ਸੰਸਾਰ ਜਾਗਦਾ ਵੀ ਸੁੱਤਾ ਹੈ। ਪਿਆਰ ਨਾਲ ਆਖੋ ਸਤਨਾਮ, ਅਸੀਂ ਜਾਗਦੇ ਵੀ ਸੁੱਤੇ ਪਏ ਹਾਂ, ਸਾਨੂੰ ਅਲਰਟਨੈਸ ਨਹੀਂ ਹੈ, ਅਵੇਅਰਨੈਸ ਨਹੀਂ ਹੈ, ਅਸੀਂ ਕੀ ਕਰ ਰਹੇ ਹਾਂ। ਜੋ ਨਹੀਂ ਖਾਣ ਜੋਗੋ ਖਾਂਦੇ ਹਾਂ, ਜਿੱਥੇ ਨਹੀਂ ਜਾਣ ਜੋਗੋ ਉੱਥੇ ਜਾਂਦੇ ਹਾਂ, ਜਿਹੜੀ ਗੱਲ ਨਹੀਂ ਕਰਨ ਜੋਗੋ ਕਰਨੇ ਹਾਂ, ਫਿਰ ਦੂਜੇ ਕਹਿੰਦੇ ਮੈਂ ਤੈਨੂੰ ਦੱਸ ਦਿੱਤਾ, ਅੱਗੇ ਨਾ ਦੱਸੀ ਕਿਸੇ ਨੂੰ। ਸਾਨੂੰ ਕੋਈ ਆਪਣੇ 'ਤੇ ਕੰਟਰੋਲ ਨਹੀਂ ਹੈ, ਲੇਕਿਨ ਸਾਧੂ ਸੁੱਤਾ ਵੀ ਜਾਗਦਾ ਹੈ। ਉਹਨਾਂ ਦੇ ਕੋਲੋਂ ਪੰਡ ਨਾ ਚੁੱਕੀ ਜਾਏ ਤਾਂ ਭਾਈ ਰੰਗ ਜੀ ਆਪਣੇ ਆਨੰਦ ਵਿੱਚ ਕਹਿੰਦੇ ਨੇ, ਗੁਰਮੁਖਾ ਔਖਾ ਨਾ ਹੋ, ਪੰਡ ਮੈਂ ਚੁਕਾ ਦੇਣਾ। ਗੁਰਮੁਖਾ ਔਖਾ ਨਾ ਹੋ, ਪੰਡ ਮੈਂ ਚੁਕਾ ਦੇਣਾ। ਇਹ ਪਹਿਲੇ ਤਾਂ ਡਰਿਆ, ਫਿਰ ਕਹਿੰਦਾ ਲੱਗਦਾ ਸਾਧੂ ਸੁਪਨੇ 'ਚ ਹੈ, ਬੋਲ ਰਿਹਾ। ਅਤੇ ਭਾਈ ਰੰਗ ਜੀ ਉਸੇ ਤਰ੍ਹਾਂ ਆਪਣੀ ਮਸਤੀ 'ਚ ਉੱਠੇ, ਪੰਡ ਜਿਹੜੀ ਇਹਨੇ ਬੰਨੀ ਸੀ ਚੁਕਾਈ, ਉਹਦੇ ਮੋਢੇ ਰੱਖ ਦਿੱਤੀ ਅਤੇ ਇਹ ਭੱਜ ਕੇ ਬਾਹਰ ਨਿਕਲ ਆਇਆ। ਹੁਣ ਸਾਰੇ ਰਸਤੇ ਦੌੜ 'ਤੇ ਆਇਆ ਅਤੇ ਸਾਰੇ ਰਸਤੇ ਅੰਦਰ ਆਵਾਜ਼ ਗੂੰਜ ਰਹੀ ਹੈ, ਗੁਰਮੁਖਾ ਔਖਾ ਨਾ ਹੋ, ਪੰਡ ਮੈਂ ਚੁਕਾ ਦੇਣਾ। ਗੁਰਮੁਖਾ ਔਖਾ ਨਾ ਹੋ, ਪੰਡ ਮੈਂ ਚੁਕਾ ਦੇਣਾ। ਘਰ ਆਇਆ, ਪੰਡ ਰੱਖੀ, ਲੇਟ ਗਿਆ, ਸਾਰੀ ਰਾਤ ਨਿਢਾਲ, ਕੰਨਾਂ ਵਿੱਚ ਸਾਧੂ ਦੀ ਆਵਾਜ਼ ਗੂੰਜ ਰਹੀ ਹੈ। ਅੰਤਸ਼ਕਰਨ ਝੰਜੋੜ ਦਿੱਤਾ ਸਾਧੂ ਨੂੰ, ਸਾਰੀ ਰਾਤ ਨਹੀਂ ਸੌਂ ਸਕਿਆ। ਸਵੇਰੇ ਪਤਨੀ ਨੇ ਪੁੱਛਿਆ ਕੀ ਗੱਲ ਹੈ, ਢਿੱਲੇ ਪਏ ਹੋ? ਕਹਿਣ ਲੱਗਾ ਸਮਝ ਨਹੀਂ ਆਈ, ਉਹ ਇੱਕ ਭਲਾ ਸੀ, ਉਹਨੇ ਪੰਡ ਵੀ ਚੁਕਾਈ ਅਤੇ ਮੈਨੂੰ ਇਹ ਬਚਨ ਕਹੇ ਨੇ, ਮੇਰੇ ਕੋਲੋਂ ਤਾਂ ਉਹ ਸੁਣੇ ਕਿ ਅੱਜ ਵੀ ਹੁਣ ਕੰਨਾਂ 'ਚ ਗੂੰਜ ਰਹੇ ਨੇ। ਉਹ ਬੀਬੀ ਕਹਿਣ ਲੱਗੀ, ਭਾਈ ਤੂੰ ਕਿਸੇ ਸਾਧੂ ਦੇ ਘਰ 'ਤੇ ਨਹੀਂ ਵੜ ਗਿਆ, ਉਸ ਧਰਮਸ਼ਾਲ 'ਤੇ ਨਹੀਂ ਚਲਾ ਗਿਆ? ਇਸ ਸੋਝੀ ਆਈ, ਭੱਜ ਕੇ ਆਇਆ, ਭਾਈ ਰੰਗ ਦੇ ਚਰਨਾਂ ਵਿੱਚ ਡਿੱਗ ਪਿਆ।
ਭਾਈ ਰੰਗ ਜੀ ਕਹਿਣ ਲੱਗੇ, ਕਿਉਂ ਤੂੰ ਦੁਖੀ ਕਿਉਂ ਹੈ? ਕਹਿੰਦਾ ਜੀ ਮੇਰੇ ਕੋਲ ਭੁੱਲ ਹੋਈ ਹੈ, ਮੈਂ ਆਸ਼ਰਮ ਵਿੱਚ ਚੋਰੀ ਕੀਤੀ ਹੈ। ਭਾਈ ਰੰਗ ਜੀ ਕਹਿਣ ਲੱਗੇ, ਚੋਰੀ ਨਹੀਂ ਕੀਤੀ, ਅਸੀਂ ਤੈਨੂੰ ਪੰਡ ਆ ਚੁਕਾਈ ਹੈ। ਕਹਿਣ ਲੱਗਾ, ਪਰ ਪੰਡ ਤਾਂ ਚੁਕਾਈ ਜੇ, ਪਰ ਮੇਰਾ ਸਭ ਕੁਝ ਖੋ ਲਿਆ ਜੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਪੰਡ ਤਾਂ ਤੁਸੀਂ ਚੁਕਾ ਦਿੱਤੀ ਹੈ, ਪਰ ਮੇਰਾ ਤਾਂ ਸਭ ਕੁਝ ਖੋ ਲਿਆ ਹੈ। ਭਾਈ ਰੰਗ ਜੀ ਕਹਿਣ ਲੱਗੇ, ਚਰਨ ਛੱਡ ਦੇ ਹੁਣ। ਕਹਿੰਦਾ ਨਹੀਂ, ਹੁਣ ਨਹੀਂ ਛੱਡਣੇ। ਅਤੇ ਜਿਸ ਵੇਲੇ ਭਾਈ ਰੰਗ ਜੀ ਨੇ ਦੇਖਿਆ, ਕਹਿਣ ਲੱਗੇ, ਡਾਢਾ ਟੱਠਾ ਹੈ, ਉਹਦੀ ਪਿੱਠ 'ਤੇ ਸੋਟਾ ਮਾਰਿਆ ਅਤੇ ਉਹ ਚੋਰ ਫਿਰ ਸਾਧ ਹੋ ਗਿਆ। ਉਸ ਚੋਰ ਦਾ ਨਾਂ ਇਤਿਹਾਸ ਵਿੱਚ ਆਇਆ ਭਾਈ ਭਾਰਾ ਜੀ, ਭਾਈ ਭਾਰਾ। ਕਰਤਾਰਪੁਰ ਜਦੋਂ ਕਤਲੇਆਮ ਹੋਇਆ, ਭਾਈ ਅੱਡਨ ਸਾਹਿਬ ਉਹਦੀ ਸੇਵਾ ਲਾ ਗਏ, ਤੂੰ ਧਰਮਸ਼ਾਲ ਨਹੀਂ ਛੱਡਣੀ, ਤੂੰ ਧਰਮਸ਼ਾਲ ਛੱਡ ਕੇ ਨਹੀਂ ਜਾਣਾ, ਇੱਥੇ ਕਤਲੇਆਮ ਹੋਣਾ, ਸਭ ਚਲੇ ਜਾਓ। ਪਰ ਉਹਦੀ ਡਿਊਟੀ ਲਾ ਦਿੱਤੀ ਕਿ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜਿਹੜਾ ਆਵੇ ਉਹਨੂੰ ਜਲ ਛਕਾਉਣਾ ਹੈ, ਬਸ ਕਰਦਿਆਂ ਲੰਗਰ ਪ੍ਰਸ਼ਾਦਾ ਛਕਾਉਣਾ ਹੈ, ਕੀਰਤਨ ਕਥਾ ਬਾਣੀ ਦਾ ਪ੍ਰਵਾਹ, ਗੁਰੂ ਮਹਾਰਾਜ ਦਾ ਪ੍ਰਕਾਸ਼ ਨਿਤਾ ਪ੍ਰਤੀ ਹੋਣਾ ਹੈ। ਪਿਆਰ ਨਾਲ ਆਖੋ ਸਤਨਾਮ। ਉਹੀਓ ਕੁਝ ਹੋਇਆ, ਕਤਲੇਆਮ ਹੋਇਆ, ਧਾੜਵੀਂ ਆਏ, ਮੁਗਲ ਧਾੜਵੀਂ, ਕਈ ਬੱਚੀਆਂ ਕਈ ਬੱਚੇ ਉਹਨਾਂ ਨੇ ਕੈਦ ਕੀਤੇ ਹੋਏ, ਅਤੇ ਭਾਈ ਭਾਰਾ ਜੀ ਦੇ ਆਸ਼ਰਮ ਵਿੱਚ ਆ ਕੇ ਉਹਨਾਂ 'ਤੇ ਵੀ ਤਲਵਾਰ ਦਾ ਵਾਰ ਕੀਤਾ, ਗਰਦਨ 'ਤੇ ਵਾਰ ਹੋਇਆ, ਬੇਹੋਸ਼ ਹੋ ਕੇ ਡਿੱਗ ਪਏ। ਹੋਸ਼ ਆਈ, ਉੱਠੇ, ਗਲ ਦੇ ਪੱਲੇ ਨਾਲ ਸਿਰ ਬੰਨਿਆ, ਅਤੇ ਹੁਕਮ ਸੀ ਮਹਾਂਪੁਰਸ਼ਾਂ ਦਾ, ਖੂਹ ਵਿੱਚੋਂ ਪਾਣੀ ਕੱਢਿਆ ਅਤੇ ਹੁਣ ਸਭ ਨੂੰ ਪਾਣੀ ਪਿਲਾ ਰਹੇ ਨੇ। ਪਿਆਰ ਨਾਲ ਆਖੋ ਸਤਨਾਮ। ਭਾਈ ਕਨਈਆ, ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਲੰਗਰ ਚਲਾਓ, ਬਾਣੀ ਦੇ ਪ੍ਰਵਾਹ ਚਲਾਓ। ਉਹਨਾਂ ਪਠਾਨਾਂ ਨੇ ਜਦੋਂ ਦੇਖਿਆ ਕਿ ਇਹਨੂੰ ਤਾਂ ਅਸੀਂ ਮਾਰਿਆ, ਅਤੇ ਇਹ ਸੁਰਜੀਤ ਹੋ ਕੇ ਸਾਡੀ ਸੇਵਾ ਕਰ ਰਿਹਾ, ਕੋਈ ਫਕੀਰ ਹੈ, ਮਹਾਂਪੁਰਸ਼ ਹੈ, ਚਰਨਾਂ 'ਤੇ ਟਹਿ ਪਏ, ਕਹਿਣ ਲੱਗੇ ਬਖਸ਼ਿਸ਼ ਦਿਓ। ਭਾਈ ਭਾਰਾ ਜੀ ਕਹਿਣ ਲੱਗੇ, ਜੇ ਤੁਸੀਂ ਮਾਫ਼ੀ ਮੰਗਣੇ ਚਾਹੁੰਦੇ ਹੋ ਤਾਂ ਚੱਲ ਕੇ ਗੁਰੂ ਦਰਬਾਰ ਵਿੱਚ ਮੱਥਾ ਟੇਕੋ, ਅਤੇ ਉਹਨਾਂ ਸਾਰੇ ਬੱਚਿਆਂ ਬੱਚੀਆਂ ਨੂੰ ਰਿਹਾ ਕਰ ਦਿਓ, ਜਿਹੜੇ ਫੜ ਕੇ ਤੁਸੀਂ ਗੁਲਾਮ ਬਣਾ ਕੇ ਲੈ ਚੱਲੇ ਹੋ। ਪਿਆਰ ਨਾਲ ਆਖੋ ਸਤਨਾਮ। ਅੰਤਿਸ਼ਕਰਨ ਵਿੱਚ ਸੋਝੀ ਸੀ ਕਿ ਮੈਂ ਗਲਤ ਕਰ ਰਿਹਾ, ਇੱਕ ਸਾਧੂ ਦੀ ਆਵਾਜ਼ ਹੋਈ, ਗੁਰਮੁਖਾ ਔਖਾ ਨਾ ਉਹ ਪੰਡ ਮੈਂ ਚੁਕਾ ਦੇਣਾ, ਉਸਨੂੰ ਜਗਾ ਦਿੱਤਾ, ਹੁਕਮ ਸਾਡੇ ਅੰਦਰ ਵਰਤ ਰਿਹਾ ਉਸਦਾ। ਕਦੀ ਬੱਚਿਆਂ ਨੂੰ ਪੁੱਛੋ, ਝੂਠ ਬੋਲਿਆ ਕਿਸੇ ਨੂੰ ਪਤਾ? ਬੱਚੇ ਕਹਿੰਦੇ ਨਹੀਂ। ਕਿਸੇ ਨੇ ਕੁਛ ਕਿਹਾ? ਨਹੀਂ। ਫਿਰ ਡਰ ਕਿਉਂ ਲੱਗਦਾ? ਕਹਿੰਦੇ ਅੰਦਰੋਂ ਹੀ ਆਵਾਜ਼ ਆਉਂਦੀ ਹੈ, ਗਿਲਟ। ਵਾਟ ਇਜ਼ ਦਿਸ ਗਿਲਟ? ਅੱਗੇ ਨਾ ਮੈਂ ਕਈ ਵਾਰੀ ਯਾਦ ਆਉਂਦਾ ਬਚਪਨ ਆਪਣਾ, ਅਤੇ ਬੜੀ ਹੰਸੀ ਆਉਂਦੀ ਹੈ। ਅੱਗੇ ਦਵਾਈਆਂ ਦੇ ਬੜੇ ਸੁੰਦਰ ਨਾਮ ਸਨ, ਸਟੈਪਟੋਮਾਈਸਿਨ, ਐਲਥਰੋਮਾਈਸਿਨ, ਕਈ ਦਵਾਈਆਂ ਇਸ ਤਰ੍ਹਾਂ ਸਨ। ਉਹਦਾ ਮਤਲਬ ਕੀ ਹੈ? ਸਟੈਪਟੋ ਦਵਾਈ ਦਾ ਨਾਂ ਹੈ, ਅਤੇ ਕਿਉਂ ਖਾਣੀ ਪੈ ਰਹੀ ਹੈ? ਮਾਈਸਿਨ, ਮੇਰਾ ਪਾਪ, ਪਾਪ ਨੇ ਸਾਡੇ ਇਹ ਰੋਗ, ਸਾਡੇ ਸਰੀਰ ਦੇ ਰੋਗ ਸਾਡੇ ਆਪਣੇ ਪਾਪ ਨੇ। ਅੰਦਰ ਸਾਨੂੰ ਸਭ ਸੋਝੀ ਹੈ, ਮੈਂ ਕੀ ਗਲਤ ਕਰ ਰਿਹਾ, ਕੀ ਠੀਕ ਕਰ ਰਿਹਾ, ਲੇਕਿਨ ਦੂਜੇ ਨੂੰ ਜਾ ਕੇ ਪੁੱਛਦੇ ਹਾਂ, ਮੈਂ ਠੀਕ ਕਰ ਆਇਆ, ਮੈਂ ਫਲਾਣੇ ਦੀ ਅੱਜ ਬੇਇੱਜ਼ਤੀ ਕੀਤੀ, ਮੈਂ ਠੀਕ ਕੀਤਾ ਨਾ? ਇਹ ਆਮ ਤੌਰ 'ਤੇ ਸੁਣਨੇ ਹਾਂ। ਉਹ ਜਿਵੇਂ ਤੂੰ ਆਪਣੀ ਪੱਗ ਸਜਾਉਣ ਵੇਲੇ ਸ਼ੀਸ਼ਾ ਦੇਖਣਾ, ਕਦੀ ਆਪਣੇ ਅੰਦਰ ਦੇ ਸ਼ੀਸ਼ੇ 'ਚ ਦੇਖ, ਤੂੰ ਠੀਕ ਕੀਤਾ ਕਿ ਗਲਤ ਕੀਤਾ? ਅੰਦਰ ਬੈਠਾ ਗੁਰੂ ਨਾਨਕ ਦੱਸ ਦੇਗਾ, ਨਹੀਂ ਗੁਰਸਿੱਖਾ ਤੂੰ ਗਲਤ ਕਰ ਰਿਹਾ, ਤੂੰ ਗਲਤ ਕਰ ਰਿਹਾ, ਤੂੰ ਗਲਤ ਕਰ ਰਿਹਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਹੁਕਮ ਰਜਾਈ ਚਲਣਾ, ਨਾਨਕ ਲਿਖਿਆ ਨਾਲ। ਅਤੇ ਹੁਣ ਹੁਕਮ ਕੀ ਹੈ? ਅਗਲੀ ਪੌੜੀ, ਬੜੀ ਸਿੰਕਰੋਨਾਈਜੇਸ਼ਨ ਜੇ, ਸਾਰੀ ਬਾਣੀ ਇੱਕ ਪੌੜੀ ਦਾ ਦੂਜੀ ਪੌੜੀ ਨਾਲ, ਇਹ ਪੌੜੀਆਂ ਨੇ, ਜਿਵੇਂ ਇਹ ਪੌੜੀਆਂ ਉੱਤੇ ਜਾਂਦੀਆਂ ਨਾ, ਇੱਕ ਦੋ ਤਿੰਨ ਚਾਰ, ਇਹ ਪੌੜੀਆਂ ਨੇ ਸੱਚਖੰਡ ਤੱਕ ਦੀਆਂ। ਹੌਲੀ ਹੌਲੀ ਚੜ੍ਹੀ ਚੱਲੋ, ਗੁਰੂ ਨਾਨਕ ਦੇ ਮਗਰ ਤੁਰੀ ਚੱਲੋ। ਮਹਾਂਪੁਰਸ਼ ਕਹਿੰਦੇ ਨੇ ਗੁਰੂ ਨਾਨਕ ਉੱਥੇ ਲੈ ਜਾਣਗੇ ਜਿੱਥੇ ਗੁਰੂ ਨਾਨਕ ਆਪ ਨੇ। ਅਗਲੀ ਪੌੜੀ, ਇਹ ਸਾਨੂੰ ਹੁਕਮ ਦੱਸ ਰਹੇ ਨੇ, ਹੁਕਮ ਤੇਰੇ ਅੰਦਰ ਕਿਵੇਂ ਹੈ ਅਤੇ ਕਿਵੇਂ ਇਸ ਹੁਕਮ ਨਾਲ ਤੂੰ ਜੁੜਨਾ ਹੈ। ਗੁਰਦੇਵ ਕਹਿ ਰਹੇ ਨੇ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ, ਤਾਂ ਹੋਮੈ ਕਹਿ ਨਾ ਕੋਈ,
ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਇ। ਇੱਥੇ ਬੇਨਤੀ ਕਰਾਂ, ਗੁਰਬਾਣੀ ਦਾ ਵਿਆਕਰਨ ਬਹੁਤ ਬਰੀਕ ਜੇ, ਬਹੁਤ ਬਰੀਕ ਹੈ। ਇਸ ਲਈ ਮਹਾਂਪੁਰਸ਼ ਕਹਿੰਦੇ ਨੇ ਬਾਣੀ ਕੰਠ ਕਰਨੀ ਜ਼ਰੂਰੀ ਹੈ। ਮਾਇਆ ਗੰਠ ਮੇਂ ਬਾਣੀ ਕੰਠ ਮੇਂ, ਬਾਣੀ ਯਾਦ ਰੱਖਣੀ ਇਸ ਲਈ ਜ਼ਰੂਰੀ ਹੈ। ਜਿਵੇਂ ਸਫ਼ਰ 'ਤੇ ਜਾ ਰਹੇ ਹਾਂ, ਕੋਲ ਗੁਟਕਾ ਨਹੀਂ ਹੈ, ਜਾਂ ਗੱਡੀ ਡਰਾਈਵ ਕਰ ਰਹੇ ਹਾਂ, ਜਪਜੀ ਸਾਹਿਬ ਦਾ ਪਾਠ ਕਰਨ ਦਾ ਦਿਲ ਕੀਤਾ ਜੇ ਆਉਂਦਾ ਹੀ ਨਹੀਂ, ਜ਼ਬਾਨੀ ਯਾਦ ਨਹੀਂ ਤਾਂ ਕਿਵੇਂ ਕਰਾਂਗੇ। ਪਰ ਜਦੋਂ ਮੌਕਾ ਹੋਵੇ ਬਾਣੀ ਗੁਟਕੇ ਤੋਂ ਪੜ੍ਹੋ, ਅੱਖਾਂ ਸਾਹਮਣੇ ਅੱਖਰ ਹੋਣਗੇ, ਇੱਕ ਤਾਂ ਧਿਆਨ ਬਿਰਤੀ ਟਿੱਕੀ ਰਹੇਗੀ, ਦੂਸਰਾ ਵਿਆਕਰਨ ਦੀ ਸੋਝੀ ਆਏਗੀ, ਬਹੁਤ ਬਰੀਕ ਹੈ। ਹੁਣ ਜਿਵੇਂ ਅਸੀਂ ਪੜ੍ਹਦੇ ਹਾਂ, ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾ, ਜੇ ਅਸੀਂ ਪੜ੍ਹੀਏ ਬਸੇ, ਇਹਦਾ ਭਾਵ ਹੈ ਕਿ ਗੁਰਦੇਵ ਮੇਰਾ ਪਰਿਵਾਰ ਸੁਖੀ ਬਸ ਰਿਹਾ ਹੈ। ਅਤੇ ਜੇ ਜੋ ਬਾਣੀ ਦਾ ਉਚਾਰਨ ਹੈ ਬਸੈ, ਸੁਖੀ ਬਸੈ, ਅਤੇ ਅਰਦਾਸ ਹੈ, ਪਹਿਲੀ ਚੀਜ਼ ਸੂਚਨਾ ਹੈ ਮੇਰਾ ਪਰਿਵਾਰ ਸੁਖੀ ਬਸ ਰਿਹਾ। ਪਰ ਜੇ ਕਹੀਏ ਬਸੈ, ਉਸ ਤੋਂ ਭਾਵ ਹੈ ਵਾਹਿਗੁਰੂ ਜੀ ਆਪ ਕਿਰਪਾ ਕਰੋ ਮੇਰਾ ਪਰਿਵਾਰ ਸੁਖੀ ਵਸਦਾ ਰਹੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਅੱਗੇ ਚੱਲ ਕੇ ਮੰਨੇ ਦੀਆਂ ਪੌੜੀਆਂ ਆਉਣਗੀਆਂ। ਪਹਿਲੀ ਪੌੜੀ ਵਿੱਚ ਹੈ ਮੰਨੇ, ਜਿਨ੍ਹਾਂ ਨੇ ਮੰਨ ਲਿਆ, ਅਤੇ ਅਗਲੇ ਪੌੜੀ ਵਿੱਚ ਹੈ ਮੰਨੈ, ਦੁਲਾਵਾਂ ਨੇ। ਇਸ ਤੋਂ ਭਾਵ ਹੈ ਜੇ ਤੂੰ ਵੀ ਮੰਨ ਲਵੇਂ, ਸਿਹਾਰੀ ਬਿਹਾਰੀ, ਲਾਂ ਦੁਲਾਂ, ਔਂਕੜ ਦੁਲੈਂਕੜ, ਇਹਦੇ ਨਾਲ ਭਾਵ ਬਦਲ ਜਾਂਦੇ ਨੇ, ਅਰਥ ਬਦਲ ਜਾਂਦੇ। ਸੋ ਗੁਟਕਾ ਸਾਹਮਣੇ ਰੱਖੋਗੇ, ਗੁਰੂ ਕਿਰਪਾ ਕਰੇਗਾ, ਹੌਲੀ ਹੌਲੀ ਸਭ ਸੋਝੀ ਆਉਂਦੀ ਚਲੀ ਜਾਏਗੀ। ਇੱਥੇ ਗੁਰਦੇਵ ਕਿਰਪਾ ਕਰ ਰਹੇ ਨੇ, ਹੁਕਮੀ ਹੋਵਨ ਆਕਾਰ, ਹੁਕਮੀ ਭਾਵ ਉਹ ਹੁਕਮ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਹੁਕਮ ਦੁਆਰਾ ਇਹ ਸਾਰੀ ਸ੍ਰਿਸ਼ਟੀ ਬਣੀ ਹੈ। ਪਰ ਹੁਕਮ ਕੀ ਹੈ? ਗੁਰਦੇਵ ਕਹਿੰਦੇ ਹੁਕਮ ਨਾ ਕਿਹਾ ਜਾਏ, ਇਹ ਤੇਰੇ ਅੰਤਸ਼ਕਰਨ 'ਚ ਅੰਕਤ ਹੈ, ਤੈਨੂੰ ਆਪ ਇਸਦੀ ਸੋਝੀ ਲੈਣੀ ਪਏਗੀ, ਇਹਦੇ ਨਾਲ ਜੁੜਨਾ ਪਏਗਾ। ਕੋਈ ਦੂਸਰਾ ਆ ਕੇ ਨਹੀਂ ਦੱਸ ਦੇਗਾ ਹੁਕਮ ਕੀ ਹੈ, ਇਹਦੇ ਕੋਈ ਅਰਥ ਨਹੀਂ ਕੀਤੇ ਜਾ ਸਕਦੇ ਕਿ ਹੁਕਮ ਕੀ ਹੈ। ਹੁਕਮ ਸਮਝਣਾ ਪਏਗਾ, ਬੁੱਝਣਾ ਪਏਗਾ ਅੰਦਰੋਂ। ਲੇਕਿਨ ਹੁਣ ਇਹ ਸਾਰੀ ਪੌੜੀ ਵਿੱਚ ਗੁਰਦੇਵ ਇਸ਼ਾਰੇ ਕਰ ਰਹੇ ਨੇ ਕਿ ਹੁਕਮ ਦੁਆਰਾ ਸਾਰਾ ਕਾਰ ਚੱਲ ਕਿਵੇਂ ਰਿਹਾ। ਗੁਰਦੇਵ ਕਹਿੰਦੇ ਹੁਕਮੀ ਹੋਵਨ ਆਕਾਰ, ਇੱਕ ਪਹਿਲੀ ਗੱਲ ਹੈ ਸਮਝ, ਸਾਰਾ ਬ੍ਰਹਿਮੰਡ ਇਹ ਕਾਇਨਾਤ ਉਸਦੇ ਹੁਕਮ ਵਿੱਚ ਹੈ। ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੈ ਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇੱਥੇ ਭੈ ਤੋਂ ਭਾਵ ਹੈ ਮਰਿਆਦਾ, ਉਸਦੀ ਬਣਾਈ ਮਰਿਆਦਾ ਵਿੱਚ ਅਗਨੀ ਕਾਰਜ ਕਰ ਰਹੀ ਹੈ, ਹਵਾ ਚੱਲ ਰਹੀ ਹੈ, ਆਕਾਸ਼ ਖੜ੍ਹਾ ਹੈ, ਸਾਰਾ ਬ੍ਰਹਿਮੰਡ ਉਸਦੇ ਹੁਕਮ ਵਿੱਚ ਹੈ। ਹੁਕਮੀ ਹੋਵਨ ਆਕਾਰ, ਥੋੜ੍ਹਾ ਜਿਹਾ ਯੰਗ ਬੱਚੇ ਬੈਠੇ ਨੇ, ਵਿਚਾਰ ਇਹਨਾਂ ਨਾਲ ਕਰੀਏ। ਦੇਖੋ ਬੱਚੇ, ਇਹ ਸਾਰੀ ਸ੍ਰਿਸ਼ਟੀ ਵਿੱਚ ਕੀ ਹੈ? ਤੁਸੀਂ ਇਹ ਥੋੜ੍ਹਾ ਜਿਹਾ ਉੱਤੇ ਜਾਂਦੇ ਹੋ, ਹੇਮਕੁੰਡ ਸਾਹਿਬ ਤੱਕ ਜਾਂਦੇ ਹੋ, ਠੰਡ ਹੈ, ਬਰਫ਼ ਹੈ, ਦਿੱਲੀ ਗਰਮੀ ਹੈ, ਉੱਥੇ ਠੰਡ ਹੈ, ਬਰਫ਼ ਹੈ, ਅਤੇ ਹੋਰ ਪਹਾੜਾਂ 'ਤੇ ਹੋਰ ਉੱਤੇ ਚਲੇ ਜਾਓ, ਹਿਮਾਲਿਆ ਦੀ ਚੋਟੀ ਚਲੇ ਜਾਓ, ਅਤੇ ਫਿਰ ਉਸ ਤੋਂ ਉੱਤੇ ਹਵਾਈ ਜਹਾਜ਼ ਵਿੱਚ ਚੜ੍ਹਦੇ ਹੋ ਤੁਸੀਂ, ਅਤੇ ਬਾਹਰ ਟੈਂਪਰੇਚਰ ਆ ਜਾਂਦਾ ਮਾਈਨਸ ਟੈਂਪਰੇਚਰ, ਥੱਲੇ ਹੀਟ ਹੈ, ਉੱਥੇ ਮਾਈਨਸ, ਅਤੇ ਮਾਈਨਸ ਵੀ ਹੋਰ ਉੱਤੇ ਚਲਦੇ ਚਲੇ ਜਾਓ। ਇਸ ਪੂਰੇ ਬ੍ਰਹਿਮੰਡ ਵਿੱਚ ਕਿਤਨਾ ਟੈਂਪਰੇਚਰ ਹੈ? ਮਾਈਨਸ ਕਿਤਨਾ ਟੈਂਪਰੇਚਰ ਹੈ? ਇਨਫੀਨਾਈਟ, ਅਨੰਤ ਮਾਈਨਸ। ਅਤੇ ਜੇ ਗਰਮੀ ਵੱਲ ਦੇਖੋ, ਤਾਂ ਸੂਰਜ ਵੱਲ ਵਧੇ ਜਾਏ ਕੋਈ, ਤਾਂ ਅਨੰਤ ਹੀਟ ਹੈ, ਅਨੰਤ ਹੀਟ, ਅਨੰਤ, ਜਿਸ ਦੀ ਕੋਈ ਲਿਮਿਟ ਨਹੀਂ ਹੈ। ਇਹ ਜਿਹੜੀ ਸਪੇਸ ਸ਼ਟਲ ਕੋਲੰਬੀਆ ਬਲਾਸਟ ਹੋਈ ਸੀ ਕੁਝ ਸਾਲ ਪਹਿਲੇ, ਜਿਹਦੇ ਵਿੱਚ ਸਾਡੇ ਆਪਣੇ ਗੁਰਸਿੱਖ ਪਰਿਵਾਰ ਦੀ ਬੱਚੀ ਕਲਪਨਾ ਚਾਵਲਾ, ਕਰਨਾਲ ਵਾਲੇ ਚਾਵਲਾ ਸਾਹਿਬ ਦੀ ਬੇਟੀ, ਚੜ੍ਹਾਈ ਕਰ ਗਈ, ਸ਼ਹੀਦੀ ਪਾ ਗਈ। ਉਹ ਸਪੇਸ ਸ਼ਟਲ ਕਿਉਂ ਬਲਾਸਟ ਹੋਈ? ਕਿਉਂਕਿ ਧਰਤੀ ਵੱਲ ਜਦੋਂ ਸਪੇਸ ਸ਼ਟਲ ਆਈ, ਤਾਂ ਉੱਥੇ ਫ੍ਰਿਕਸ਼ਨ ਟੈਂਪਰੇਚਰ ਸੀ, ਜੋ ਮੈਨੂੰ ਸਮਝ ਆਈ ਹੈ, ਜੋ ਮੈਨੂੰ ਪੜ੍ਹਨ ਵਿੱਚ ਕਰਕੇ ਅਖਬਾਰਾਂ ਤੋਂ ਪਤਾ ਲੱਗਾ ਹੈ, 3000 ਫਾਰਨਹਾਈਟ, ਓਨਲੀ 3000 ਫਾਰਨਹਾਈਟ। ਅਤੇ ਐਡੀ ਕਰੋੜਾਂ ਅਰਬਾਂ ਡਾਲਰ ਦੀ ਬਣੀ ਸਪੇਸ ਸ਼ਟਲ ਉਹ ਹੀਟ ਬਰਦਾਸ਼ਤ ਨਹੀਂ ਕਰ ਸਕੀ, ਬਲਾਸਟ ਹੋ ਗਈ। ਅਤੇ ਇਸ ਸ੍ਰਿਸ਼ਟੀ ਵਿੱਚ ਤਾਪਮਾਨ ਕਿੰਨਾ? ਬੇਅੰਤ ਬੇਅੰਤ ਬੇਅੰਤ। ਅਤੇ ਠੰਡਕ ਕਿੰਨੀ ਹੈ? ਬੇਅੰਤ ਬੇਅੰਤ ਬੇਅੰਤ। ਪੋਜ਼ਿਟਿਵ ਐਂਡ ਨੈਗੇਟਿਵ ਬੋਥ ਵੇਜ਼, ਇਨਫੀਨਾਈਟ ਹੈ ਟੈਂਪਰੇਚਰ, ਬਟ ਪਲੈਨਟ ਅਰਥ, ਸਾਡੀ ਧਰਤੀ 'ਤੇ
ਹੀਟ 100 ਡਿਗਰੀ ਸੈਲਸੀਅਸ ਤੋਂ ਉੱਤੇ ਨਹੀਂ ਜਾਂਦੀ ਅਤੇ 100 ਡਿਗਰੀ ਸੈਲਸੀਅਸ ਤੋਂ ਮਾਈਨਸ ਨਹੀਂ ਜਾਂਦੀ। ਕਿਉਂ ਨਹੀਂ ਜਾਂਦੀ? ਕਿਉਂਕਿ ਇਹ ਧਰਤੀ, ਦਿਸ ਪਲੈਨਟ ਅਰਥ ਰਿਵੋਲਵਸ ਅਰਾਊਂਡ ਦੀ ਸਨ ਇਨ ਸੱਚ ਏ ਫੈਸ਼ਨ ਦੈਟ ਟੈਂਪਰੇਚਰ ਔਨ ਪਲੈਨਟ ਅਰਥ ਰਿਮੇਨਸ ਵਿਦ ਇਨ 100 ਡਿਗਰੀਜ਼ ਪਲੱਸ ਔਰ ਮਾਈਨਸ। ਧਰਤੀ ਦਾ ਤਾਪਮਾਨ ਜਿਹੜਾ 100 ਡਿਗਰੀ ਹੀਟ ਔਰ 100 ਡਿਗਰੀ ਕੋਲਡ ਤੋਂ ਵੱਧ ਨਹੀਂ ਜਾਂਦਾ, ਮਾਈਨਸ ਵੱਲ ਵੀ ਪਲੱਸ ਵੱਲ ਵੀ, ਜਿਹਦੇ ਕਰਕੇ ਧਰਤੀ 'ਤੇ ਜੀਵਨ ਹੈ। ਜੇ 100 ਡਿਗਰੀ ਸੈਲਸੀਅਸ ਤੋਂ ਵੱਧ ਟੈਂਪਰੇਚਰ ਚਲਾ ਜਾਏ, ਸਭ ਕੁਝ ਗੁਬਾਰ ਹੋ ਜਾਏਗਾ, ਧੂੰਆਂ ਹੋ ਜਾਏਗਾ। ਔਰ 100 ਡਿਗਰੀ ਮਾਈਨਸ ਤੋਂ ਵੱਧ ਚਲਾ ਜਾਏ ਤਾਂ ਸਭ ਕੁਝ ਫਰੀਜ਼ ਹੋ ਜਾਏਗਾ, ਇਹ ਜੀਵਨ ਵਿਨਾਸ਼ ਹੋ ਜਾਏਗਾ। ਕੀ ਕਾਰਨ ਹੈ? ਧਰਤੀ ਉਸੇ ਸਪੇਸ 'ਚ ਘੁੰਮ ਰਹੀ ਹੈ, ਕੁਦਰਤ ਦਾ ਹੁਕਮ ਹੈ ਨਾ। ਉਹ ਸੂਰਜ ਨਾਲ ਇਸ ਢੰਗ ਨਾਲ ਸੂਰਜ ਦੇ ਆਲੇ ਦੁਆਲੇ ਧਰਤੀ ਘੁੰਮਦੀ ਹੈ ਕਿ ਧਰਤੀ 'ਤੇ ਟੈਂਪਰੇਚਰ ਇੱਕ ਲਿਮਿਟ 'ਚ ਰਹਿੰਦਾ, ਵੱਧਦਾ ਹੈ ਨਾ ਉਸ ਤੋਂ ਜ਼ਿਆਦਾ, ਨਾ ਘੱਟਦਾ ਉਸ ਤੋਂ ਜ਼ਿਆਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਦਾ ਹੁਕਮ ਹੈ। ਇੱਕ ਸਿਸਟਮੈਟਿਕ ਵੇ ਨਾਲ, ਇੱਕ ਡਿਸਿਪਲਿਨ ਐਸਟੈਬਲਿਸ਼ ਕੀਤਾ ਹੈ, ਲਾਅ ਆਫ ਨੇਚਰ। ਗੁਰਦੇਵ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ, ਇਹ ਬਿਆਨਿਆ ਨਹੀਂ ਜਾ ਸਕਦਾ, ਇਹ ਸਮਝਣਾ ਪਏਗਾ, ਅੰਦਰੋਂ ਹੀ ਸਮਝਣਾ ਪਏਗਾ। ਹੁਕਮ ਨਾ ਕਿਹਾ ਜਾਈ, ਫਿਰ ਪ੍ਰਮਾਣ ਦੇ ਰਹੇ ਨੇ, ਸਾਰੇ ਪ੍ਰਮਾਣ ਦੇ ਰਹੇ ਨੇ। ਗੁਰਦੇਵ ਕਹਿੰਦੇ ਹੁਕਮੀ ਹੋਵਨ ਜੀ, ਇਹ ਤੈਨੂੰ ਜੀਵਨ ਮਿਲਿਆ ਉਸਦੇ ਹੁਕਮ ਵਿੱਚ। ਤਾਂ ਹੀ ਕਹਿੰਦੇ ਜਿਸ ਕੀ ਵਸ ਸੋਈ ਲੈ ਜਾਏਗਾ, ਰੋਜ਼ ਕਿਸੇ ਕਿਆ ਕੀਜੇ। ਇਹ ਉਹਦੇ ਹੁਕਮ ਵਿੱਚ ਜੀਵਨ ਹੈ, ਹੁਕਮ ਵਿੱਚ ਹੀ ਮੌਤ ਹੈ। ਹੁਕਮੀ ਹੋਵਨ ਜੀ, ਅਤੇ ਸਾਨੂੰ ਇਸ਼ਾਰਾ ਦੇ ਰਹੇ ਨੇ ਗੁਰਦੇਵ, ਮਤ ਹੰਕਾਰ ਕਰਕੇ ਮੇਰੀ ਬੜੀ ਵਾਹ ਵਾਹ ਹੈ ਸੰਸਾਰ 'ਚ, ਮੇਰੀਆਂ ਬੜੀਆਂ ਵਡਿਆਈਆਂ ਨੇ। ਕਹਿੰਦੇ ਨੇ ਹੁਕਮ ਮਿਲਿਆ ਵਡਿਆਈ, ਜੇ ਕੋਈ ਵਡਿਆਈ ਮਿਲੇ ਤਾਂ ਹੰਕਾਰ ਨਾ ਕਰੀ, ਉਹਦੇ ਚਰਨਾਂ ਵਿੱਚ ਝੁੱਕ ਜਾਈਂ ਅਤੇ ਕਹੀਂ ਦੇ ਵਡਿਆਈ ਤਾਂ ਤੇਰੀ ਵਡਿਆਈ। ਇੱਥੋਂ ਸੰਗਤ ਦੇ ਚਰਨਾਂ ਦੀ ਧੂੜ ਮਸਤੇ 'ਤੇ ਲਾ ਲਈ, ਹੰਕਾਰ ਨਹੀਂ ਆਏਗਾ, ਨਹੀਂ ਤਾਂ ਹੰਕਾਰ ਤੇਰੀ ਵਡਿਆਈ ਖੋਲੇਗਾ। ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ। ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਛੋਟੀ ਜਾਤ ਹੈ, ਕੋਈ ਵੱਡੀ ਜਾਤ ਹੈ, ਸਭ ਉਹਦਾ ਹੁਕਮ ਦੀ ਖੇਡ ਹੈ। ਤੂੰ ਹੰਕਾਰ ਨਾ ਕਰ ਕਿ ਮੈਂ ਫਲਾਣੇ ਦਾ ਪੁੱਤਰ ਹਾਂ ਅਤੇ ਉਹ ਫਲਾਣਾ ਗਰੀਬ ਆਦਮੀ ਹੈ, ਨਹੀਂ, ਇਹ ਉਸ ਦੀ ਖੇਡ ਹੈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਅਤੇ ਜਿਹੜੇ ਜੀਵਨ ਵਿੱਚ ਆਉਣ ਵਾਲੇ ਦੁੱਖ ਅਤੇ ਸੁੱਖ ਵੀ ਉਹਦੇ ਹੁਕਮ ਵਿੱਚ ਨੇ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਇਹ ਦੁੱਖ ਅਤੇ ਸੁੱਖ, ਪਰ ਹੁਣ ਕਹੋਗੇ ਵੀ ਉਹ ਦੁੱਖ ਕਿਉਂ ਦਿੰਦਾ? ਇੱਕ ਬੱਚੇ ਨੇ ਸਵਾਲ ਕੀਤਾ, ਮੈਂ ਕੱਲ੍ਹ ਵੀ ਜ਼ਿਕਰ ਕਰ ਰਿਹਾ ਸਾਂ, ਇਸ ਤਰ੍ਹਾਂ ਬੱਚਿਆਂ ਨਾਲ ਇੰਟਰੈਕਸ਼ਨ ਕਰਨੇ ਆ ਨਾ, ਗ੍ਰੇਟਰ ਕਲਾਸ ਬੱਚਿਆਂ ਨਾਲ ਇੰਟਰੈਕਸ਼ਨ ਕਰ ਰਹੇ ਸਾਂ। ਇੱਕ ਬੱਚਾ ਕਹਿੰਦਾ ਜੀ ਪਰਮਾਤਮਾ, ਵੀਰ ਜੀ ਤੁਸੀਂ ਕਹਿੰਦੇ ਹੋ ਅੰਕਲ ਕਿ ਸਾਰਿਆਂ ਨੂੰ ਪਿਆਰ ਕਰਦਾ, ਗੋਡ ਲਵਸ ਆਲ, ਅਤੇ ਫਿਰ ਡੈਥ ਕਿਉਂ ਹੈ, ਮੌਤ ਕਿਉਂ ਹੈ? ਉਹ ਕਹਿੰਦਾ ਪਿਆਰਾ ਸਵਾਲ ਹੈ, ਮੌਤ ਕਿਉਂ ਹੁੰਦੀ? ਫਿਰ ਸਭ ਨੂੰ ਜੀਵਨ ਮਿਲਣਾ ਚਾਹੀਦਾ, ਮੌਤ ਨਹੀਂ ਮਿਲਣੀ ਚਾਹੀਦੀ? ਇਫ ਗੋਡ ਗੋਡ ਲਵਸ ਆਲ, ਕੋਈ ਦੁਖੀ ਨਹੀਂ ਹੋਣਾ ਚਾਹੀਦਾ? ਨਹੀਂ, ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ। ਪਿਆਰੀ ਸਾਧ ਸੰਗਤ, ਇਹ ਦੁੱਖ ਅਤੇ ਸੁੱਖ ਆਪਣੇ ਕੀਤੇ ਕਰਮਾਂ ਦੀ ਪਰਛਾਈ ਹੈ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ, ਯੂ ਰੀਪ ਵਚ ਯੂ ਸੋ। ਜੋ ਤੂੰ ਬੀਜਣਾ ਹੈ, ਹਰ ਕਰਮ ਇੱਕ ਬੀਜ ਹੈ। ਅੱਗੇ ਚੱਲ ਕੇ 20ਵੀਂ ਪੌੜੀ 'ਚ ਇਹਦੀ ਪੂਰੀ ਵਿਆਖਿਆ ਕਰਨਗੇ ਗੁਰਦੇਵ। ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਅੱਗੇ ਚੱਲ ਕੇ ਪੂਰੀ ਵਿਆਖਿਆ, ਸਾਰੀ ਜਪਜੀ ਸਾਹਿਬ ਪੂਰਾ ਜੀਵਨ ਦਾ ਸਾਡਾ ਪਰਦਾ ਖੋਲ ਦਿੰਦੇ ਨੇ, ਸਾਡੇ ਅੱਗੇ ਪੂਰਾ ਇਹ ਦ੍ਰਿਸ਼ ਰੱਖ ਦਿੰਦੇ ਨੇ, ਸਾਡੇ ਜੀਵਨ ਦੇ ਹਰ ਸਵਾਲ ਦਾ ਜਵਾਬ ਜਪਜੀ ਸਾਹਿਬ। ਗੁਰਦੇਵ ਕਹਿੰਦੇ ਇਹ ਹੁਕਮ ਵਿੱਚ ਦੁੱਖ ਅਤੇ ਸੁੱਖ ਉਹਦੇ ਹੁਕਮ ਵਿੱਚ ਨੇ। ਸਮਝਣ ਵਾਸਤੇ ਇੱਕ ਸੰਸਾਰੀ ਐਗਜ਼ੈਂਪਲ ਲਈਏ, ਕੋਈ ਚੋਰ ਚੋਰੀ ਕਰਦਾ ਜਾਂ ਕੋਈ ਡਾਕਾ ਮਾਰਦਾ, ਅਤੇ ਕਿਆ ਸਿਪਾਹੀ ਉਹਨੂੰ ਚੁੱਕ ਕੇ ਆਪਣੇ ਆਪ ਸਜ਼ਾ ਦੇ ਦਿੰਦਾ ਵੀ ਹੁਣ ਤੂੰ 15 ਦਿਨ ਲਈ ਜੇਲ੍ਹ ਵਿੱਚ ਹੈ ਜਾਂ 6 ਸਾਲ ਲਈ ਜੇਲ੍ਹ ਵਿੱਚ ਹੈ? ਨਹੀਂ, ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ, ਕੋਰਟ ਵਿੱਚ ਪੇਸ਼ ਕੀਤਾ ਜਾਂਦਾ, ਜੱਜ ਉਹਦੇ ਕੇਸ ਨੂੰ ਸੁਣਦਾ। ਉਹਦੀ ਮਰਜ਼ੀ ਹੈ ਇਹ ਸਜ਼ਾ 2 ਸਾਲ ਤੋਂ ਘਟਾ ਕੇ 6 ਮਹੀਨੇ ਕਰ ਦੇ, ਉਹਦੀ ਮਰਜ਼ੀ ਹੈ 2 ਸਾਲ ਦੀ ਸਜ਼ਾ 20 ਸਾਲ 'ਚ ਕਰ ਦੇ, ਕਿ ਡੈਲੀਬਰੇਟ ਕਰ ਰਿਹਾ, ਅਤੇ ਕਈ ਵਾਰੀ ਇਨੋਸੈਂਟ ਦੇਖ ਕੇ ਬਖਸ਼ ਵੀ ਦਿੰਦਾ। ਇਸ ਤਰ੍ਹਾਂ ਪਰਮਾਤਮਾ ਹੈ ਦੁੱਖ ਅਤੇ ਸੁੱਖ, ਪਰਛਾਈ ਸਾਡੇ ਆਪਣੇ ਪਾਪਾਂ ਦੀ, ਆਪਣੇ ਪੁੰਨਾਂ ਦੀ ਹੈ। ਪੁੰਨ ਕਰਮ, ਨੇਕ ਕਰਮ ਕਰਾਂਗੇ ਜੀਵਨ 'ਚ ਸੁੱਖ ਆਏਗਾ, ਮਾੜੇ ਕਰਮ ਕਰਾਂਗੇ ਜੀਵਨ 'ਚ ਦੁੱਖ ਆਏਗਾ। ਲੇਕਿਨ ਇਹ ਦੁੱਖ ਅਤੇ ਸੁੱਖ ਉਹਦਾ ਨਿਆਂ ਗੁਰੂ ਕਰਦਾ ਹੈ, ਪਰਮੇਸ਼ਰ ਕਰਦਾ ਹੈ, ਉਹਦੇ ਹੁਕਮ ਵਿੱਚ ਮਿਲਦਾ ਹੈ। ਦੁੱਖ ਅਤੇ ਸੁੱਖ ਉਹਦੇ ਹੁਕਮ ਵਿੱਚ ਮਿਲਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਅੰਗਰੇਜ਼ ਰਾਈਟਰ ਨੇ ਬਹੁਤ ਖੂਬ ਲਿਖਿਆ ਹੈ,
ਕਹਿੰਦਾ ਵੀ ਮਸਟ ਹੈਵ ਫੇਥ ਇਨ ਮਰਸੀ ਆਫ ਗੋਡ, ਪਰਮਾਤਮਾ ਦੀ ਦਇਆ 'ਤੇ ਸਾਨੂੰ ਪੂਰਨ ਯਕੀਨ ਹੋਣਾ ਚਾਹੀਦਾ ਹੈ, ਬਟ ਵੀ ਮਸਟ ਹੈਵ ਇਕੁਅਲੀ ਫੇਥ ਇਨ ਜਸਟਿਸ ਆਫ ਗੋਡ, ਪਰਮਾਤਮਾ ਦੇ ਨਿਆਂ 'ਤੇ ਵੀ ਯਕੀਨ ਰੱਖੋ ਕਿ ਜੀਵਨ 'ਚ ਜੇ ਕਸ਼ਟ ਆਇਆ ਹੈ ਤਾਂ ਜ਼ਰੂਰ ਕਿਤੇ ਭੁੱਲ ਸਾਡੇ ਕੋਲੋਂ ਹੋਈ ਹੈ, ਉੱਥੇ ਆ ਕੇ ਗੁਰੂ ਅੱਗੇ ਭੁੱਲ ਬਖਸ਼ਵਾਓ, ਹੱਥ ਜੋੜ ਕੇ ਕਹੋ ਲੇਖਾ ਛੋੜ ਅਲੇਖੇ ਛੂਟੇ ਹਮ ਨਿਰਗੁਣ ਲਿਓ ਵਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ, ਨਾਨਕ ਦਾਸ ਸੰਤ ਪਾਸ਼ੇ ਪਰਿਓ ਰਾਖ ਲਿਓ ਇਹ ਬਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ, ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਓ, ਅਸੀਂ ਖੱਤੇ ਬਹੁਤ ਕਮਾਉਂਦੇ ਕਿਥੇ ਅੰਤ ਨਾ ਪਾਰਾ ਵਾਰ, ਬਖਸ਼ਣ ਹਾਰਾ ਬਖਸ਼ ਰਹਿ ਨਾਨਕ ਪਾਰ। ਉਸਦੇ ਅੱਗੇ ਅਰਦਾਸ ਕਰੋ, ਉਸਦੇ ਅੱਗੇ ਜੋਦੜੀ ਕਰੋ, ਉਸਦੇ ਅੱਗੇ ਬੇਨਤੀ ਕਰੋ, ਜੈਸਾ ਬਾਰਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਪਾਤੀ ਬਹੁਰ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਅਰਦਾਸ ਬੰਦੀ, ਹੰਕਾਰ ਨਾ ਕਰੋ ਮੈਂ ਕੋਈ ਮਾੜਾ ਨਹੀਂ ਕੀਤਾ, ਐਵੇਂ ਦੁੱਖ ਆ ਗਿਆ, ਪਰਮੇਸ਼ੁਰ ਦਾ ਨਿਆਂ ਸੱਚਾ ਹੈ, ਸੱਚਾ ਆਪ ਸੱਚਾ ਦਰਬਾਰ। ਪਾਤਸ਼ਾਹ ਕਹਿੰਦੇ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਉਹਨੇ ਉਹਨਾਂ 'ਤੇ ਗੁਰੂ ਦੀ ਬਖਸ਼ਿਸ਼ ਹੈ, ਇੱਕ ਹੁਕਮੀ ਸਦਾ ਪਵਾਈਐ। ਇੱਕ ਤਾਂ ਬਖਸ਼ਿਸ਼ ਲੈ ਕੇ ਸੱਚਖੰਡ ਪਹੁੰਚ ਗਏ, ਅਤੇ ਇੱਕ ਫਿਰ ਜਨਮ ਮਰਨ ਦੇ ਗੇੜ ਵਿੱਚ ਭਟਕ ਰਹੇ ਨੇ, ਇੱਕ ਹੁਕਮੀ ਸਦਾ ਪਵਾਈਐ। ਇੱਥੇ ਮੈਂ ਬੱਚਿਆਂ ਨੂੰ ਕਹਿੰਦੇ ਹਾਂ, ਸਿੱਖ ਧਰਮ ਬਿਲੀਵਸ ਇਨ ਟ੍ਰਾਂਸ ਮਾਈਗ੍ਰੇਸ਼ਨ, ਜਨਮ ਮਰਨ ਦਾ ਗੇੜ ਹੈ, ਜਨਮ ਮੌਤ ਤੋਂ ਬਾਅਦ ਫਿਰ ਜੀਵਨ ਹੈ। 84 ਲੱਖ ਜੋਨੀਆਂ ਨੇ ਸਾਡੇ ਕੀਤੇ ਕਰਮਾਂ ਅਨੁਸਾਰ, ਸਾਡੇ ਸੰਸਕਾਰਾਂ ਅਨੁਸਾਰ ਸਾਨੂੰ ਮੁੜ ਜਨਮ ਮਿਲਦਾ ਹੈ। ਗੁਰਦੇਵ ਬਖਸ਼ਿਸ਼ ਕਰ ਰਹੇ ਨੇ, ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੇ ਅੰਦਰ ਸਭ ਕੋ, ਇਸ ਤਰ੍ਹਾਂ ਸਭ ਕੁਝ ਉਹਦੇ ਹੁਕਮ ਵਿੱਚ ਵਰਤ ਰਿਹਾ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਕੁਛ ਵੀ ਉਸਦੇ ਹੁਕਮ ਤੋਂ ਬਾਹਰ ਨਹੀਂ ਹੈ, ਉਸਦੀ ਪਹੁੰਚ ਤੋਂ ਬਾਹਰ ਨਹੀਂ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ। ਜੇ ਹੁਣ ਇਸ ਹੁਕਮ ਨੂੰ ਤੂੰ ਬੁੱਝ ਲਵੇਂ ਕਿ ਮੇਰੇ ਅੰਦਰ ਬੈਠਾ ਮੇਰਾ ਪਰਮਾਤਮਾ ਮੈਨੂੰ ਵਾਚ ਰਿਹਾ, ਮੈਨੂੰ ਦੇਖ ਰਿਹਾ ਹੈ, ਮੈਨੂੰ ਸਮਝਾ ਰਿਹਾ ਹੈ, ਤਾਂ ਹਉਮੈ ਕਹੇ ਨਾ ਕੋਈ, ਫਿਰ ਤੇਰਾ ਹੰਕਾਰ ਡਿੱਗ ਜਾਏਗਾ, ਫਿਰ ਤੈਨੂੰ ਸੋਝ ਹੀ ਆ ਜਾਏਗੀ ਕਿ ਮੈਂ ਆਪਣੀ ਮਰਜ਼ੀਆਂ ਨਹੀਂ ਕਰਨੀਆਂ, ਚਲਾਕੀਆਂ ਨਹੀਂ ਕਰਨੀਆਂ। ਉਸ ਅੰਦਰ ਦੀ ਆਵਾਜ਼ ਨਾਲ, ਉਸ ਪਰਮੇਸ਼ੁਰ ਨਾਲ ਜੁੜਨਾ ਹੈ, ਅਤੇ ਉਹ ਪਰਮੇਸ਼ੁਰ ਦਾਨਾ ਬੀਨਾ ਮੇਰੇ ਅੰਦਰ ਬੈਠਾ ਸਭ ਕੁਝ ਦੇਖ ਰਿਹਾ, ਸਭ ਕੁਝ ਵਾਚ ਰਿਹਾ, ਉਸ ਤੋਂ ਕੋਈ ਗੱਲ ਲੁਕਾਈ ਨਹੀਂ ਜਾ ਸਕਦੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਕਿਵੇਂ ਬੁੱਝੀਏ? ਹੁਣ ਦੂਜਾ ਸਵਾਲ ਖੜਾ ਹੋ ਗਿਆ ਵੀ ਗੁਰਦੇਵ ਨੇ ਕਿਹਾ ਨਾਨਕ ਹੁਕਮੇ ਜੇ ਬੁੱਝੈ, ਜੇ ਤੂੰ ਬੁੱਝ ਲਵੇਂ ਤਾਂ ਹੋਮੇ ਕਹੇ ਨਾ ਕੋਈ, ਇਹ ਬੁੱਝੀਏ ਕਿਵੇਂ? ਗੁਰਦੇਵ ਕਹਿੰਦੇ ਉਹਦੇ ਨਾਲ ਪਿਆਰ ਪਾ। ਅਸੀਂ ਆਮ ਤੌਰ 'ਤੇ ਕਹਿੰਦੇ ਜੀ ਨਾਮ ਨਹੀਂ ਜਪਿਆ ਜਾਂਦਾ, ਕਿਉਂ ਨਹੀਂ ਜਪਿਆ ਜਾਂਦਾ? ਕਦੇ ਵਿਚਾਰਿਆ ਜੀ ਕਿਉਂ ਨਹੀਂ ਜਪਿਆ ਜਾਂਦਾ? ਦੁਕਾਨ 'ਤੇ ਬੈਠੇ ਹਾਂ, ਸਾਨੂੰ ਘਰ ਦੀ ਚਿੰਤਾ ਹੁੰਦੀ ਹੈ, ਘਰ ਦਾ ਸਭ ਕੁਝ ਸਾਨੂੰ ਪਤਾ ਹੁੰਦਾ ਹੈ, ਅੱਜ ਆਟਾ ਘਰ ਪਿਆ ਹੈ, ਅੱਜ ਸਬਜ਼ੀ ਫਲਾਣੀ ਬਣੇਗੀ, ਅੱਜ ਇੰਜ ਹੋਏਗਾ, ਬੱਚੇ ਸਕੂਲ ਗਏ ਨੇ, ਫਿਰ ਵਿੱਚੋਂ ਵਿੱਚੋਂ ਫੋਨ ਵੀ ਕਰਨੇ ਆ, ਬੱਚੇ ਸਕੂਲ ਤੋਂ ਆ ਗਏ ਨੇ, ਰੋਟੀ ਖਾ ਲਈਏ, ਕਰਦੇ ਨਹੀਂ ਕਰਦੇ? ਭੈਣਾਂ ਨੂੰ ਸਭ ਧਿਆਨ ਹੁੰਦਾ, ਪਤੀ ਦੁਕਾਨ 'ਤੇ ਗਿਆ, ਕੰਮ 'ਤੇ ਗਿਆ, ਫੋਨ ਕਰਕੇ ਕੀ ਹਾਲ ਹੈ, ਸਭ ਠੀਕ ਚੱਲ ਰਿਹਾ ਨਾ, ਅੱਜ ਲੇਟ ਹੋ ਰਹੇ ਹੋ, ਕਿੰਨੇ ਵਜੇ ਪਹੁੰਚੋਗੇ, ਸਭ ਯਾਦ ਹੈ, ਅਤੇ ਰੱਬ ਕਿਉਂ ਭੁੱਲ ਗਿਆ? ਕਿਉਂਕਿ ਪਤੀ ਨਾਲ, ਬੱਚਿਆਂ ਨਾਲ, ਘਰ ਨਾਲ, ਦੁਕਾਨ ਨਾਲ ਪਿਆਰ ਹੈ, ਪਰਮਾਤਮਾ ਨਾਲ ਜੇ ਪਿਆਰ ਨਹੀਂ ਪਿਆ, ਕਹਿ ਜ਼ਰੂਰ ਰਹੇ ਹਾਂ, ਅਰਦਾਸ ਜ਼ਰੂਰ ਕਰ ਰਹੇ ਹਾਂ, ਗੁਰਦੇਵ ਸਾਨੂੰ ਇਹ ਚਾਹੀਦਾ, ਉਹ ਚਾਹੀਦਾ, ਪਰ ਜਾ ਕੇ ਫਿਰ ਪੰਡਿਤ ਜੀ ਨੂੰ ਹੌਲੀ ਜਿਹੀ ਹੱਥ ਦਿਖਾਉਂਦੇ ਹਾਂ, ਸਾਡੀਆਂ ਲਕੀਰਾਂ ਦੇਖੋ ਜ਼ਰਾ, ਇੱਥੋਂ ਚਰਨਾਂ ਦੀ ਧੂੜੀ ਮਸਤਕ 'ਤੇ ਲਾ, ਮੱਥੇ ਦੀਆਂ ਪੁੱਠੀਆਂ ਲਕੀਰਾਂ ਸਿੱਧੀਆਂ ਹੋ ਜਾਣਗੀਆਂ। ਪਿਆਰ ਨਾਲ ਆਖੋ ਸਤਨਾਮ। ਮਹਾਂਪੁਰਸ਼ ਕਹਿੰਦੇ ਨੇ, ਧੰਨ ਬਾਬਾ ਗੁਰਮੁਖ ਸਿੰਘ ਜੀ ਮਹਾਰਾਜ ਕਹਿੰਦੇ ਸਨ, ਕਹਿੰਦੇ ਨੇ ਜਿਸਦਾ ਘਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ ਨਹੀਂ ਭਰਿਆ ਨਾ, ਫਿਰ ਉਹਦਾ ਕਦੀ ਭਰ ਵੀ ਨਹੀਂ ਸਕਦਾ। ਪਿਆਰ ਨਾਲ ਆਖੋ ਸਤਨਾਮ। ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸਕੇ ਦੀਏ ਰਹੇ ਅਘਾਏ, ਬਹੁਰ ਨਾ ਤ੍ਰਿਸਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਾਨਕ ਕੇ ਕਿਛ ਨਾਹੀ। ਸੰਸਾਰ ਕਿਸੇ ਨੂੰ ਕੁਝ ਨਹੀਂ ਦੇ ਸਕਦਾ,
ਜਗਤ ਭਿਖਾਰੀ ਫਿਰਤ ਹੈ, ਸੰਸਾਰ ਜਦੋਂ ਦੇਗਾ ਤੈਨੂੰ ਨੀਚਾ ਦਿਖਾਏਗਾ, ਜੇ ਕੁਝ ਦੇਗਾ ਤਾਂ ਵੀ ਨੀਚਾ ਦਿਖਾਏਗਾ, ਜੇ ਕੁਝ ਨਹੀਂ ਦੇਗਾ ਤਾਂ ਵੀ ਨੀਚਾ ਦਿਖਾਏਗਾ। ਰੱਬ ਨਾ ਕਰੇ ਕਿਸੇ ਨੂੰ ਕਿਸੇ ਅੱਗੇ ਹੱਥ ਅੱਡਣਾ ਪਵੇ, ਮੰਗ ਕੇ ਦੇਖੋ ਤਾਂ ਸਹੀ, ਜਰਾ ਕਦੀ ਮੰਗ ਕੇ ਦੇਖੋ ਕਿਸੇ ਕੋਲੋਂ। ਕੋਈ ਦੇ ਵੀ ਦੇਗਾ ਤਾਂ ਇੱਕ ਵਾਰੀ, ਕੋਈ ਦੇ ਵੀ ਦੇਗਾ ਦੋ ਵਾਰੀ, ਕੋਈ ਦੇ ਵੀ ਦੇਗਾ ਤਿੰਨ ਵਾਰੀ, ਚੌਥੀ ਵਾਰੀ ਜਰਾ ਫਿਰ ਮੰਗ ਕੇ ਦੇਖਣਾ, ਅਗਲਾ ਫੋਨ ਹੀ ਨਹੀਂ ਚੁੱਕੇਗਾ। ਪਿਆਰ ਨਾਲ ਆਖੋ ਸਤਨਾਮ, ਅਤੇ ਫਿਰ ਉਹਦੇ ਕੋਲੋਂ ਮੰਗੋ ਨਾ। ਮੰਗੋ ਉਸੀ ਸੇ ਜੋ ਉਹਦੇ ਖੁਸ਼ੀ ਸੇ ਕਹੇ ਨਾ ਕਿਸੀ ਸੇ। ਉਹ ਹੱਸ ਕੇ ਦਿੰਦਾ, ਜੇ ਦਿੰਦਾ ਦੇ ਲੈਂਦੇ ਥੱਕ ਪਾਏ, ਉਹ ਜਦੋਂ ਦਿੰਦਾ ਨਾ ਬਾਦਸ਼ਾਹ ਬਣਾ ਦਿੰਦਾ। ਜਿਸ ਨੂੰ ਬਖਸ਼ੈ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਸ ਨੂੰ ਜੋੜ ਲੈਂਦਾ ਉਹਨੂੰ ਬਾਦਸ਼ਾਹ ਬਣਾ ਦਿੰਦਾ। ਉਹ ਫਿਰ ਵੰਡਣ ਵਾਲਾ ਹੋ ਜਾਂਦਾ, ਮੰਗਣ ਵਾਲਾ ਨਹੀਂ ਰਹਿੰਦਾ। ਸੰਸਾਰ ਭਿਖਾਰੀ ਬਣਾਉਂਦਾ ਹੈ, ਸੰਸਾਰ ਤੈਨੂੰ ਨੀਚਾ ਦਿਖਾਉਂਦਾ ਹੈ। ਜੇ ਕੋ ਇਹ ਕਰੇ ਚੰਗਿਆਈ, ਮਨ ਚਿਤ ਬਹੁਤ ਵਫਾਵੈ, ਏਤੇ ਗੁਣ ਏਤੀਆਂ ਚੰਗਿਆਈਆਂ, ਦੇਹ ਨਾ ਪਛੋਤਾ। ਉਹ ਤਾਂ ਦੇ ਕੇ ਜਤਲਾਉਂਦਾ ਵੀ ਨਹੀਂ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਕ ਬੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ, ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤੱਤੀ ਵੋ। ਕਦੀ ਲੋੜ ਪੈ ਜਾਏ, ਕਦੀ ਜੀਵਨ ਕਸ਼ਟ ਆ ਜਾਏ, ਪਾਤਸ਼ਾਹ ਕਹਿੰਦੇ ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਕੋਈ ਸਹਾਰਾ ਨਹੀਂ ਬਣਦਾ। ਲਾਗੂ ਹੋਏ ਦੁਸ਼ਮਣਾਂ, ਉਹ ਜਿਹੜੇ ਮਿੱਤਰ ਦੁਸ਼ਮਣ ਮਿੱਤਰ ਬਣ ਕੇ ਬੈਠੇ ਸੀ ਨਾ, ਘੇਰੀ ਬੈਠੇ ਸਨ, ਉਹਨਾਂ ਦਾ ਜ਼ੋਰ ਨਹੀਂ ਸੀ ਚੱਲਦਾ, ਇਸ ਵਾਸਤੇ ਦੋਸਤਾਂ ਦਾ ਰੂਪ ਬਣਾ ਕੇ ਬੈਠੇ ਸਨ। ਪਰ ਜਦੋਂ ਪਤਾ ਲੱਗਾ ਕਮਜ਼ੋਰ ਪੈ ਗਿਆ, ਡਿੱਗ ਪਿਆ, ਫਿਰ ਉਹੀ ਦੁਸ਼ਮਣ ਬਣ ਖੜੇ ਹੋਏ। ਲਾਗੂ ਹੋਏ ਦੁਸ਼ਮਣ, ਅਤੇ ਜਿਹੜੇ ਸਾਕ ਸਨ, ਜਿਹੜੇ ਸੰਬੰਧੀ ਸਨ, ਜਿਹੜੇ ਰਿਸ਼ਤੇਦਾਰ ਸਨ, ਜਿਹੜੇ ਰਾਤੀ ਰੋਜ਼ ਮਹਿਫਲਾਂ ਸਜਾ ਕੇ ਨਾਲ ਬਹਿੰਦੇ ਸਨ, ਉਹ ਪਿੱਠ ਕਰਕੇ ਬਹਿ ਗਏ। ਉਹ ਨਾਂ ਵੀ ਨਹੀਂ ਪੁੱਛਦੇ, ਬਾਤ ਵੀ ਨਹੀਂ ਪੁੱਛਦੇ। ਲਾਗੂ ਹੋਏ ਦੁਸ਼ਮਣਾਂ, ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ, ਸਭ ਸਹਾਰੇ ਟੁੱਟ ਗਏ। ਇਹ ਮੇਰਾ ਮਿਨਿਸਟਰ ਦੋਸਤ ਹੈ, ਅਫਸਰ ਦੋਸਤ ਹੈ, ਫਲਾਣਾ ਹੈ, ਇਹ ਮੇਰਾ ਦੋਸਤ ਬੜਾ ਤਰੱਕੀ ਕਰ ਗਿਆ, ਮੈਂ ਇਹਦੇ ਮੇਰੇ ਮਦਦ ਮੰਗ ਲਾਂਗਾ, ਉਹ ਸਭ ਭੱਜ ਗਏ। ਸਭੋ ਭੱਜੇ ਆਸਰਾ ਚੁੱਕੇ, ਸਭ ਅਸਰਾਓ, ਗੁਰਦੇਵ ਕਹਿੰਦੇ ਚਿੱਤ ਆਵੇ, ਹੁਣ ਵੀ ਤੋਂ ਉਹਦੇ ਨਾਲ ਜੁੜ ਜਾ, ਚਿੱਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤੱਤੀ ਵਾਹ। ਸਾਹਿਬ ਨਿਮਾਨਿਆ ਕਾ ਮਾਨ, ਆਏ ਨਾ ਜਾਏ ਥਿਰ ਸਦਾ, ਗੁਰ ਸ਼ਬਦੀ ਸੱਚ ਜਾਨ। ਉਹ ਤੂੰ ਉਹਨੂੰ ਪਛਾਣਿਆ ਨਹੀਂ, ਉਹ ਤਾਂ ਤੇਰੇ ਨਾਲ ਹੀ ਸੀ, ਉਹ ਸਦਾ ਥਿਰ ਹੈ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕਉ ਨਾਨਕ ਇਹ ਬਿਪਤ ਮੇ ਟੇਕ ਏਕ ਰਘਨਾਥ। ਇੱਕ ਉਹ ਸਹਾਰਾ ਬਣਦਾ ਹੈ। ਫਿਰ ਜਿਹੜਾ ਅੰਤ, ਸੋ ਸਾਜਨ ਮੇਰਾ ਮਨ ਚਾਹੇ ਆਦ ਮਦ, ਜੋ ਅੰਤ ਨਿਭਾਹੇ, ਫਿਰ ਉਹਦਾ ਲੜ ਫੜਨਾ, ਫਿਰ ਸੰਸਾਰ ਦੇ ਮਗਰ ਕਿਉਂ ਦੌੜਨਾ। ਇੱਕ ਗੱਲ ਧਿਆਨ ਰੱਖੀ, ਰੋਜ਼ ਅਸੀਂ ਪੜ੍ਹਦੇ ਹਾਂ, ਬਸ ਇੱਕੋ ਹੀ ਕਮੀ ਹੈ, ਹੋਰ ਕੁਛ ਨਹੀਂ। ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨਾਲ ਜੁੜਦੇ ਨਹੀਂ ਹਾਂ, ਜੁੜਦੇ ਸੰਸਾਰ ਨਾਲ ਹਾਂ। ਗੁਰਬਾਣੀ ਕੀ ਕਹਿ ਰਹੀ? ਰੋਜ਼ ਗੁਰੂ ਮਹਾਰਾਜ ਦਾ ਸੁਖਾਸਨ ਕਰਦੇ ਹੋ, ਪੜ੍ਹਦੇ ਹੋ ਨਾ, ਜ਼ਰਾ ਪੜ੍ਹੋ ਸ਼ਬਦ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਂ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਪਾ ਲਿਆ, ਲੈ ਧੂਰ ਮੁਖ ਲਾਵਾ। ਅਤੇ ਅੱਗੇ ਜਾ ਕੇ ਪੜ੍ਹਨੇ ਹਾਂ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾ। ਜਿਹਨੇ ਗੁਰੂ ਦੀ ਟੇਕ ਲੈ ਲਈ, ਸੰਸਾਰ ਉਹਦੇ ਮਗਰ ਤੁਰਿਆ। ਪਿਆਰੀ ਸਾਧ ਸੰਗਤ, ਪਰ ਅਸੀਂ ਟੇਕ ਬੰਦਿਆਂ ਦੀ ਲੈਂਦੇ ਹਾਂ। ਜੇ ਗੁਰੂ ਦੀ ਟੇਕ ਲੈ ਲਈਏ, ਜੀਵਨ 'ਚ ਕਸ਼ਟ ਆਏਗਾ ਹੀ ਨਹੀਂ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਗੁਰਦੇਵ ਕਹਿ ਰਹੇ ਨੇ ਹੁਕਮ ਨਾਲ ਜੁੜਨਾ ਹੀ ਨਾ, ਤਰੀਕਾ ਦੱਸਦੇ ਨੇ ਗੁਰਦੇਵ। ਅਗਲੀ ਪੌੜੀ ਬਖਸ਼ਿਸ਼ ਕਰ ਰਹੇ ਹਨ। ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨਖੇ, ਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾਂ ਹਦੂਰ, ਕਥਨਾ ਕਥੀ ਨੈ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਕਹਿੰਦੇ ਨੇ ਉਹਦੇ ਹੁਕਮ ਨਾਲ ਜੁੜਨਾ ਹੀ ਨਾ, ਉਹਦੇ ਨਾਲ ਪਿਆਰ ਪਾ,
ਉਹਦੇ ਨਾਲ ਜੁੜ, ਕਿਵੇਂ ਜੁੜੇਗਾ, ਉਹਦੇ ਗੁਣ ਗਾ, ਉਹਦੇ ਗੁਣ ਨੂੰ ਕੌਣ ਗਾਉਂਦਾ ਹੈ? ਗੁਰਦੇਵ ਬਖਸ਼ਿਸ਼ ਕਰਦੇ ਹਨ, ਗਾਵੇ ਕੋ ਤਾਣ ਹੋਵੇ ਕਿਸੇ ਤਾਨ, ਤਾਨ ਕਹਿੰਦੇ ਨੇ ਬਲ ਨੂੰ, ਜਿਹਨੂੰ ਉਹ ਸੋਝੀ ਦਿੰਦਾ ਹੈ, ਜਿਹਨੂੰ ਉਹ ਬਲ ਦਿੰਦਾ ਹੈ। ਇਸ ਤੁਸੀਂ ਸੰਗਤ 'ਚ ਆਏ ਬੈਠੇ ਹੋ ਨਾ, ਕਿਸੇ ਅਨਾਊਂਸਮੈਂਟ ਨੂੰ ਸੁਣ ਕੇ ਨਹੀਂ ਆਏ ਪਿਆਰੀ ਸਾਧ ਸੰਗਤ, ਉਹ ਇਨਫੋਰਮੇਸ਼ਨ ਸੀ, ਉਹ ਸਭ ਵਾਸਤੇ ਸੀ। ਪਤਾ ਲੱਗਿਆ ਕੇਬਲ 'ਤੇ ਵੀ ਇਨਫੋਰਮੇਸ਼ਨ ਚੱਲ ਰਹੀ ਸੀ, ਲੱਖਾਂ ਪ੍ਰਾਣੀਆਂ ਨੇ ਉਹ ਦੇਖਿਆ ਵੀ ਪ੍ਰੋਗਰਾਮ ਹੈ, ਗੁਰਦੁਆਰੇ ਕਥਾ ਹੈ, ਕੀਰਤਨ ਹੈ, ਸਤਸੰਗ ਹੈ, ਪਰ ਸਾਰੇ ਤਾਂ ਨਹੀਂ ਆ ਗਏ ਜਿਹਦੇ 'ਤੇ ਉਹਨੇ ਕਿਰਪਾ ਕੀਤੀ। ਸਤਸੰਗ 'ਚ ਕੌਣ ਆ ਸਕਦਾ ਹੈ, ਗੁਰਦੁਆਰੇ ਧਰਮਸਾਲ 'ਚ ਕੌਣ ਆ ਸਕਦਾ ਹੈ, ਕਥਾ ਕੀਰਤਨ 'ਚ ਕੌਣ ਆ ਸਕਦਾ ਜਿਹਦੇ 'ਤੇ ਗੁਰੂ ਨਾਨਕ ਕਿਰਪਾ ਕਰਦਾ? ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸਾਡੀ ਭੈਣ ਬੜਾ ਪਿਆਰਾ ਪੜ੍ਹਦੀ ਹੈ, ਕਹਿੰਦੀ ਹੈ ਜਿਸ ਸ਼ਖਸ ਪੇ ਹੋ ਇਹ ਜਗ ਵਾਲੋ ਕੁਛ ਖਾਸ ਇਨਾਇਤ ਸਤਿਗੁਰ ਕੀ, ਉਨਕੋ ਹੀ ਸੰਦੇਸ਼ਾ ਜਾਤਾ ਹੈ ਔਰ ਵਹੀ ਬੁਲਾਏ ਆਤੇ ਹੈਂ। ਇੱਥੇ ਮੇਰੇ ਗੁਰੂ ਨਾਨਕ ਨੇ ਹਲੂਣਾ ਦਿੱਤਾ ਤੁਹਾਨੂੰ, ਪ੍ਰੇਰਿਆ ਕਿ ਚੱਲ ਪੁਰਖਾ, ਚੱਲ ਪਿਆਰਿਆ, ਚੱਲ ਮੇਰੀ ਭੈਣੇ, ਚੱਲ ਮੇਰੀ ਬੱਚੀਏ, ਚੱਲ ਸਤਸੰਗ ਵਿੱਚ, ਉੱਥੇ ਗੁਰੂ ਦੇ ਜਸ ਗਾਇਨ ਕਰ, ਪਿਆਰ ਨਾਲ ਆਖੋ ਸਤਨਾਮ। ਇਸ ਲਈ ਗੁਰਸਿੱਖ ਦਾ ਪਹਿਲਾ ਫਰਜ਼ ਕੀ ਹੈ? ਆਉਂਦਿਆਂ ਸਾਰ ਪਹਿਲੇ ਸ਼ੁਕਰਾਨਾ ਕਰਨਾ, ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਸੰਸਾਰ ਦੀ ਦਲਦਲ 'ਚੋਂ ਕੱਢ ਕੇ ਆਪਣੇ ਚਰਨਾਂ ਵਿੱਚ ਲਿਆ ਹੈ, ਜਿਸ ਨੂੰ ਮੈਂ ਬਲ ਦੇ ਗੁਰੂ, ਜਿਸ ਨੂੰ ਇਹ ਪ੍ਰੇਰਨਾ ਦੇ ਗੁਰੂ, ਉਹੀ ਉਹਦੇ ਗੁਣ ਗਾ ਸਕਦਾ। ਤਾਂ ਹੀ ਅਰਦਾਸ ਕਰਦੇ ਗੁਰਦੇਵ, ਸਭ ਨੂੰ ਸਭ ਕੁਝ ਸਮਝਾਉਂਦੇ ਨੇ, ਤੇਰੇ ਗੁਣ ਗਾਵਾਂ ਦੇ ਬੁਝਾਈ, ਮੈਨੂੰ ਸੋਝੀ ਦੇ, ਮੈਂ ਤੇਰੇ ਗੁਣ ਗਾਵਾਂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਦੇ ਸੋਝੀ ਦੇ। ਪਾਤਸ਼ਾਹ ਕਹਿੰਦੇ ਜਿਹਨੂੰ ਉਹ ਫਿਰ ਸੋਝੀ ਦੇ ਦਿੰਦਾ, ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਜਿਹਨੂੰ ਉਹ ਬਲ ਦੇ ਦਿੰਦਾ ਹੈ, ਫਿਰ ਉਹ ਕੀ ਕਰਦਾ ਹੈ, ਉਹਦੇ ਬਲ ਦੇ ਗੁਣ ਗਾਉਂਦਾ ਹੈ। ਪਰਮਾਤਮਾ ਬੜਾ ਬਲੀ ਹੈ, ਇਹ ਧਰਤੀ ਹੈ, ਬ੍ਰਹਮੰਡ ਟਿਕੀ ਹੈ, ਆਕਾਸ਼ ਟਿਕਿਆ, ਬਿਨਾਂ ਥੰਮਾਂ ਦੇ ਇਹ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਉਹਦੇ ਬਲ ਨਾਲ ਚੱਲ ਰਹੀ ਹੈ, ਉਹਦੇ ਤਾਨ ਦੇ ਗੁਣ ਗਾਉਂਦਾ ਹੈ। ਗਾਵੇ ਕੋ ਦਾਤ ਜਾਣੇ ਨਿਸਾਨ, ਕੋਦੀਆਂ ਉਹਦੀਆਂ ਦਾਤਾਂ ਦੇ ਗੁਣ ਗਾਉਂਦਾ ਹੈ। ਪਰਮਾਤਮਾ ਨੇ ਬੜੀਆਂ ਦਾਤਾਂ ਬਖਸ਼ਿਸ਼ ਕੀਤੀ, ਕਈ ਐਸੇ ਵੀ ਨੇ ਵਿਚਾਰੇ ਰੱਬ ਨੂੰ ਭੁੱਲ ਕੇ ਬੰਦਿਆਂ ਮਗਰ ਤੁਰੇ ਫਿਰਦੇ ਨੇ। ਬਾਬਾ ਸ਼ਾਮ ਸਿੰਘ ਦੇ ਜੀਵਨ ਦੀ ਘਟਨਾ ਹੈ, ਬਾਬਾ ਜੀ 72 ਸਾਲ ਸੇਵਾ ਕੀਤੀ, ਸਰੰਦੇ 'ਤੇ ਕੀਰਤਨ ਕਰਦੇ ਸਨ ਦਰਬਾਰ ਸਾਹਿਬ। ਬਾਬਾ ਹਰਬੰਸ ਸਿੰਘ ਜੀ ਸਨ, ਇਹਨਾਂ ਦੇ ਵਡੇਰੇ ਬਾਬਾ ਸ਼ਾਮ ਸਿੰਘ ਜੀ ਹੋਏ ਨੇ, ਆਟਾ ਮੰਡੀ ਡੇਰਾ ਉਹਨਾਂ ਦਾ। 72 ਸਾਲ ਸਰੰਦੇ 'ਤੇ ਸੇਵਾ ਕਰਦੇ ਸਨ ਕੀਰਤਨ ਦੀ ਦਰਬਾਰ ਸਾਹਿਬ ਦੇ ਵਿੱਚ, ਅਤੇ ਸ਼ਬਦ ਪੜ੍ਹਦੇ ਸਨ, ਦਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ। ਅਤੇ ਕੀਰਤਨ ਤੋਂ ਬਾਅਦ ਇਹ ਨਹੀਂ ਕਿ ਡੇਰੇ ਆ ਕੇ ਬਹਿ ਜਾਣਾ, ਕਿੰਨਾ ਕਿੰਨਾ ਚਿਰ ਸਲੰਗ ਪ੍ਰਕਰਮਾਂ 'ਚ ਬਹਿ ਕੇ ਜਲ ਦੀ ਸੇਵਾ ਕਰਨੀ, ਸਿਮਰਨ ਕਰਨਾ। ਜਲ ਪਿਲਾ ਰਹੇ ਸਨ, ਇੱਕ ਗੁਰਸਿੱਖ ਆਇਆ, ਉਹਨੂੰ ਕਹਿਣ ਲੱਗੇ ਪੁਰਖਾ ਬੋਲ ਵਾਹਿਗੁਰੂ ਜਲ ਪੀ ਲੈ। ਕਹਿੰਦਾ ਜੀ ਪਾਣੀ ਪਿਲਾਓ ਕਿ ਨਾ ਪਿਲਾਓ, ਮੈਂ ਵਾਹਿਗੁਰੂ ਨਹੀਂ ਕਹਿਣਾ। ਕਿਉਂ ਨਹੀਂ ਕਹਿਣਾ ਭਾਈ? ਕਹਿੰਦਾ ਵਾਹਿਗੁਰੂ ਮੈਨੂੰ ਦਿੱਤਾ ਹੀ ਕੀ। ਬਾਬਾ ਜੀ ਕਹਿਣ ਲੱਗੇ ਇੰਜ ਨਾ ਕਹੋ, ਤੈਨੂੰ ਕੀ ਨਹੀਂ ਦਿੱਤਾ? ਕਹਿੰਦਾ ਮੈਂ ਬੜਾ ਗਰੀਬ ਹਾਂ, ਮੇਰੇ ਕੋਲ ਧਨ ਨਹੀਂ ਹੈ, ਮੈਂ ਮੰਗ ਮੰਗ ਕੇ ਥੱਕ ਗਿਆ, ਮੈਨੂੰ ਵਾਹਿਗੁਰੂ ਦਿੱਤਾ ਨਹੀਂ। ਬਾਬਾ ਜੀ ਕਹਿਣ ਲੱਗੇ ਕੁਛ ਨਹੀਂ ਦਿੱਤਾ ਤੈਨੂੰ? ਕਹਿੰਦਾ ਜੀ ਨਹੀਂ। ਕਹਿੰਦਾ ਚੱਲ ਡੇਰੇ, ਤੈਨੂੰ ਕੀ ਚਾਹੀਦਾ? ਕਹਿੰਦਾ ਮੈਨੂੰ ਧਨ ਚਾਹੀਦਾ। ਕਹਿੰਦੇ ਨੇ ਆਖ, ਚੱਲ ਆਹ ਵਾਹਿਗੁਰੂ ਆਖ, ਡੇਰੇ ਚੱਲ। ਬਾਬਾ ਜੀ ਸੇਵਾਦਾਰ ਨੂੰ ਕਿਹਾ, ਅੰਦਰੋਂ ਪੈਸਿਆਂ ਦੀ ਥੈਲੀ ਲਿਆ, 500 ਰੁਪਈਆ ਉਹਦੇ ਅੱਗੇ ਰੱਖਿਆ। ਕਹਿਣ ਲੱਗੇ 500 ਰੁਪਈਆ ਜੀ, ਠੀਕ ਹੈ, ਕਹਿੰਦੇ ਬਦਲੇ ਵਿੱਚ ਕੁਝ ਦੇ ਦੇ। ਜੀ ਕੀ ਦੇ ਦਿਆਂ? ਕਹਿੰਦੇ ਆਪਣੀ 10 ਉਂਗਲਾਂ ਵਿੱਚੋਂ ਇੱਕ ਉਂਗਲ ਦੇ ਦੇ, ਪਿਆਰ ਨਾਲ ਆਖੋ ਸਤਨਾਮ। ਕਹਿੰਦਾ ਜੀ ਇਹ ਕਿਉਂ ਦੇ ਦਿਆਂ? ਬਾਬਾ ਜੀ ਕਹਿੰਦੇ ਥੋੜ੍ਹਾ, 500 ਰੁਪਏ ਬਦਲੇ ਉਂਗਲਾਂ ਦੇ ਦਿਆਂ। ਬਾਬਾ ਕੋਈ ਨਹੀਂ, 5000 ਲੈ ਲੈ, ਇੱਕ ਹੱਥ ਦੇ ਦੇ। ਕਹਿਣ ਲੱਗਾ ਜੀ ਇਹ ਤਾਂ ਨਹੀਂ ਹੋ ਸਕਦਾ, ਅੱਛਾ ਤੂੰ 10000 ਲੈ ਲੈ, ਇੱਕ ਅੱਖ ਦੇ ਦੇ, 50000 ਲੈ ਲੈ, ਕੋਈ ਆਪਣਾ ਕੋਈ ਸਰੀਰ ਦਾ ਅੰਗ ਕੱਟ ਦੇ। ਕਹਿੰਦਾ ਜੀ ਇਹ ਤਾਂ ਨਹੀਂ। ਕਹਿੰਦਾ ਫਿਰ ਇਹ ਕਿਹਨੇ ਦਿੱਤਾ ਤੈਨੂੰ? ਸਭ ਦਾਤ ਉਹਦੀ ਹੈ। ਗਾਵੇ ਕੋ ਦਾਤ ਜਾਣੇ ਨਿਸਾਨ, ਜਿਹਨੂੰ ਸੋਝੀ ਆ ਗਈ ਕਿ ਸਵਾਸ ਚੱਲ ਰਿਹਾ ਨਾ, ਇਹ ਵੀ ਉਹਦੀ ਕਿਰਪਾ ਹੈ। ਸਵਾਸ ਸਵਾਸ ਹਰ ਭਜਨ ਕਰ, ਬਿਰਥਾ ਸਵਾਸ ਮਤ ਖੋਏ, ਕਹਿ ਜਾਣਾ ਕਿ ਅੰਤ ਕਾ ਇਹੀ ਸਵਾਸ ਹੀ ਹੋਏ। ਕੀ ਪਤਾ ਇੱਕ ਵਾਰੀ ਜ਼ਰਾ ਕੋਈ ਰੋਟੀ ਦਾ ਕਿਣਕਾ ਅੰਦਰ ਵੜ ਜਾਏ ਨਾ, ਅੜ ਜਾਏ ਏਅਰ ਪਾਈਪ ਵਿੱਚ, ਤਾਂ ਅਸੀਂ ਤੜਪਦੇ ਹਾਂ, ਪਾਣੀ ਪਾਣੀ ਮਿੱਠਾ, ਸਵਾਸ ਨਹੀਂ ਚੱਲ ਰਿਹਾ, ਸਾਹ ਰੁਕ ਗਿਆ।
ਉਹ ਜਿਹੜਾ ਸਵਾਸ ਚਲਾ ਰਿਹਾ ਹੈ। ਅਰਦਾਸ ਅਸੀਂ ਰੋਜ਼ ਕਰ ਰਹੇ ਹਾਂ, ਪਾਠ ਅਸੀਂ ਰਾਜ ਸਾਹਿਬ ਦਾ ਰੋਜ਼ ਕਰ ਰਹੇ ਹਾਂ। ਕਦੀ ਧੰਨ ਗੁਰੂ ਰਾਮਦਾਸ ਨੂੰ ਪੁੱਛੀਏ ਕਿ ਦਾਤਾ ਕਿਵੇਂ ਮੰਗੀਦਾ ਉਹਦੇ ਕੋਲੋਂ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਰਾਗ ਗੁਜਰੀ ਮਹੱਲਾ ਚੌਥਾ, ਪੜ੍ਹੋ ਪਿਆਰ ਨਾਲ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ ਹਮ ਕੀਰੇ, ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਹੇ ਵਾਹਿਗੁਰੂ ਕਿਰਪਾ ਕਰੋ, ਹੇ ਧੰਨ ਗੁਰ ਅਮਰਦਾਸ ਹਮ ਅਗਿਆਨ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਇਹ ਹਰ ਦੇ ਜਨ, ਸਤਿਗੁਰ ਮੇਰੇ ਸਤਿਗੁਰ ਤੁਸੀਂ ਹੋ, ਸਤਿਗੁਰ ਸਤਿਪੁਰਖਾ ਤੁਸੀਂ ਹੀ ਸਤਿਪੁਰਖ ਹੋ। ਬਿਨੋ ਕਰੋ ਗੁਰ ਪਾਸ, ਮੈਂ ਆਪਣੇ ਚਰਨ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ। ਬਿਨੋ ਕਰੋ ਗੁਰ ਪਾਸ ਹਮ ਕੀਰੇ, ਮੈਂ ਕੀੜਾ ਹਾਂ, ਕੀੜਾ ਹੀ ਨਹੀਂ ਕੀੜੇ ਤੋਂ ਵੀ ਛੋਟਾ ਕੀੜਾ ਕਿਰਮ ਹਾਂ, ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਮੇਰੇ ਅੰਦਰ ਪਰਮਾਤਮਾ ਦਾ ਨਾਮ ਦਾ ਪ੍ਰਕਾਸ਼ ਹੋ ਜਾਏ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਮੇਰੇ ਪ੍ਰਾਣਾਂ ਦਾ ਸਹਾਰਾ ਹੋ ਜਾਏ। ਸਵਾਸ ਲਵਾਂ ਕਿ ਨਾ ਲਵਾਂ, ਪਰਮਾਤਮਾ ਦਾ ਨਾਮ ਨਾ ਭੁੱਲੇ। ਪਿਆ ਨਾ ਲਾਖੋ ਸਤਨਾਮ, ਗਾਵੈ ਕੋ ਦਾਤ ਜਾਣੇ ਨਿਸ਼ਾਨ ਕੋ, ਉਹਦੀਆਂ ਦਾਤਾਂ ਨੂੰ ਨਿਸ਼ਾਨੀ ਮੰਨਦਾ ਹੈ। ਸਾਨੂੰ ਕੋਈ ਪੈਨ ਦਿੰਦਾ ਹੈ, ਬੜੇ ਸ਼ੌਕ ਨਾਲ ਦਿਖਾਉਂਦੇ ਹਾਂ, ਇਹ ਦੇਖੋ ਜੀ ਬੜਾ ਕੀਮਤੀ ਪੈਨ ਜੇ, ਅਮਰੀਕਾ ਤੋਂ ਆਇਆ, ਇੰਗਲੈਂਡ ਤੋਂ ਆਇਆ, ਜਰਮਨ ਤੋਂ ਆਇਆ, ਇੰਨੇ ਡਾਲਰ ਦਾ ਹੈ, ਇਹ ਮੇਰੇ ਫਲਾਣੇ ਮਿੱਤਰ ਨੇ ਦਿੱਤਾ ਹੈ। ਉਹਦਾ ਸ਼ੁਕਰਾਨਾ ਤਾਂ ਜ਼ਰੂਰ ਕਰ ਭਾਈ, ਉਸ ਦਾਤੇ ਦਾ ਸ਼ੁਕਰਾਨਾ ਕਰ। ਇਹ ਪੈਨ ਫੜਨ ਦੀ ਤਾਕਤ ਕਿਹਨੇ ਦਿੱਤੀ ਹੈ? ਜੇ ਸਤਾ ਹੀ ਨਾ ਦਿੰਦਾ ਤੇਰੇ ਹੱਥ ਵਿੱਚ ਸਮਰੱਥ ਨਾ ਹੁੰਦੀ, ਜੇ ਬੁੱਧੀ ਨਾ ਦਿੰਦਾ ਪੈਨ ਨੂੰ ਵਰਤਦਾ ਕਿਵੇਂ? ਸਭ ਕੁਝ ਦਾਤ ਤਾਂ ਉਹਦੀ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਗਾਵੈ ਕੋ ਦਾਤ ਜਾਣੇ ਨਿਸਾਨ। ਮੈਨੂੰ ਇੱਕ ਬੱਚੀ ਮਿਲੀ, ਮੈਂ ਕਈ ਵਾਰੀ ਕਥਾ ਜ਼ਿਕਰ ਕੀਤਾ ਉਸ ਬੱਚੀ ਦਾ, ਅਮੈਰੀਕਾ 'ਚ ਮੈਂ ਬੱਚੀ ਨੂੰ ਪੁੱਛਿਆ ਮੈਂ ਅਰਦਾਸ ਕਰਨੀ, ਕਹਿੰਦੀ ਕਰਨੀ ਹੈ। ਮੈਂ ਕੀ ਅਰਦਾਸ ਕਰਨੀ ਹੈ? ਕਹਿੰਦੀ ਥੈਂਕ ਯੂ ਗੋਡ ਫੋਰ ਵਰਡਸ ਸੋ ਸਵੀਟ, ਥੈਂਕ ਯੂ ਗੋਡ ਫੋਰ ਫੂਡ ਵੀ ਈਟ, ਥੈਂਕ ਯੂ ਗੋਡ ਫੋਰ ਬਰਡਸ ਦੇ ਸਿੰਗ, ਥੈਂਕ ਯੂ ਗੋਡ ਫੋਰ ਐਵਰੀਥਿੰਗ। ਹੇ ਵਾਹਿਗੁਰੂ ਇਹ ਭੋਜਨ ਦੇ ਰਿਹਾ ਤੇਰੀ ਕਿਰਪਾ ਹੈ, ਇਹ ਪੰਛੀ ਗੀਤ ਗਾ ਰਹੇ ਨੇ ਤੇਰੀ ਕਿਰਪਾ ਹੈ, ਇਹ ਸਾਰੀ ਕਾਇਨਾਤ ਤੇਰੀ ਕਿਰਪਾ, ਤੂੰ ਵਾਹਿਗੁਰੂ ਸਭ ਕੁਝ ਦਿੱਤਾ ਹੈ। ਅੱਜ ਹੈਰਾਨੀ ਹੁੰਦੀ ਹੈ, ਬੱਚੇ ਤਾਂ ਪਹਿਲੀ ਦਾਤ ਹੀ ਨਹੀਂ ਸੰਭਾਲਦੇ ਆਪਣੀ, ਵਿਚ ਇਜ਼ ਦਾ ਫਸਟ ਗਿਫਟ ਆਫ ਗੋਡ ਬਾਈ ਦਾ ਵੇ, ਆਵਰ ਪੇਰੈਂਟਸ। ਇਹ ਸਾਡੇ ਮਾਂ ਬਾਪ ਪਰਮਾਤਮਾ ਦਾ ਗਿਫਟ ਹੀ, ਇਹਨਾਂ ਨੂੰ ਬੱਚਿਆਂ ਨੂੰ ਪੁੱਛੋ ਜਿਹਨਾਂ ਦੇ ਮਾਂ ਬਾਪ ਨੇ, ਜਿਹਨਾਂ ਨੇ ਮਾਂ ਬਾਪ ਦੀ ਸ਼ਕਲ ਨਹੀਂ ਦੇਖੀ ਉਹਨਾਂ ਨੂੰ ਪੁੱਛੋ, ਅਸੀਂ ਮਾਂ ਬਾਪ ਦਾ ਸਤਿਕਾਰ ਹੀ ਨਹੀਂ ਕਰਦੇ। ਇਹ ਸਵਰੂਪ ਦਿੱਤਾ ਮੇਰੇ ਗੁਰੂ ਨੇ, ਜਾ ਗੁਰਸਿੱਖਾ ਆਪਣੀ ਮੋਹਰ ਲਾ ਦਿੱਤੀ, ਖਾਲਸਾ ਮੇਰੋ ਰੂਪ ਹੈ ਖਾਸ। ਹੁਣ ਉਹਦੇ 'ਤੇ ਕੁਐਸਚਨ ਕਰਨੇ ਆ ਜੀ, ਇੰਨੀ ਨਾ ਰੱਖੀ ਤਾਂ ਇੰਨੀ ਰੱਖ ਲਈ, ਅਤੇ ਜੇ ਵਾਹਿਗੁਰੂ ਪੰਜ ਉਂਗਲਾਂ ਦਾ ਦਿੰਦਾ ਤਿੰਨ ਦੇ ਦਿੰਦਾ ਫਿਰ ਕੀ ਕਰਦਾ ਤੂੰ? ਐਵੇਂ ਕੁਐਸਚਨ ਇਹਦੇ ਰੱਖਣ ਨਾਲ ਕੀ ਹੁੰਦਾ ਜੀ? ਇੱਕ ਸਿੰਪਲ ਜੀ ਚੀਜ਼ ਹੈ, ਗੁਰੂ ਨੇ ਆਪਣਾ ਗਿਫਟ ਦਿੱਤਾ ਕਿ ਪਿਆਰਿਆ ਮੈਂ ਤੈਨੂੰ ਆਪਣਾ ਤੋਹਫਾ ਦੇ ਰਿਹਾ, ਆਪਣੀ ਮੋਹਰ ਲਗਾ ਰਿਹਾ, ਖਾਲਸਾ ਮੇਰੋ ਰੂਪ ਹੈ ਖਾਸ। ਹੁਣ ਉਹਦੇ 'ਚ ਇਫਸ ਐਂਡ, ਪਿਆਰ 'ਚ ਕੋਈ ਇਫਸ ਐਂਡ ਬਟਸ ਨਹੀਂ ਹੁੰਦੇ, ਕੋਈ ਸ਼ਰਤ ਹੋਤੀ ਨਹੀਂ ਪਿਆਰ ਮੈਂ। ਇੱਥੇ ਗੁਰੂ ਨੇ ਆਪਣੀ ਮੋਹਰ ਦਿੱਤੀ ਹੈ, ਇੱਥੇ ਸੁਗਾਤ ਦਿੱਤੀ ਹੈ ਸਾਨੂੰ, ਇਹ ਸਵਰੂਪ ਦਿੱਤਾ, ਇਹਦੇ 'ਚ ਕੋਈ ਇਫਸ ਐਂਡ ਬਟਸ ਨਹੀਂ। ਜੇ ਗੁਰੂ ਨਾਲ ਪਿਆਰ ਹੈ ਤਾਂ ਉਹਦਾ ਦਿੱਤਾ ਸਵਰੂਪ ਵੀ ਸੰਭਾਲ ਕੇ ਰੱਖਣਾ। ਜੇ ਅੱਜ ਤੁਹਾਨੂੰ ਤੋਹਫਾ ਦੇਵੇ ਤਾਂ ਤੁਸੀਂ ਚੁੱਕ ਕੇ ਸੁੱਟ ਦਿਓ, ਤਾਂ ਦੇਣ ਵਾਲੇ ਨੂੰ ਕੀ ਲੱਗੇਗਾ? ਸਤਿਕਾਰ ਲੱਗੇਗਾ? ਇਹ ਗੁਰੂ ਨੇ ਤੋਹਫਾ ਦਿੱਤਾ, ਇਹਦੇ ਕੋਈ ਇਫਸ ਐਂਡ ਬਟਸ ਨਹੀਂ ਹੈ, ਕੋਈ ਰੈਫਰੈਂਸ ਨਹੀਂ ਇਹਦੇ ਨਾਲ ਕੀ ਹੋਏਗਾ ਅਤੇ ਕੀ ਨਹੀਂ ਹੋਏਗਾ, ਕੁਛ ਹੋਵੇਗਾ ਕਿ ਨਹੀਂ ਹੋਏਗਾ, ਬਾਅਦ ਦੀ ਗੱਲ ਹੈ। ਤੈਨੂੰ ਗੁਰੂ ਨੇ ਹੁਕਮ ਕੀਤਾ ਹੈ, ਤੂੰ ਇਹ ਸਰੂਪ ਮੈਂਟੇਨ ਰੱਖਣਾ, ਬਸ ਤੇਰੇ ਇਸ ਸਰੂਪ ਲਈ, ਤੇਰੇ ਸਿਰ 'ਤੇ ਦਸਤਾਰਾਂ ਸਜਾਉਣ ਲਈ। ਬੜੀ ਹੈਰਾਨੀ ਹੁੰਦੀ ਹੈ, ਅੱਜ ਪੱਗ ਬੰਨੀ ਸਾਨੂੰ ਔਖੀ ਲੱਗਦੀ ਹੈ। ਉਹ ਯਾਦ ਤਾਂ ਕਰੋ ਗੁਰਦੇਵ ਨੇ, ਇਨ ਸਿੰਘਨ ਗਰੀਬ ਸਿੰਖਨ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਸਾਡੇ ਗਰੀਬਾਂ ਦੇ ਸਿਰਾਂ 'ਤੇ ਤਾਜ ਸਜਾਏ ਗੁਰੂ ਨੇ, ਉਸ ਵਕਤ ਕੌਣ ਸੀ? ਆਮ ਇਨਸਾਨ ਸੜਕ 'ਤੇ ਸਿੱਧਾ ਨਹੀਂ ਸੀ ਟੁਰ ਸਕਦਾ, ਆਮ ਇਨਸਾਨ ਨੂੰ ਜੀਣ ਦੇ ਹੱਕ ਨਹੀਂ ਸਨ, ਪਿੰਡ ਦੇ ਖੂਹ ਤੋਂ ਪਾਣੀ ਨਹੀਂ ਸੀ ਲੈ ਸਕਦਾ, ਮੀਲਾਂ ਦੂਰ ਪਾਣੀ ਵਾਸਤੇ ਜਾਣਾ ਪੈਂਦਾ ਸੀ, ਅਤੇ ਸਾਡੇ ਸਿਰਾਂ 'ਤੇ ਸਰਦਾਰੀਆਂ ਦੇ ਦਿੱਤੀਆਂ ਗੁਰੂ ਨੇ। ਅੱਜ ਸਾਨੂੰ ਪੱਗ ਬੰਨੀ ਔਖੀ ਲੱਗਦੀ ਹੈ, ਕਹਿੰਦੇ ਜੀ ਇੰਨੀ ਨਹੀਂ ਤਾਂ ਇੰਨੀ ਬੰਨ ਲਈ, ਬੜਾ ਜੀ ਭਾਰ ਹੋ ਜਾਂਦਾ, ਟੂ ਮੱਚ।
Love God. Gave ko daat jaane nishan. Odi daat no odi nishani samajh ke pyar kar. Gave ko gun badiyan char. Koi odhe bade gunan di vichar kar reya hai. Gave ko vidya vikham vichar. Ko odi okhi vidya shastran di vichar. Gurbani di vichar. Vichar dwara odhe na jud reya hai. Gave ko saaj kare tankhe ko yeh ga reya hai ke Vaheguru mitti to insaan bana denda hai. Gave ko ji lai phir de. Koi ga reya hai, wo jeevan denda bhi hai, jeevan lai bhi lenda hai. Gave ko japai dis hai dur. Kise nu soji aa jandi hai, parmatma hai te mere andar hi hai. Koi kehnda hai par dur hai. Gave ko vekhai hadra hadur te koi onu sakshat apne samne anubhav kar reya. Pyar na lakho satnam. Bhagat Ravdas ji kehnde ne keh Ravdas ਹੱਥ ਪੈਨੇ ਰਹੇ ਉਹ ਤੇ ਹੱਥ ਤੋਂ ਵੀ ਨੇੜੇ ਹੀ ਕੋਈ ਬੋਲੇ ਨੇਰਵਾ ਕੋਈ ਬੋਲੇ ਦੁਰਜਰ ਕੀ ਮਾਛਰੀ ਚਰੇ ਕਜੂ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਹਿੰਦੇ ਨੇ ਇਸ ਤਰ੍ਹਾਂ ਉਹਦੇ ਗੁਣ ਗਾਈ ਚੱਲ ਤੋਟ ਨਹੀਂ ਹੈ ਜਿੰਨਾ ਵੀ ਤੂੰ ਕਹੇਗਾ ਓਨਾ ਹੀ ਘੱਟ ਹੈ ਜਿੰਨਾ ਵੀ ਤੂੰ ਗਾਏਗਾ ਓਨਾ ਹੀ ਘੱਟ ਹੈ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਕਿਤਨੇ ਕਰੋੜਾਂ ਆਏ ਤੇ ਚਲੇ ਗਏ ਉਹਦਾ ਕਥਨ ਕਰਦੇ ਚਲੇ ਗਏ ਦੇਂਦਾ ਦੇ ਲੈਂਦੇ ਥਕਵਾਏ ਕਿਉਂਕਿ ਉਹ ਇਤਨਾ ਦਿਆਲੂ ਹੈ ਉਹ ਦਾਤਾਂ ਦੇਂਦਾ ਹੀ ਚਲਾ ਦੇਂਦਾ ਦੇ ਲੈਂਦੇ ਥਕਵਾਏ ਲੈਣ ਵਾਲੇ ਥੱਕ ਗਏ ਸੰਸਾਰ 'ਚ ਕਈ ਆਏ ਤੇ ਚਲੇ ਗਏ ਦਾਤ ਨਹੀਂ ਮੁੱਕੀ ਦੇਖੋ ਅੱਜ ਪ੍ਰੈਕਟੀਕਲੀ ਦੇਖੋ ਰੋਜ਼ ਸੁਣਨੇ ਅਖਬਾਰਾਂ ਪੜ੍ਹਨੇ ਆ ਜੀ ਪੈਟਰੋਲ ਖਤਮ ਹੋ ਰਿਹਾ ਫਿਰ ਇੱਕ ਨਵਾਂ ਰਿਲਾਇੰਸ ਕਿਧਰੇ ਬੋਰਿੰਗ ਕਰਦੀ ਹੈ ਉੱਥੇ ਫਿਰ ਪੈਟਰੋਲ ਨਿਕਲ ਆਉਂਦਾ ਹੈ ਕੋਲਾ ਸੋਨਾ ਅਬਰਕ ਚਾਂਦੀ ਹੋਰ ਤੇ ਹੋਰ ਖੇਤੀ ਕਰਨੇ ਆ ਕਦੀ ਫਸਲ ਖਤਮ ਹੋਈ ਜੁਗਾਂ ਜੁਗੰਤਰਾਂ ਤੋਂ ਖਾ ਰਹੇ ਹਾਂ ਉਹਦੇ ਭੰਡਾਰੇ ਅਤੁੱਟ ਨੇ ਦੇਂਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹ ਆਪਣੇ ਹੁਕਮ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਲੇਕਿਨ ਸਾਡੇ ਤੋਂ ਤਾਂ ਇੱਕ ਦੁਕਾਨ ਇੱਕ ਬਿਜ਼ਨਸ ਨਹੀਂ ਚੱਲਦਾ ਚਿੰਤਾ ਹੀ ਘੇਰੀ ਰੱਖਦੀ ਹੈ ਬਲੱਡ ਪ੍ਰੈਸ਼ਰ ਹੀ ਉੱਤੇ ਥੱਲੇ ਰਹਿੰਦਾ ਹੈ ਪਰ ਗੁਰਦੇਵ ਕਹਿੰਦੇ ਨੇ ਉਹ ਬੇਪਰਵਾਹ ਹੈ ਉਹ ਆਪਣੇ ਆਨੰਦ 'ਚ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹ ਉਹ ਵਿਗਾਸ 'ਚ ਹੈ ਉਹ ਖੇੜੇ ਵਿੱਚ ਹੈ ਜੇ ਤੂੰ ਉਹਦੇ ਨਾਲ ਜੁੜ ਜਾਏਗਾ ਨਾ ਤੇਰੇ ਜੀਵਨ 'ਚ ਵੀ ਖੇੜਾ ਆ ਜਾਏਗਾ ਪਿਆਰ ਨਾਲ ਆਖੋ ਸਤਨਾਮ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹ ਅੰਗ ਸੰਗ ਵਾਹਿਗੁਰੂ 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 ਵਾਹਿਗੁਰੂ